किसी हद तक साला ना माण हुंदा इक चीज़ का ना लेना यार इतना किसी हद तक साली ना शर्म आने लग गई चीज़ का ना लेना नशा यार वो चीज़ ना बचा जी उदो तो साले ये सीगे साडे आप दी जिहड़ी तैनूं आना होई साडा आपदा जी साडा आए आ जी ए आ जदों आ नैण गत हो गई उत्ते ही हो जाता गरीब का नाम ना जीते बेती हो गई ਸਕੂਲ ਖੁੱਲ੍ਹਾ ਹੋ ਬਈ ਹਾਂ ਹਾਂ ਓਪਨ ਆ ਵੀਰੇ ਬਾਕੀ ਇਹ ਤੈਨੂੰ ਸਕੂਲ ਦੀਆਂ ਹੋਰ ਤੂੰ ਦਿਖਾਊਂ ਉੱਥੇ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਉਹ ਆਪੇ ਕਹਿ ਦੇਣਾ ਆਵੇ ਇੱਥੇ ਮੁੜ ਲੰਘਿਆ ਗੇਟ ਖੋਲ ਦੇ ਲੰਘ ਲੰਘ ਜੂ ਗੱਡੀ ਅੱਗੇ ਤੱਕ ਇੱਥੇ ਰੁਕ ਗਈ ਜਾ ਵੜਦੀਆਂ ਵੀਰੇ ਇੱਕ ਮਿੰਟ ਹੋਲਡ ਕਰ ਗੇਟ ਖੋਲਣ ਆ ਜੇਬ 'ਚ ਪਾ ਲਿਓ ਬਾਈ ਇੱਥੇ ਅਗੀਜੇ 'ਚ ਪਾ ਲਓ ਨਹੀਂ ਕੋਈ ਡਿੱਗ ਨਾ ਪਵੇ ਟੱਕੀ ਇਹ 'ਚ ਗੀਜੇ 'ਚ ਪਾ ਲਿਓ ਪਾ ਲੈਂਦਾ ਬਾਕੀ ਟੱਕੀ ਲੱਗਦਾ ਜ਼ਿੰਦਗੀ ਜੀ ਲੰਘ ਹੀ ਆਈ ਗਈ ਭੈਣ ਐਂ ਜੀ ਲੱਗੀ ਜਾਂਦਾ ਛੇਤੀ ਲੰਘ ਗਈ ਬਾਈ ਹੋਰ ਕੀਤਾ ਵੀ ਬਹੁਤ ਕੁਛ ਆ ਸਾਰਾ ਕੁਛ ਦੇਖਿਆ ਕਰਾਇਆ ਵੀ ਆ ਹੁਣ ਲੱਗਦਾ ਐਂ ਕੀਤਾ ਹੀ ਕੁਛ ਨਹੀਂ ਜਾਂਦਾ ਕਿੱਡੇ ਨਹੀਂ ਕੀਤਾ ਵੀ ਆ ਹੁਣ ਸਲਾਹ ਲੱਗਦਾ ਜ਼ਿੰਦਗੀ 'ਚ ਕੀਤਾ ਹੀ ਨਹੀਂ ਕੁਛ ਯਾਰ ਭੈਣ ਆਈ ਨਹੀਂ ਗਾਲੀ ਸਾਰੀ ਜੇ ਆਪਾਂ ਕਹਿ ਦਈਏ ਵੀ ਮੈਂ ਕਰਕੇ ਡਾਊਨ ਹੈ ਠੀਕ ਹੈ ਯਾਰ ਆਪਦੀ ਗਲਤੀ ਹੋਈ ਆ ਆਪਦੀ ਗਲਤੀ ਕੀਤੀ ਆ ਠੀਕ ਆ ਪਰ ਖੇਡੇ ਵੀ ਤਾਂ ਲੋਕਾਂ ਨੇ ਦਿਖਾਇਆ ਇੰਜੋਏ ਵੀ ਕੀਤੀ ਆ ਜ਼ਿੰਦਗੀ ਸਾਰਾ ਕੁਛ ਵੀ ਦੇਖਿਆ ਹੀ ਆ ਬਸ ਇੱਕ ਨਿੱਕੇ ਜਿਹੇ ਜੀਵ ਦੇ ਸਵਾਦ ਨੇ ਮੈਨੂੰ ਇੱਥੋਂ ਤੱਕ ਲੈ ਗਿਆ ਜਿਵੇਂ ਆਮ ਮੈਂ ਲੋਕਾਂ ਦੀ ਪਬਲਿਕ ਦੀ ਜਿਹੜੀ ਆਮ ਜਿਹੜੇ ਲੋਕ ਨਵੇਂ ਜੇ ਉੱਠਦੇ ਮੁੰਡੇ ਕੋਈ ਨਸ਼ਾ ਕਰ ਕੋਈ ਇੱਦਾਂ ਮੈਂ ਉਹਨਾਂ ਨੂੰ ਇੱਕ ਸੁਝਾਈ ਦੇਣਾ ਇਹ 2 ਮਿੰਟ ਦਾ ਸਵਾਦ ਨਾ ਤੁਹਾਨੂੰ ਪਤਾ ਨਹੀਂ ਕਿਹੜੇ ਪੱਤਰਾਂ 'ਤੇ ਲੈ ਜੂਗਾ ਅਤੇ ਇਹ ਤੋਂ ਜਿੰਨਾ ਬਚ ਸਕਦੇ ਹਾਂ ਬਚੋ ਮੇਰੇ ਵੀਰ ਬਸ ਆਪਾਂ ਤਾਂ ਇਹ ਚੀਜ਼ ਆਉਣੇ ਨਸ਼ੇ ਤੋਂ ਪਰ ਇਹਨੇ ਨੁਕਸਾਨ ਤਾਂ ਕੀਤਾ ਭਾਈ ਹੈ ਨਾ ਜ਼ਿੰਦਗੀ ਬਹੁਤ ਜ਼ਿਆਦਾ ਮੈਂ ਉਹੀ ਤਾਂ ਕਹਿੰਦਾ ਜ਼ਿੰਦਗੀ ਖਤਮ ਹੋ ਗਈ ਯਾਰ ਕਿੱਥੇ ਤਾਂ ਨਿੱਤ ਯਾਰ ਨਵਾਂ ਖੇਡਣਾ ਜਾ ਹੋਣਾ ਚਾਹ ਹੋਣਾ ਚਾਹ ਹੀ ਠੰਡੇ ਪੈ ਗਏ ਫੋਟੋਆਂ ਕਰਾਉਂਦੇ ਸੀ ਲੋਕ ਉਹ ਸੀਗਾ ਮੈਂ ਤਾਂ ਉਹਨਾਂ ਯਾਰ ਵੀ ਪੂਰਾ ਮਹਿਸੂਸ ਹੁਣ ਇਕੱਲਿਆਂ ਮੈਂ ਨਾ ਕਈ ਵਾਰੀ ਰਦੀਪ ਜਿਵੇਂ ਕਹਿੰਦਾ ਬੰਦੇ ਦਾ ਮਨ ਫਰੂਲਿਆ ਨਹੀਂ ਕੋਈ ਵੇਹਦਾ ਹੁੰਦਾ ਮੈਂ ਜਿਵੇਂ ਤੂੰ ਮੇਰੇ ਘਰ ਵੇਖਿਆ ਟਰੋਫੀਆਂ ਦਾ ਕਮਰਾ ਹੈ ਸਾਰਾ ਕੁਝ ਸਾਲਾ ਇਕੱਲਿਆਂ ਬੈਠਿਆ ਨਾ ਕਈ ਵਾਰੀ ਜਦੋਂ ਸੋਚ ਰਹੀ ਤਾਂ ਮਨ ਸਾਲਾ ਐਂ ਹੋ ਜਾਂਦਾ ਯਾਰ ਭੈਣ ਦੇ ਗੁਰਜੀਤ ਕੀ ਤੋਂ ਕੀ ਹੋ ਗਿਆ ਯਾਰ ਹੈ ਫਿਰ ਆਪਾਂ ਕਿਸਮਤ ਚਲੋ ਕਿਸਮਤ ਹੈ ਮੈਂ ਇਹ ਨਹੀਂ ਕਹਿੰਦਾ ਨਹੀਂ ਹੈ ਪਰ ਥੋੜ੍ਹੀ ਘਣੀ ਆਪਣੀ ਵੀ ਉੱਥੋਂ ਗਲਤੀ ਹੁੰਦੀ ਆ ਨਾ ਬਾਈ ਜੇ ਹੁਣ ਮੇਰੀ ਆਪਦੀ ਸੀਗੀ ਚੱਲ ਕਿਸੇ ਨੇ ਕਰਾਤਾ ਕੁਛ ਕਰਤਾ ਮੇਰੀ ਲੈਣ ਉੱਧਰ ਨੂੰ ਤੁਰ ਪਈ ਪਰ ਜੇ ਮੇਰਾ ਜੀਵ ਦਾ ਸਵਾਸ ਸੀ ਚਾਹੇ ਮੈਂ ਸੀਗਾ ਫਿਰ ਹੀ ਮੈਂ ਉੱਧਰ ਨੂੰ ਹੋਇਆ ਆਪ ਹੋਇਆ ਤੁਸੀਂ ਦੋਸ਼ੀ ਨਹੀਂ ਮੰਨਦੇ ਕਿਸੇ ਨੂੰ ਨਾ ਮੈਂ ਨਹੀਂ ਕਹਿੰਦਾ ਵੀ ਦੋਸ਼ੀ ਮੈਂ ਨਹੀਂ ਕਹਿੰਦਾ ਠੀਕ ਆ ਹਾਂ ਵੀ ਇਹ ਹੋ ਸਕਦਾ ਵੀ ਪੋਲੀਟਿਕਸ ਜਿਵੇਂ ਚੱਲਦੀਆਂ ਆਈਆਂ ਗੇਮਾਂ ਦੇ ਤੌਰ 'ਤੇ ਆ ਵੀ ਮੈਨੂੰ ਨਹੀਂ ਪਤਾ ਲੱਗਾ ਕਦੋਂ ਮੈਂ ਯਾਰ ਇਹ ਲੈਣ 'ਚੋਂ ਆ ਕੇ ਗਲਤ ਹੋ ਗਿਆ ਸਾਰਾ ਪੈ ਮੇਰੇ ਨਾਲ ਬੰਦੇ ਸੀ ਯਾਰ ਵਧੀਆ ਉਹਨੂੰ ਮੈਂ ਕੀ ਆਸਾ ਮਜਾ ਕੇ ਉਹਦੇ ਨਾਲ ਬੰਦੇ ਨੂੰ ਸਮਝਾਉਣਾ ਯਾਰ ਮੈਂ ਸੈਕਟਰੀ ਕਹਿ ਲਉ ਕੀ ਕਹਿੰਦਾ ਉਹ ਤੋਂ ਵੀ ਰੋਕਦਾ ਹੈ ਦਾਰੂ ਤਾਂ ਬਹੁਤ ਵੱਡੀ ਗੱਲ ਆ ਚਲ ਫਿਰ ਜਿਹੜਾ ਬੰਦਾ ਪ੍ਰੈਕਟਿਸ ਨਹੀਂ ਕਰਦਾ ਭੈਣ ਲੜਨਾ ਉਹਦੇ ਨਾਲ ਯਾਰ ਤੂੰ ਪ੍ਰੈਕਟਿਸ ਨਹੀਂ ਕਰਦਾ ਤੂੰ ਆਏ ਆ ਤੂੰ ਆਏ ਆ ਵੱਲ ਠੋਕ ਕੇ ਕਿੱਥੇ ਉਹ ਗੱਲਾਂ ਤੇਰੀਆਂ ਬਸ ਹੀ ਹੋ ਗਈਆਂ ਸਾਰੀਆਂ ਦਿਮਾਗ 'ਚ ਛਵੀ ਇੱਕ ਹੀ ਬਣ ਗਈ ਨਸ਼ਾ ਤਾਂ ਭਾਏ ਕਹਿੰਦੇ ਖਤਮ ਹੋ ਭਾਈ ਹੁਣ ਇਹ ਪੋਜੀਸ਼ਨ 'ਚ ਵੀ ਨਸ਼ਾ ਹੀ ਸਾਰਾ ਕੁਛ ਰਹਿ ਗਿਆ ਹਾਂ ਵੀ ਇਹੀ ਹੋ ਗਿਆ ਸੀ ਬਸ ਹੁਣ ਤਾਂ ਚੱਲ ਠੀਕ ਆ ਆਪਦੇ ਦੌਰ ਨੂੰ ਹੁਣ ਤਾਂ ਸੈੱਟ ਕਰਨ ਲੱਗ ਗਏ ਲਾਈਫ ਨੂੰ ਹੁਣ ਤਾਂ ਪਤਾ ਲੱਗਣ ਲੱਗ ਗਿਆ ਜਾਣੀ ਕਿ ਵਿਚਲਾ ਜਿਹੜਾ ਟਾਈਮ ਇਹ ਆ ਗਿਆ ਸੀ ਵੀ ਨਸ਼ਾ ਹੈਗਾ ਤਾਂ ਜ਼ਿੰਦਗੀ ਵੀ ਨਹੀਂ ਖਤਮ ਹੋ ਜਾਣੀ ਕਿ ਉਦੋਂ ਤਾਂ ਮੈਂ ਇੱਕ ਗੱਲ ਕਰਦਾ ਵੀ ਜਿਹੜੇ ਨਵੀਂ ਪਨੀਰੀ 'ਚ ਕੋਈ ਵੀ ਬੰਦਾ ਆਪਾਂ ਇੱਕ ਵਾਰੀ ਸਵਾਦ ਦੇ ਮਾਰੀ ਚੀਜ਼ ਨੂੰ ਚੈੱਕ ਕਰਦੇ ਹਾਂ ਕਰ ਲਿਆ ਉਦੋਂ ਬਾਅਦ ਤੁਹਾਡੀ ਉਹ ਸਾਰੀ ਇਹੋ ਜਿਹੀ ਹੈਬਿਟ ਨਹੀਂ ਕਹਿ ਸਕਦੇ ਆਪਾਂ ਮਜਬੂਰੀ ਬਣ ਜਾਂਦੀ ਹੈ ਵੀ ਜੇ ਆਪਾਂ ਇਹ ਚੀਜ਼ ਕਰਾਂਗੇ ਤਾਂ ਆਪਾਂ ਬਚਦੇ ਨਹੀਂ ਆਪਾਂ ਮਰਦੇ ਹਾਂ ਕੋਈ ਕਰਦਾ ਨਹੀਂ ਕੋਈ ਬਾਹਰ ਸਾਰਾ ਕੁਛ ਫਿੱਕਿਆ ਪੈ ਜਾਂਦਾ ਮੋਹ ਪਿਆਰ ਟੁੱਟ ਜਾਂਦਾ ਖਤਮ ਹੋ ਜਾਂਦਾ ਜਮਾਈ ਕਿਸੇ ਨਾਲ ਕੋਈ ਮੋਹ ਪਿਆਰ ਨਹੀਂ ਜਦੋਂ ਤੇਰਾ ਆਪਦੀ ਤੇਰੀ ਜ਼ਰੂਰਤ ਪੂਰੀ ਹੋ ਗਈ ਆ ਤੈਨੂੰ ਸਾਰੇ ਆਪਦਾ ਸਾਰਾ ਪਿਆਰ ਲੱਗਣ ਲੱਗ ਗਿਆ ਆਹ ਚੀਜ਼ ਆ ਬਾਕੀ ਇੱਕ ਵਾਰੀ ਦਾ ਮੈਂ ਦੱਸਦਾ ਕਿੱਤਾ ਜਿਹੜਾ ਵਾਕਿਆ ਮੇਰੇ ਨਾਲ ਜਿੱਥੋਂ ਮੇਰਾ ਪੈਰ ਪੱਟਿਆ ਗਿਆ ਮੁੜਿਆ ਮੈਂ ਨਾ ਜਿਵੇਂ ਸੀਗਾ ਨਾ
ਜਿਵੇਂ ਕੋਈ ਖਾਸ ਆਪਦਾ ਹੋਵੇ ਯਾਰ ਤੂੰ ਆਪਦਾ ਉਹਨੂੰ ਕੋਈ ਯਾਰ ਗਲਤ ਬੋਲ ਬੈਠਣਾ ਚਾਹੇ ਹੋਰ ਕੋਈ ਆਏ ਤੂੰ ਸੋਚਣਾ ਫਿਰ ਇੱਕ ਵਾਰੀ ਮੈਂ ਨਾ ਪਿਆ ਪਿਆ ਆ ਅਤੇ ਉਹ ਫਿਲਮ ਜੀ ਵੇਖੀ ਜਾਣ ਅਤੇ ਗੁੜ ਗਿਆ ਅਤੇ ਉਹਦੇ ਨਾ ਊਂ ਚੱਲੀ ਜਾਵੇ ਫਿਲਮ ਆਏ ਅਤੇ ਉਹਦੇ 'ਚ ਨਾ ਉਹਦੇ ਪਾਪਾ ਦੀ ਨਾ ਡੈਥ ਜੀ ਹੋ ਗਈ ਉਹ ਗੁੜੀਆ ਉੱਠੀ ਅਤੇ ਉੱਠ ਕੇ ਮੈਂ ਨਾ ਰੋਣ ਲੱਗ ਗਈ ਮੈਨੂੰ ਉਹਦੀ ਪਾਪਾ ਜਿੱਥੋਂ ਹੀ ਮਰ ਕੇ ਅਤੇ ਮੈਂ ਕੀ ਕਹਾਂ ਉਹ ਸਾਲਾ ਉਦੋਂ ਤਾਂ ਨਹੀਂ ਜਦੋਂ ਬਾਅਦ 'ਚ ਮੈਂ ਉਹ ਗੱਲ ਨੂੰ ਸੋਚਿਆ ਜਾਂ ਨਸ਼ੇ ਤੋਂ ਬਾਅਦ ਮੈਂ ਕਿਹਾ ਯਾਰ ਕੁਲਜੀਤ ਕੀ ਯਾਰ ਕਿੱਧਰ ਨੂੰ ਮਾਹੌਲ ਤੋਂ ਰਹਿ ਜਾਂਦਾ ਮੈਂ ਕੀ ਹੋ ਗਿਆ ਯਾਰ ਵੀ ਬੱਚੇ ਨੇ ਜਾਣੀ ਕਿ ਇੰਨਾ ਮੇਰੇ ਮਨ ਨੂੰ ਲੂਣ ਤਾਂ ਇੱਕ ਚੀਜ਼ ਹੋਰ ਜਦੋਂ ਜਦੋਂ ਇਸ ਦੌਰ 'ਚ ਆਉਣ ਤੋਂ ਪਹਿਲਾਂ ਜਦੋਂ ਹਜੇ ਨਹੀਂ ਸੀ ਸ਼ੁਰੂ ਕੀਤਾ ਉਦੋਂ ਜਾਂ ਸ਼ੁਰੂ ਕਰ ਰਹੇ ਕਿਸੇ ਨੇ ਰੋਕਿਆ ਨਹੀਂ ਯਾਰ ਵੀ ਨਾ ਕਰ ਇਹ ਚੀਜ਼ ਗਲਤ ਹੈ ਤਾਂ ਤੈਨੂੰ ਬਰਬਾਦ ਕਰ ਉਹੀ ਗੱਲ ਕੀਤਾ ਨਾ ਵੀ ਜਿਹੜੀ ਵਿਸ਼ਵਾਸ ਸੀਗਾ ਰੱਬ ਜਿੰਨਾ ਸਾਰਿਆਂ 'ਤੇ ਜਦੋਂ ਆਪਾਂ ਖੇਡਦੇ ਉਦੋਂ ਮੈਨੂੰ ਕਹਿੰਦਾ ਤੂੰ ਪੁੱਤ ਐਂ ਕਹਿੰਦਾ ਆਹ ਕਰਨਾ ਆਹ ਕਰਨਾ ਸਾਰਿਆਂ ਨੇ ਕਿਸੇ ਨੇ ਨਹੀਂ ਯਾਰ ਤੂੰ ਆਹ ਕਰਨਾ ਮੈਨੂੰ ਸਾਰਾ ਕੁਝ ਕਰਾਉਂਦੇ ਚੱਲ ਮੈਂ ਗਲਤ ਹੁੰਦਾ ਸੀ ਅਤੇ ਮੈਨੂੰ ਫੜਦੇ ਯਾਰ ਮੈਨੂੰ ਕੁੱਟਦੇ ਮਾਰਦੇ ਹੈ ਤੂੰ ਇੱਥੋਂ ਹਿੱਲਣਾ ਨਹੀਂ ਅਤੇ ਉਹਦਾ ਮੇਰੇ ਤੋਂ ਪਾਸੇ ਹੋ ਕੇ ਟੁੱਟਣ ਲੱਗ ਗਏ ਮੇਰੇ ਨਾਲੋਂ ਮੈਂ ਤਾਂ ਆਪਦੇ ਨਾਲੋਂ ਵੱਧ ਦੋਸ਼ੀ ਤਾਂ ਉਹਨਾਂ ਨੂੰ ਮੰਨਦਾ ਜਿਹੜੇ ਮੇਰੇ ਨਾਲੋਂ ਟੁੱਟ ਕੇ ਪਾਸੇ ਹੋਣ ਲੱਗ ਗਏ ਨਹੀਂ ਹੋ ਸਕਦਾ ਉਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਤੁਸੀਂ ਉਦੋਂ ਗੱਲ ਨਾ ਹੀ ਸੁਣ ਰਹੇ ਮੈਂ ਨਹੀਂ ਸੁਣਦਾ ਹਾਂ ਮੈਂ ਮੰਨਦਾ ਤੇਰੀ ਗੱਲ ਮੈਂ ਨਹੀਂ ਸੁਣਦਾ ਹੁਣ ਟੀਚਰ ਹਾਂ ਆਪਾਂ ਟੀਚਰ ਪੜ੍ਹਾਉਂਦਾ ਆਪਾਂ ਨਹੀਂ ਗੱਲ ਸੁਣਦਾ ਇੱਕ ਨਹੀਂ ਸੁਣਦਾ ਦੋ ਨਹੀਂ ਸੁਣਦਾ ਆਖਰ ਨੂੰ ਟੀਚਰ ਦੀ ਗੱਲ ਮੰਨਦਾ ਨਹੀਂ ਬੰਦਾ ਟੀਚਰ ਦੀ ਤਰ੍ਹਾਂ ਨਹੀਂ ਕਿਸੇ ਨੇ ਵੀ ਸਮਝਾਇਆ ਨਾ ਜੇ ਆਪਾਂ ਕਹਿ ਸਕਦੇ ਹਾਂ ਅੱਜ ਮੈਨੂੰ ਸੀਗਾ ਮੇਰੇ 'ਤੇ ਹੀ ਲਾਲਾ ਜਿਨ੍ਹਾਂ ਨੇ ਮੈਨੂੰ ਖੇਡਣ ਲਾ ਜਾਂ ਕੁਛ ਹੋਰ ਲਾਲਾ ਉਹਨੇ ਜਿਨ੍ਹਾਂ ਨੂੰ ਆਪਾਂ ਅਸਮਾਨਾਂ ਦੀਆਂ ਬੁਲੰਦੀਆਂ 'ਤੇ ਪਜਾਤਾ ਉਹ ਮੈਨੂੰ ਫੜ ਕੇ ਆਪਦਾ ਘਰੇ ਹੀ ਪਾ ਲੈਂਦੇ ਇੱਥੇ ਬਹਿ ਜਦੋਂ ਤੂੰ ਕਿੱਧਰ ਹਿੱਲੇਗਾ ਜਦੋਂ ਜਿਹਦੇ ਮੈਂ ਫੁੱਲ ਆਖੇ ਲੱਗਦਾ ਜੀ ਮੈਂ ਉਹਨਾਂ ਦਾ ਮਨੋਂ ਤੋੜ ਹੀ ਨਹੀਂ ਸਕਦਾ ਦੇਣਗੇ ਜਵਾਬ ਹੀ ਨਹੀਂ ਦਿੰਦਾ ਕਿਸੇ ਗੱਲ ਦਾ ਕਿਵੇਂ ਨਾ ਮੈਂ ਗੱਲ ਤੋਂ ਭੜਕ ਕੇ ਸਿੱਧਾ ਹੁੰਦਾ ਹੁਣ ਬੰਦਾ ਕਹਿੰਦਾ ਇਹ ਸੁਣਦੇ ਨਹੀਂ ਸੀ ਉਦੋਂ ਗੱਲ ਕੇ ਸੁਣਨ ਦੀ ਗੱਲ ਨਹੀਂ ਤਾਂ ਕੋਈ ਵੀ ਧੀ ਪੁੱਤ ਆਪਣੇ ਘਰੇ 'ਚ ਵੀ ਹੁੰਦਾ ਪ੍ਰਦੀਪ ਆਮ ਹੀ ਹੁੰਦਾ ਜੇ ਪੁੱਤ ਕੇਰਾ ਗੁੱਸਾ ਅਗਲਾ ਕਰਦਾ ਨਹੀਂ ਸੁਣਦਾ ਹੁੰਦਾ ਆਪਾਂ ਉਹਦਾ ਖਿਹੜਾ ਛੱਡ ਦਿੰਦੇ ਆਪਾਂ ਉਦੋਂ ਪਾਸਾ ਨਾਤਾ ਤੋੜ ਦਿੰਦੇ ਜਾਂ ਭਾਜਾ ਤੂੰ ਮਰ ਕਰ ਲਈ ਆਪਾਂ ਮਰ ਗਏ ਮੇਨ ਐਂਡ 'ਚ ਜਿਹੜੀ ਮੇਨ ਆ ਸਭ ਤੋਂ ਜਿਹੜੀ ਲੈਣ ਆ ਪਰਿਵਾਰ ਰਹਿ ਜਾਂਦਾ ਇਕੱਲਾ ਵਿਚਾਰਾ ਬਸ ਉਹ ਆ ਤੁਹਾਨੂੰ ਕੱਢਣ ਵਾਲਾ ਦੁੱਖਾਂ ਤਕਲੀਫਾਂ 'ਚੋਂ ਜੇ ਪਰਿਵਾਰ ਨਾਲ ਵੀ ਤੁਸੀਂ ਟੁੱਟ ਗਏ ਫਿਰ ਤੁਸੀਂ ਨਿਕਲ ਨਹੀਂ ਪਾਓਗੇ ਬੰਦਾ ਬਹੁਤ ਕੋਸ਼ਿਸ਼ ਕਰਦਾ ਮੈਂ ਨਹੀਂ ਕੋਈ ਨਾ ਮੈਂ ਬਹੁਤ ਬੰਦੇ ਆ ਜਿਹੜੇ ਨਸ਼ੇ ਕੋਸ਼ਿਸ਼ ਬਹੁਤ ਕਰਦੇ ਨਿਕਲ ਨਹੀਂ ਨਸ਼ੇ 'ਚੋਂ ਨਿਕਲ ਗਏ ਐਂ ਕਰਕੇ ਉਹ ਸਾਡਾ ਦੱਸਦਾ ਇੱਥੇ ਫਸ ਜਾਂਦੇ ਨਿਕਲ ਹੀ ਨਹੀਂ ਪਾਉਂਦੇ ਕਿਉਂਕਿ ਨਿਕਲ ਕਿਉਂ ਨਹੀਂ ਪਾਉਂਦੇ ਉਹ ਸੋਚਦੇ ਯਾਰ ਕੋਈ ਕੰਮ ਕਰ ਲਈਏ ਜੇ ਕੋਈ ਕੰਮ ਕਰਨ ਨੂੰ ਪਾਉਂਦੇ ਆ ਕਰਦੇ ਆ ਲਾਲਾ ਚਾਹੇ ਹੋਰ ਆ ਇਹਨੇ ਤਾਂ ਨਸ਼ਾ ਹੀ ਕਰਨਾ ਇਹ ਕੀ ਕਰ ਲੂਗਾ ਕਰਦੇ ਕਰਾਉਂਦੇ ਨੂੰ ਨਹੀਂ ਕਰਨ ਦਿੰਦੇ ਅਲਾਂ ਤਾਂ ਯਾਰ ਮੈਂ ਖੇਤੀ ਕਰਨ ਲੱਗ ਜਾਂ ਐਂ ਕਰਨਾ ਲੈ ਇਹ ਖੇਤੀ ਕਿੱਥੋਂ ਕਰ ਲੂਗਾ ਇਹਨੇ ਤਾਂ ਪੈਸੇ ਉੱਥੇ ਟਿਕਟ ਮੂਧਾ ਮਾਰ ਦੂ ਐਂ ਕਰ ਦੂ ਜਿਉਂ ਕਰ ਉਹ ਵੀ ਕੰਮ ਵਿਸ਼ਵਾਸ ਨਹੀਂ ਰੱਖਦੇ ਹਾਂ ਵਿਸ਼ਵਾਸ ਨਹੀਂ ਬਸ ਤੋੜ ਦਿੰਦੇ ਆ ਵਿਸ਼ਵਾਸ ਤੋੜਿਆ ਤਾਂ ਆਪਦਾ ਹੀ ਹੁੰਦਾ ਚਲੋ ਆਪਾਂ ਕਹਿੰਦੇ ਹਾਂ ਮੇਰਾ ਹੀ ਤੋੜਿਆ ਹੁੰਦਾ ਜਿਵੇਂ ਮੈਂ ਨਸ਼ਾ ਕੀਤਾ ਕਿਸੇ ਨੇ ਤੋੜਿਆ ਤਾਂ ਆਪ ਹੀ ਹੁੰਦਾ ਪਰ ਉਹਨੂੰ ਕਿਸੇ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਤਾਂ ਕਰਨ ਦਿਓ ਉਹਨੂੰ ਕੋਈ ਹਿਸਾਬ ਨਾਲ ਯਾਰ ਨੀਂਹ ਪੱਤਰ ਰੱਖ ਕੇ ਆਪਾਂ ਕਹਿ ਦਈਏ ਕੋਈ ਸ਼ੁਰੂ ਤਾਂ ਕਰਨ ਦਿਓ ਫਿਰ ਕਿਤੇ ਤਾਂ ਥਾਪੀ ਦੇ ਦਿਓ ਕਿਸੇ ਹਾਂ ਕਿਸੇ ਤਾਂ ਥਾਪੀ ਦੇ ਦਿਓ ਨਾ ਜੇ ਆਪਾਂ ਉਹ ਚੀਜ਼ ਨੂੰ ਟੋਕਾ ਟਕਾਈ ਕਰੀ ਜਾਵਾਂਗੇ ਇਹ ਕਰੀ ਜਾਵਾਂਗੇ ਤੂੰ ਜਵਾਕ 'ਤੇ ਲਾੜਾ ਇਹ ਖੜਾਉਣਾ ਜਵਾਕ ਨੂੰ ਦੇ ਦੇ ਜਵਾਕ ਖੇਡੀ ਜਾਂਦਾ ਵਧੀਆ ਜਦੋਂ ਖੋਲੇਗਾ ਉਹ ਰੋਣਾ ਲੱਗ ਜੂਗਾ ਫਿਰ ਦੇ ਦੇਗਾ ਫਿਰ ਖੇਡਣ ਲੱਗ ਜੂ ਫਿਰ ਇਹ ਕੰਮ ਨਸ਼ਾ ਵੀ ਆਈ ਹੈ ਬਸ ਇਹ ਚੀਜ਼ ਹੈ ਬਸ ਇਹ ਤਾਂ ਜੇ ਹੁਣ ਮੰਨ ਲਾ ਆਪਾਂ ਊਂ ਗੱਲ ਕਰਦੇ ਹਾਂ ਸਿੱਧਾ ਕੰਮ ਤੁਰਦੇ ਹਾਂ ਆਪਾਂ ਰਿਹਾੜ ਕਰਦੇ ਹਾਂ ਜਿੱਦ ਕਰਦੇ ਹਾਂ ਉਹਨੂੰ ਜਦੋਂ ਨਸ਼ਾ ਜਾ ਕੇ ਨਾ ਉਹ ਬੰਦੇ ਨੂੰ ਜਿੰਨਾ ਆਪਾਂ ਪਿਆਰ ਨਾਲ ਹੈਂਡਲ ਕਰ ਲਾਂਗੇ ਨਾ ਮੇਰੀ ਤਾਂ ਇੱਕ ਥਿਊਰੀ ਆਈ ਆ ਜਿੰਨਾ ਉਹਨੂੰ ਪਿਆਰ ਨਾਲ ਹੈਂਡਲ ਕਰਕੇ ਆਪਾਂ ਸੈੱਟ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਉਹਦਾ ਜਿਹੜਾ ਮਾਇੰਡ ਸਾਰਾ ਕੁਝ ਯਾਰ ਵਾਚ ਹੋ ਜਾਂਦਾ ਤਾਂ ਇਕੱਲਾ ਨਸ਼ੇ 'ਤੇ ਚੋਰੀ ਖੜੀ ਹੁੰਦੀ ਸਿੱਧੀ ਗੱਲ ਮੈਂ ਨਹੀਂ ਕਹਿੰਦਾ ਵੀ ਇਹ ਆਏ ਆ ਮੈਂ ਸਾਧ ਨਹੀਂ ਸੀ ਮੈਂ ਆਏ ਸੀ ਮੈਂ ਸਾਰਾ ਕੁਝ ਦੇਖਿਆ ਸਾਰਾ ਕੁਝ ਕੀਤਾ ਪੂਰਾ ਸੁਨਹਿਰੀ ਮੌਕਾ ਟੌਪ ਦੀ ਕਬੱਡੀ ਵੀ ਖੇਡੀ ਆ ਇੰਜੋਏ ਵੀ ਟੌਪ ਦਾ ਕੀਤਾ ਚੰਗਿਆਂ ਹੋਟਲਾਂ 'ਚ ਖਾਧਾ ਪੀਤਾ ਖਾਣਾ ਸਾਰਾ ਕੁਛ ਕੀਤਾ ਯਾਰ ਜ਼ਿੰਦਗੀ ਤੋਂ ਕੋਈ ਸ਼ਿਕਵਾ ਨਹੀਂ ਸ਼ਿਕਵਾ ਬਸ ਇਸ ਚੀਜ਼ ਦਾ ਵੀ ਜਿਹੜੇ ਆਪਦੇ ਸੀ ਨਾ ਉਹ ਜੀ ਮੈਨੂੰ ਕੁੱਟ ਮਾਰ ਕੇ ਉਦੋਂ ਅੰਦਰ ਵਾੜਦੇ ਭਾਉਂਦੇ ਅਤੇ ਮੈਂ ਕਿਵੇਂ ਨਾ ਸੋਚਦਾ ਇਹ ਤੁਸੀਂ ਆਪ ਦੱਸੋ ਇੱਕ ਪਾਸੇ ਦਾ ਇਹ ਆ ਇੱਕ ਪਾਸੇ ਤੂੰ ਕਹਿੰਦਾ ਬਾਈ ਤੇਰਾ ਨਸ਼ਾ ਛਡਾਉਂਦੇ ਆ ਬਾਈ ਤੈਨੂੰ ਸੈੱਟ ਕਰਦੇ ਹਾਂ ਯਾਰ ਤੂੰ ਬਾਈ ਆ ਯਾਰ ਬਾਈ ਦਵਾਈ ਲੈ ਯਾਰ ਆਹ ਕਰ ਦੇ ਤੇਰਾ ਕਰਦੇ ਹਾਂ ਕਰਦੇ ਕਰਨ 'ਚ ਫਰਕ ਜ਼ਮੀਨ ਸੁਣਨ ਦਾ ਫਰਕ ਕਰਦੇ ਹਰੇ ਕਹਿਣ ਦਾ ਕਰਦਾ ਕੋਈ ਨਹੀਂ ਕਰਦਾ ਕਰਾਂਗੇ ਕਰਨਾ ਚਾਹੁੰਦੇ ਆਪ ਕਰਨਾ ਚਾਹੁੰਦੇ ਹਾਂ ਬਾਈ ਯਾਰ ਤੇਰੀ ਕਰਦੇ ਵੀ ਆ ਯਾਰ ਤੈਨੂੰ ਦਵਾਈ ਲਿਆ ਕੇ ਦੇਤੀ ਤੈਨੂੰ ਯਾਰ ਉਹ ਕੀ ਮਤਲਬ ਤੁਸੀਂ ਨਾ ਰਹਾਂ ਵੀ ਕਿਹੜੀ ਜ਼ਰੂਰਤ ਤੈਨੂੰ ਤੋੜ ਆ ਦੱਸ ਯਾਰ ਇੱਥੇ ਜਾਂਦੇ ਹਾਂ ਆਹ ਲੱਤਾਂ ਦੁਖਦੀਆਂ ਮੈਂ ਘੁੱਟਦਾ ਕੀ ਆ ਯਾਰ ਆਹ ਚੀਜ਼ਾਂ ਮੈਂ ਕਰਦਾ ਯਾਰ ਹੋ ਗਿਆ
ਜਦੋਂ ਬੰਦਾ ਨਸ਼ੇ ਦੇ ਦੌਰ ਚੋਂ ਪ੍ਰਦੀਪ ਬਾਹਰ ਆ ਜਾਂਦਾ ਨਾ ਕੋਈ ਮਹੀਨਾ ਡੇਢ ਮਹੀਨੇ ਬਾਅਦ ਫਿਰ ਉਹਦਾ ਦਿਮਾਗ ਦੀ ਚੁੰਦੀ ਖੋਲਦੀ ਆ ਆਪਾਂ ਕਿੱਥੇ ਸੀ ਯਾਰ ਸਾਲਿਆ ਪਤਾ ਜ਼ਿੰਦਗੀ ਨਰਕ ਬਣਾਤੀ ਯਾਰ ਆਪਦੀ ਫਿਰ ਆਪੇ ਬੰਦਾ ਲੈਣ ਹੋਰ ਇਹਦੇ ਨਾਲ ਬਈ ਪ੍ਰੋਬਲਮ ਫਿਰ ਘਰੇ ਨਹੀਂ ਆਈ ਕੋਈ ਜਿਵੇਂ ਦਿੱਕਤ ਘਰ ਪਰਿਵਾਰ ਹਰੇਕ 'ਚ ਆਉਂਦੀ ਆ ਇਹਦੇ ਨਹੀਂ ਆਉਂਦੀ ਲੜਾ ਲੜਾਈਆਂ ਹੁੰਦੀਆਂ ਬਹੁਤ ਹੁੰਦੀਆਂ ਇੱਥੋਂ ਤੱਕ ਹੁੰਦਾ ਉਦੋਂ ਪਰ ਜਿਹੜੀਆਂ ਮਾਵਾਂ ਹੁੰਦੀਆਂ ਨਾ ਪ੍ਰਦੀਪ ਮਾਵਾਂ ਦਾ ਦਿਲ ਮਾਵਾਂ ਨਾਲ ਹੀ ਹੁੰਦਾ ਮਾਂ ਦਾ ਪੁੱਤ ਕੁਛ ਵੀ ਕਰਿਆ ਵੇ ਨਾ ਕਰਿਆ ਵੇ ਉਹ ਸਾਰਾ ਕਿਉਂਕਿ ਚੰਗਾ ਇਹ ਤਾਂ ਮਾਂ ਲਈ ਪੁੱਤ ਕਦੇ ਮਾੜਾ ਹੀ ਨਹੀਂ ਹੁੰਦਾ ਭਾਵੇਂ ਉਹ ਜਿੰਨੇ ਵੀ ਗੰਦੇ ਕੰਮ ਕਰ ਲਏ ਮਾੜੇ ਕੰਮ ਕਰ ਲਏ ਮੈਂ ਤੁਹਾਨੂੰ ਦੱਸਦਾ ਮੇਰਾ ਪਿਓ ਦਾਰੂ ਪੀਂਦਾ ਸੀ ਪਹਿਲਾਂ ਦਾਰੂ ਛੱਡਤੀ ਉਹਨਾਂ ਨੇ ਇੱਕੇ ਦਮ ਆਪ ਛੱਡੀ ਆਈ ਬਾਈ ਬਾਈ ਬਹੁਤ ਕਹਿਣਾ ਮੈਂ ਕਿਹਾ ਡੈਡੀ ਦਾਰੂ ਯਾਰ ਕਦੇ ਛੱਡ ਦਿਓ ਉਹ ਮੈਂ ਯਾਰ ਪੁੱਤ ਟੈਨਸ਼ਨਾਂ ਵੀ ਕਰ ਜਾ ਮੈਂ ਨਾ ਪਹਿਲਾਂ ਆਪਦੇ ਡੈਡੀ ਨਾਲ ਨਾ ਜਿਵੇਂ ਆਪਾਂ ਐਂ ਬੈਠੇ ਹਾਂ ਯਾਰ ਤੂੰ ਐਂ ਕਰਦੇ ਯਾਰ ਤੂੰ ਐਂ ਕਰਕੇ ਐਂ ਗੱਲ ਕਰਦਾ ਜਦੋਂ ਮੈਂ ਨਸ਼ੇ ਦੇ ਦੌਰ 'ਚ ਆਇਆ ਅਸੀਂ ਛੇ ਛੇ ਮਹੀਨੇ ਸਾਲ ਸਾਲ ਗੱਲ ਹੀ ਨਹੀਂ ਕਰਦੇ ਸੀ ਇੱਕ ਦੂਜੇ ਜਿੱਥੇ ਭੈਣੇ ਇੱਕ ਮੰਜੇ 'ਤੇ ਬਹਿਣਾ ਕਰਨਾ ਪੈਗ ਵੀ ਆਪ ਆ ਕੇ ਦੇ ਦੇਣਾ ਉਹਦੇ ਡੈਡੀ ਨੂੰ ਜਦੋਂ ਲਾਉਂਦੇ ਸੀ ਹੈ ਨਾ ਉਹਨਾਂ ਦਾ ਪੁੱਤ ਮੈਂ ਆਪੇ ਹੀ ਛੱਡਦਾ ਹੋਇਆ ਸੀ ਵੀ ਕਿ ਚਲੋ ਠੀਕ ਹੈ ਵੀ ਛੱਡ ਦੇਣਗੇ ਫਿਰ ਡੈਡੀ ਨੇ ਕਿਸੇ ਨੂੰ ਹਾਂ ਨਹੀਂ ਹੋਣੀ ਮੇਰਾ ਭਤੀਜਾ ਕੋਈ ਨਾ ਗੱਲ ਕਰਦੇ ਆ ਵਿਸਾਖੀ 'ਤੇ ਗਿਆ ਚੁੱਪ ਕਰਕੇ ਅੰਮ੍ਰਿਤ ਛੱਕ ਕੇ ਆ ਗਿਆ ਉਹਨੇ ਕੋਈ ਕਿਸੇ ਨਾਲ ਨਹੀਂ ਯਾਦ ਦਾ ਚਲ ਅੰਮ੍ਰਿਤ ਉਹਦੀ ਇੰਨੀ ਰੁਚੀ ਪਰਮਾਤਮਾ ਦੇ ਲੱਗੀ ਹੈ ਜਾਣੀ ਕਿ ਮੈਂ ਉਹਨੂੰ ਦੇਖਿਆ ਵੀ ਆ ਵਾਕਈ ਡੈਡੀ ਦੀ ਗੱਲ ਤੋਂ ਸਿੱਧ ਹੋਇਆ ਪਰਮਾਤਮਾ ਇਹ ਕਹਿੰਦਾ ਤੁਸੀਂ ਮੈਨੂੰ ਆਪਣਾ ਆਪ ਦੇ ਦਿਓ ਤੁਹਾਨੂੰ ਮੈਂ ਭੁੱਖਾ ਨਹੀਂ ਮਾਰ ਲੈਂਦਾ ਡੈਡੀ ਨਾ ਕੋਈ ਪਾਠ ਸੀ ਮੈਨੂੰ ਨਹੀਂ ਪਤਾ ਕਿਹੜਾ ਪਾਠ ਸੀ ਦਿਹਾੜੀ 'ਚ 1000 ਵਾਰੀ ਕਿ ਕਿੰਨੇ ਵਾਰੀ ਕਰਦੇ ਖਣੀ 500 ਵਾਰੀ ਕਰ ਕਿੰਨੇ ਵਾਰੀ ਕਰਦੇ ਡੈਡੀ 'ਤੇ ਨਾ ਫਿੰਸੀਆਂ ਹੋ ਗਈਆਂ ਲਾ ਕੇ ਗਲਾਸ ਪਾਣੀ ਦਾ ਕੋਲੇ ਰੱਖ ਲਿਆ ਕਰੇ ਗਰਮੀ ਦਾ ਟਾਈਮ ਸੀ ਪਾਠ ਕਰ ਲਿਆ ਕਰਨ ਪਾਠ ਕਰੀ ਜਾਣਾ ਪਾਣੀ ਪੀ ਲੈਣ ਅਤੇ ਉਹਦਾ ਕੰਮ ਕਰੀ ਜਾਇਆ ਕਰਨ ਫਿਰ ਉਹਦਾ ਤੜਕੇ ਗਲਾਸ ਰੱਖ ਲਿਆ ਕਰਨ ਪਾਠ ਕਰ ਲਿਆ ਕਰਨ ਉਹਦੇ ਕੰਮ ਕਰ ਪਾਣੀ ਪੀ ਡੈਡੀ ਨੇ ਦਵਾਈ ਨਹੀਂ ਲਈ ਡੈਡੀ ਉਹਦੇ ਨਾਲ ਠੀਕ ਹੋ ਗਿਆ ਮੈਂ ਨੇਚਰ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਵਾਸਤੇ ਵਿੱਚ ਤੁਸੀਂ ਇੱਕ ਵਾਰੀ ਕੀਤਾ ਮੈਂ ਸਿੱਖੀ 'ਚ ਗਿਆ ਉਦੋਂ ਵਧੀਆ ਉਦੋਂ ਚਲਾ ਉਹਦਾ ਲਹਿਰ ਬਣ ਗਈ ਠੀਕ ਆ ਸੌਖਾ ਹੋ ਗਿਆ ਜਿਵੇਂ ਤੈਨੂੰ ਮੈਂ ਕਹਿੰਦਾ ਪਾਲਣਾ ਸੀ ਯਾਰ ਫਿਰ ਜਦੋਂ ਉਦੋਂ ਚੁੰਮਦੀ ਖੁੱਲ੍ਹੀ ਸੀ ਯਾਰ ਆਪਾਂ ਕਿੱਧਰ ਤੁਰੇ ਫਿਰਦੇ ਯਾਰ ਸੈੱਟ ਹੋ ਗਏ ਸਾਰਾ ਕੁਝ ਖੇਡੋ ਯਾਰ ਖੇਡੋ ਖੇਡੋ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਖੇਡਣਾ ਚਲੋ ਸ਼ੁਰੂ ਕਰਤਾ ਉਹ ਜਦੋਂ ਹੁਣ ਚੱਕਰ ਆ ਕੇ ਡਿੱਗ ਪਿਆ ਕਰਨਾ ਯਾਰ ਗੱਲ ਕੀ ਹੈ ਸਾਲਾ ਉਹ ਕਿਤੇ ਨਾ ਜਦੋਂ ਆਪਾਂ ਪਹਿਲਾਂ ਖੇਡਦੇ ਬ੍ਰੇਨ ਦੀਆਂ ਨਾੜੀਆਂ ਆਪਣੀਆਂ ਇੰਨੀਆਂ ਸਾਈਕਲ ਵੱਜ ਗਈਆਂ ਸੀਗੀਆਂ ਜਾਣੀ ਕਿ ਨਾ ਉੱਤੋਂ ਦਰਦ ਵਾਲਾ ਹੋਣ ਲੱਗ ਗਏ ਵਧੀ ਉਹ ਡਾਕਟਰ ਨਾਲ ਰਹਿ ਰੂ ਕਰਨੀ ਯਾਰ ਬਾਈ ਐਂ ਕਰਕੇ ਉਹਦਾ ਯਾਰ ਵੀ ਤੈਨੂੰ ਕੇਸ ਕਟਾਉਣੇ ਪੈਣਗੇ ਜੇ ਖੇਡਣਾ ਉਹ ਮੁੰਡਿਆਂ ਨਾਲ ਵੀ ਹੋਰ ਫਿਰ ਚੰਗੇ ਬੰਦਿਆਂ ਨਾਲ ਵੀ ਰਾਇ ਕੀਤੀ ਐਂ ਕਰਕੇ ਸਾਰਿਆਂ ਨੇ ਆਹਦੇ ਬਾਈ ਯਾਰ ਫਿਰ ਕੋਈ ਨਹੀਂ ਯਾਰ ਕਟਾ ਦੇ ਜੇ ਖੇਡਣਾ ਮੈਂ ਕਿਹਾ ਚੱਲ ਜ਼ੋਰ ਲਾਉਂਦੇ ਹਾਂ ਠੱਠੀ ਭਾਈ ਜਿਹੜਾ ਜਗਮੇਵ ਸੀ ਬੰਦਾ ਜਿਹਨੇ ਆਪਾਂ ਨੂੰ ਪਹਿਲਾਂ ਕਬੱਡੀ ਲਈ ਜੇ ਦੂਰੀ ਯਾਰ ਆਪਾਂ ਜਦੋਂ ਆਏ ਹਾਂ ਵਿੱਚ ਗਰਾਊਂਡ 'ਚ ਮੁੰਡੇ ਜਿੰਮ ਤੋਂ ਗੁਰਪੇ ਜਿਹੜੀ ਸ਼ਹਿਰੋਂ ਉਹਨਾਂ ਨੇ ਕੀਤਾ ਚਲੋ ਆਪਾਂ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਆਪਾਂ ਹੋਰ ਅੱਜ ਹੋਰ ਕੱਲ੍ਹ ਨੂੰ ਹੋਰ ਵਧੀਆ ਹੋ ਗਏ ਲੱਗਾ ਵੀ ਆਪਦੇ ਆਪ ਨੂੰ ਯਾਰ ਠੀਕ ਆ ਮੁੜੇ ਆਏ ਆ ਫਿਰ ਹੈ ਨਾ ਵਧੀਆ ਹੋ ਗਿਆ ਹੈ ਨਾ ਮੈਚ ਵੀ ਲੋਕਾਂ ਦੀ ਵੀ ਉਹ ਮਿਲਦੀ ਹੋਊ ਥੋੜ੍ਹੀ ਹਾਂ ਪਿਆਰ ਬਹੁਤ ਮਿਲਿਆ ਵੀ ਐਂ ਯਾਰ ਠੀਕ ਹੈ ਯਾਰ ਪਹਿਲਾਂ ਗੋਵੇਂ ਸਾਰਾ ਕੁਛ ਹੈ ਨਾ ਲੋਕਾਂ ਦੇ ਫੋਨ ਵੀ ਆਉਣ ਲੱਗੇ ਪਹਿਲਾਂ ਮੈਨੂੰ ਫੋਨ ਹੀ ਆਏ ਆਉਂਦੇ ਵੀ ਬਾਈ ਯਾਰ ਕਿੱਥੇ ਖੇਡਣਾ ਯਾਰ ਬਾਈ ਕਦੋਂ ਖੇਡਣਾ ਚਲੋ ਖੇਡਣ ਲੱਗ ਗਏ ਠੀਕ ਹੋ ਗਿਆ ਸਾਰਾ ਬਾਈ ਯਾਰ ਠੀਕ ਆ ਹਾਂ ਹੋ ਗਿਆ ਉਹ ਸਾਰਾ ਮੁੜ ਕੇ ਗੋਡੇ 'ਤੇ ਸੱਟ ਲੱਗ ਗਈ ਫਿਰ ਗੋਡੇ 'ਤੇ ਸੱਟ ਲੱਗ ਗਈ ਫਿਰ ਸਾਰਾ ਜਿਵੇਂ ਪੈਰ ਤਲਕਣ ਵਾਲੀ ਗੱਲ ਆ ਫਿਰ ਉਹੋ ਜਿਹੇ ਸੰਗਤ ਆਏ ਨਾਲ ਫਿਰ ਉਹ ਮਾੜਾ ਜਿਹਾ ਹੋ ਲਿਆ ਹੈ ਨਾ ਕੰਮ ਜਿਹਾ ਪਰ ਉਦੋਂ ਬਾਅਦ ਉਹ ਨਹੀਂ ਹਿੱਲਣ ਵਾਲੀ ਗੱਲ ਹੋਈਗੀ ਮੁੜ ਕੇ ਉਦੋਂ ਬਾਅਦ ਜਦੋਂ ਸੱਟਾਂ ਹੋ ਗਈਆਂ ਮੁੜ ਕੇ ਸਾਲਾ ਜਦੋਂ ਪ੍ਰੈਟਫੋਰਮ ਵੇਖਿਆ ਤਾਂ ਬਾਅਦ 'ਚ ਪੀੜੀਆ ਹੋ ਗਿਆ ਪੀੜੀਆ 'ਚ ਫਿਰ ਜਿਹੜੀ ਮੇਰੀ ਰੋਟੀ ਰੋਟੀ ਬੰਦ ਹੋ ਗਈ ਤੈਨੂੰ ਪਤਾ ਉੱਧਰ ਬਾਹਲਾ ਹੋ ਗਿਆ ਕੰਮ ਵੱਧ ਗਿਆ ਉਹ ਕਿਵੇਂ ਹੋ ਗਿਆ ਪੀੜੀਆ ਜਦੋਂ ਖੇਡਦੇ ਪ੍ਰੈਕਟਿਸ ਕਰਦੇ ਤਾਂ ਸ਼ਾਮ ਨੂੰ ਖੇਤ ਕੋਈ ਜਾੜਨਾ ਜਿਵੇਂ ਆਮ ਵੀ ਆਪਣਾ ਹੁੰਦਾ ਯਾਰ ਦੇਸੀ ਲਿਆਓ ਯਾਰ ਬਹਿੰਦੇ ਆ 10 ਮਿੰਟ ਇੱਕ ਪੈਗ ਲਾਉਣੇ ਹੈ ਨਾ ਇੱਕ ਪੈਗ ਲਾ ਲੈਣਾ ਐਂ ਕਰਕੇ ਬਸ ਆਪਦਾ ਉਦੋਂ ਬਾਅਦ ਮੁੜ ਕੇ ਫਿਰ ਸਾਲਾ ਭੜਕਦੇ ਭੜਕਦੇ ਜੋ ਪੀੜੀਏ ਦੀ ਨਸ਼ੇ 'ਚ ਪੀੜੀਆ ਹੋ ਗਿਆ ਫਿਰ ਦਾਰੂ ਦੂਰੂ ਕਿਤੇ ਵਿੱਚ ਪੀੜੀ ਸ਼ਰਾਬ ਪਤਾ ਨਹੀਂ ਲੱਗਾ ਉਦੋਂ ਬਾਅਦ ਸੈਦੋ ਆਪਣੇ ਬੰਦਾ ਇੱਕ ਹੈਗਾ ਨਹਿੰਗਾ ਉਹਨੂੰ ਕਹਿੰਦੇ ਮੁੰਡੇ ਨੂੰ ਉਹਦਾ ਮੁੰਡਾ ਕਨੇਡਾ ਗਿਆ ਉਹ ਕਬੱਡੀ ਦੇ ਐਡੇ ਪਾਚਕ ਸੀ ਬੰਦੇ ਐਡੇ ਫੈਨ ਸੀ ਪ੍ਰਦੀਪ ਬੰਦੇ ਉਹ ਬੰਦੇ ਕੋਲ ਮੈਂ ਰਹਿ ਗਿਆ ਮਹੀਨਾ 2 ਮਹੀਨੇ ਅਤੇ ਉੱਥੇ ਵੀ ਲੋਕਾਂ ਨੇ ਇਹ ਟੈਕ ਮਾਰ ਮਾਰੀ ਯਾਰ ਹਾਂ ਹਾਂ ਯਾਰ ਗੁਰਜੀਤ ਇੱਥੇ ਕੀ ਕਰਦਾ ਯਾਰ ਕਾਹਤੋਂ ਰਹਿੰਦਾ ਯਾਰ ਆਏ ਆ ਉਹ ਤੁਸੀਂ ਸਿੱਧ ਹੋ ਗਏ ਸੀ ਹਾਂ ਅਤੇ ਕਾਹਤੋਂ ਰਹਿੰਦਾ ਯਾਰ ਕਿਉਂ ਯਾਰ ਆਏ ਆ ਜਿਉਂ ਉਹਨੇ ਜੇ ਕੋਈ ਕਿਸੇ ਸੈੱਟ ਕਰਦਾ ਕੋਈ ਕਿਸੇ ਨੂੰ ਹੈ ਨਾ ਵੀ ਕਿਸੇ ਨੂੰ ਖੁਰਾਕ ਦੇ ਰਿਹਾ ਕੋਈ ਕੀ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਉੱਥੇ ਵੀ ਟਿੱਪਣੀਆਂ ਹੋਈਆਂ ਉਹਨੂੰ ਫੋਨ ਕਰਕੇ ਬਕਾਇਦਾ ਉਹ ਬੰਦੇ ਨੂੰ ਯਾਰ ਤੂੰ ਉਹਨੂੰ ਕਹਿ ਮੇਰੇ ਘਰੋਂ ਆ
ਉਹਨਾਂ ਨੇ ਤੁਹਾਨੂੰ ਸੰਭਾਲਿਆ ਸੀ ਪਰ ਉਹਨਾਂ ਨੂੰ ਕਹਿੰਦੇ ਸੀ ਵੀ ਨਾ ਇਹ ਕੀ ਕਰੀ ਜਾਂਦੇ ਹਾਂ ਦੱਸੋ ਫਿਰ ਉਹ ਨਾਲੇ ਉਹ ਬੰਦੇ ਜਿਹੜੇ ਕਹਿ ਰਹੇ ਆ ਉਹ ਬੰਦੇ ਇੱਕ ਪਾਸੇ ਇਹ ਕਹਿ ਰਹੇ ਸੀ ਉਹਦੇ ਭਰਾ ਅਸੀਂ ਉਹਦੇ ਸਾਰਾ ਕੁਛ ਦੱਸੋ ਫਿਰ ਕੀ ਕਰੋ ਹੁਣ ਉਹ ਬੰਦਾ ਇੰਨਾ ਕਸੂਤਾ ਵਿਚਾਲੇ ਫਸ ਗਿਆ ਨਾ ਹੁਣ ਤੂੰ ਹੀ ਲਾੜਾ ਆਪਦੇ 'ਤੇ ਤੂੰ ਮੈਨੂੰ ਸਾਂਭ ਰਿਹਾ ਦੂਜਾ ਬੰਦਾ ਹੈਪੀ 'ਤੇ ਲਾੜਾ ਹੈਪੀ ਤੈਨੂੰ ਕਹਿ ਰਿਹਾ ਯਾਰ ਇਹਨੂੰ ਕੱਲ੍ਹ ਇੱਥੋਂ ਨਹੀਂ ਰੱਖਣਾ ਯਾਰ ਇਹਨੂੰ ਜਾਣ ਦੇ ਬਾਈ ਇਹਨੂੰ ਕਹਿ ਇਹਨੂੰ ਯਾਰ ਤੂੰ ਕੀ ਕਰੇਗਾ ਮਾਨਸਿਕ ਤੌਰ 'ਤੇ ਟੈਨਸ਼ਨ ਤੈਨੂੰ ਵੀ ਆ ਗਈ ਫਿਰ ਉੱਥੋਂ ਕੀ ਆ ਆਪਾਂ ਚੱਲ ਵਧੀਆ ਆਪਦਾ ਸੈੱਟ ਸੀ ਮਾਲੇ ਦੀ ਕਿਰਪਾ ਨਾਲ ਵਧੀਆ ਉੱਥੇ ਚੱਲ ਵਧਦੇ ਪਲੇਟ ਥੋੜ੍ਹੀ ਖੁਰਾਕ ਖਰੂਕ ਦੀ ਖਾਧੀ ਅਤੇ ਮੈਂ ਚੁੱਪ ਕਰਕੇ ਮੈਨੂੰ ਕਹਿੰਦਾ ਨਹੀਂ ਜਾਣਾ ਨਹੀਂ ਉਹਦਾ ਮੁੰਡੇ ਨੇ ਬਾਹਰ ਕਨੇਡਾ ਦਾ ਮੁੰਡਾ ਉਹਨੇ ਮੈਨੂੰ ਫੋਨ ਕੀਤਾ ਬਾਈ ਟੈਨਸ਼ਨ ਨਾ ਲਈ ਆਪਾਂ ਤੇਰਾ ਫੁੱਲ ਕਰਾਂਗੇ ਜਿੰਨਾ ਵੀ ਹੋਇਆ ਜੇ ਹੋਇਆ ਤਾਂ ਕੁੜੀ ਦਾ ਮੈਂ ਬਾਈ ਯਾਰ ਕੋਈ ਨਹੀਂ ਤੂੰ ਇੰਨਾ ਕਹਿ ਹੀ ਦਿੱਤਾ ਇਹੀ ਬਹੁਤ ਆ ਅਤੇ ਉਹ ਜਦੋਂ ਮੈਂ ਉੱਥੋਂ ਆਇਆ ਪ੍ਰਦੀਪ ਅਤੇ ਆਪਾਂ ਚੁੱਪ ਕਰਕੇ ਤਾਂ ਜੁੜੀ ਚੱਕਿਆ ਅਤੇ ਮੈਂ ਆ ਗਿਆ ਕਿਉਂਕਿ ਉਦੋਂ ਮੈਂ ਦਿੱਲੀ ਧਰਨਾ ਨਹੀਂ ਸੀ ਆਪਣੇ ਉੱਥੇ ਲਾ ਕੇ ਇਹਨਾਂ 10-15 ਦਿਨ ਪਹਿਲਾਂ ਫਿਰ ਉੱਥੇ ਸ਼ਹੀਦੋ ਆ ਗਏ ਫਿਰ ਉੱਥੇ ਉੱਠ ਗਏ ਜੀ ਉਦੋਂ ਸਿਆਲ ਗਏ ਸੀ ਉਦੋਂ ਦੀ ਗੱਲ ਆ ਅਤੇ ਮੈਂ ਗੱਲ ਕਰਦਾ ਵੀ ਇੱਥੋਂ ਤੱਕ ਲੋਕ ਪਏ ਆ ਕੀ ਕਰੇਗਾ ਸਹੀ ਗੱਲ ਜਦੋਂ ਬਾਈ ਪੂਰਾ ਚੜ੍ਹ ਟੋਪ 'ਤੇ ਸੀ ਜਦੋਂ ਮੈਂ ਐਂ ਕਦੇ ਕਨੇਡਾ ਦਾ ਗੇੜਾ ਕਦੇ ਯੂਕੇ ਦਾ ਗੇੜਾ ਕਦੇ ਕਿਤੋਂ ਦਾ ਗੇੜਾ ਉਹ ਉਸ ਚੀਜ਼ ਨੂੰ ਯਾਦ ਕਰਕੇ ਅੱਜ ਐਂ ਲੱਗਦਾ ਕਿ ਉਹ ਗਵਾ ਲਿਆ ਹੱਥ 'ਚੋਂ ਨਿਕਲ ਗਿਆ ਉਹ ਮੌਕਾ ਪਰਮਾਤਮਾ ਹਰ ਇੱਕ ਨੂੰ ਇੱਕ ਦਿੰਦਾ ਅਤੇ ਜੇ ਆਪਾਂ ਕੋਸ਼ਿਸ਼ ਕਰੀਏ ਦੂਜਾ ਮਿਲ ਵੀ ਜਾਂਦਾ ਜਿਹੜੀ ਨਹੀਂ ਮਿਲਦਾ ਜਿਹੜਾ ਇੱਕ ਸੁਨਹਿਰੀ ਮੌਕਾ ਸੀ ਉਹ ਮੈਨੂੰ ਵੀ ਦਿੰਦਾ ਮੈਂ ਆਪਦੇ ਹੱਥੋਂ ਗਵਾ ਲਿਆ ਜਿੱਥੋਂ ਤੱਕ ਹੈਗਾ ਵੀ ਬਹੁਤ ਕੁਛ ਕਰ ਸਕਦੇ ਸੀ ਪਰ ਗਵਾਉਣ ਦਾ ਇਹ ਨਹੀਂ ਫਿਰਦੀ ਉਹਦੇ 'ਚ ਇੱਕ ਸ਼ਾਂਤੀ ਆ ਮਨ ਦੀ ਯਾਰ ਲੋਕ ਜਿਹਨਾਂ ਨੂੰ ਕਹਿੰਦੇ ਸੀ ਨਾ ਵੀ ਇਹ ਬੰਦੇ ਪਲੇਅਰ ਨਹੀਂ ਬਣ ਸਕਦੇ ਇਹ ਬੰਦੇ ਕੁਛ ਕਰ ਨਹੀਂ ਸਕਦੇ ਜਦੋਂ ਜਨੂੰਨ ਹੀ ਆਪਦੇ 'ਚ ਇੰਨਾ ਤਕੜਾ ਸੀਗਾ ਉਹਨਾਂ ਬੰਦਿਆਂ ਨੂੰ ਪਲੇਅਰ ਵੀ ਬਣਾਤਾ ਕਨੇਡਾ ਇੰਗਲੈਂਡ ਵੀ ਖੜਾਤੀ ਯਾਨੀ ਕਿ ਇੰਨੀ ਕੁ ਸੀਗੀ ਪਰਮਾਤਮਾ ਦੀ ਮਿਹਰ ਜਿਹਨੂੰ ਹੱਥ ਪਾ ਲਿਆ ਉਹਨੂੰ ਕਨੇਡਾ ਦੀ ਅਤੇ ਇੰਗਲੈਂਡ ਦੀ ਬਾਜੀ ਦਾ ਹੱਥ ਜਹਾਜ਼ ਦਾ ਹੱਥ ਪਵਾਇਆ ਹੀ ਪਾਇਆ ਫਿਰ ਇੱਕ ਹੋਰ ਆ ਜਿਹੜਾ ਆਪਣੇ ਤੂਤਾਂ ਦੇ ਪਿੰਡ 'ਚ ਖੇਡ ਗਿਆ ਬਾਹਰ ਦਾ ਬੰਦਾ ਆ ਕੇ ਇੱਕ ਵਾਰੀ ਉਹ ਬੰਦਾ ਬਾਹਰ ਦਾ ਟੂਰ ਲਾ ਕੇ ਗਿਆ ਉਹ ਮਿਲ ਗਿਆ ਇੰਨੀ ਕੁ ਯਾਨੀ ਫਿਰ ਇੱਕ ਹੋਰ ਸੀ ਜਿੱਥੋਂ ਤੂੰ ਗੱਲ ਕੀਤੀ ਆ ਸ਼ੇਖਵਾ ਇਹ ਆ ਜਿਹੜੀਆਂ ਕਲੱਬਾਂ ਬਾਹਰ ਆ ਉਹਨਾਂ ਨੇ ਆਪਾਂ ਆਪਦਾ ਸਾਰਾ ਕੋਈ ਵੇਚ ਵੱਟ ਕੇ ਖੜ ਗਏ ਯਾਰ ਖੜ੍ਹੇ ਹਾਂ ਹੈ ਨਾ ਹਰੇਕ ਪਲੇਅਰ ਹੀ ਖੜ੍ਹਦਾ ਅਤੇ ਜਦੋਂ ਲੋੜ ਪੈਂਦੀ ਆ ਉਹ ਕਲੱਬਾਂ ਮੁੜ ਕੇ ਉਹਦੇ ਐਸੀ ਲੱਤ ਵੱਜਦੀ ਲੋੜ ਕਿਸੇ ਨੇ ਜਦੋਂ ਹੁਣ ਪਹਿਲਾਂ ਕਬੱਡੀ ਚੱਲਦੀ ਸੀ ਜੋ ਚੱਲਦੀ ਸੀ ਉਹ ਤਾਂ ਗੁਰਜੀਤ ਨੂੰ ਸਾਰੇ ਪੈਸੇ ਵੀ ਮਿਲਦੇ ਸੀ ਪੂਰਾ ਉਹਦੀ ਕਬੱਡੀ ਦੇ ਕੇ ਕਬੱਡੀ ਦਾ ਵੀ ਮੈਨੂੰ ਲੱਗਦਾ ਨੋਟ ਲੱਗਦੇ ਸੀ ਪਰ ਜਦੋਂ ਹਾਲਾਤ ਮਾੜੇ ਹੋ ਗਏ ਉਦੋਂ ਕੋਈ ਨਾਲ ਨਹੀਂ ਰਿਹਾ ਜਿਨ੍ਹਾਂ ਦਾ ਭਰੋਸਾ ਸੀ ਜਿਨ੍ਹਾਂ ਦਾ ਵਿਸ਼ਵਾਸ ਸੀ ਵੀ ਆਹ ਕਰਨਗੇ ਉਹ ਨਹੀਂ ਰਹੇ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਸੀ ਕੌਣ ਆ ਕਿੱਥੋਂ ਆ ਕੇ ਉਹ ਆ ਕੇ ਨਾਲ ਖੜ੍ਹ ਗਏ ਤੈਨੂੰ ਹੋਰ ਦੱਸਦਾ ਵਰਲਡ ਕੱਪ 2007 ਦੇ ਮੈਂ ਤਾਂ ਬਿੱਟੂ ਬੈਸਟ ਨਿਕਲਦੇ ਹਾਂ ਵਰਲਡ ਦੇ ਬੈਸਟ ਨਿਕਲੇ ਹਾਂ ਸਾਡੇ ਕੋਲੇ ਕੀ ਆ ਸਾਨੂੰ ਕੀ ਮਿਲਿਆ ਉਹ 'ਚੋਂ ਇੱਕ ਟਰੋਫੀ ਅਤੇ ਕੱਪ ਬਸ ਹੋਰ ਕੋਈ 1 ਰੁਪਈਆ ਨਹੀਂ ਮਿਲਿਆ ਜਿਹੜੇ ਉੱਤੋਂ ਪੈਸੇ 4 ਹੋ ਗਏ ਉਹ ਕਿਉਂ ਨਹੀਂ ਮਿਲਿਆ ਤੁਸੀਂ ਖੇਡਣ ਵਾਸਤੇ ਗੱਲ ਨਹੀਂ ਕੀਤੀ ਵੀ ਸੀ ਇੰਨੇ ਇੰਨੇ ਪੈਸੇ ਲੈ ਕੇ ਖੇਡਣ ਹਾਂ ਵਾਰ ਨਹੀਂ ਉਹ ਗੱਲ ਨਹੀਂ ਉਹ ਤਾਂ ਵਾਰ ਦੀ ਟੀਮ ਬਣਾਈ ਸੀ ਉਹਨੇ ਕੈਨੇਡਾ ਦੀ ਉੱਥੋਂ ਕੱਪ ਵਾਲਿਆਂ ਨੇ ਟੀਮ ਬਣਾਤੀ ਉਹ ਜਦੋਂ ਹੁਣ ਕਲੱਬ ਆ ਸਾਡੀ ਜਿਵੇਂ ਅਸੀਂ ਜੀ ਕਲੱਬ ਫਿਰ ਜਰਵੇਲੀ ਕਲੱਬ 'ਚ ਖੇਡੇ ਉਹਨੇ ਖੇਡੇ ਉਹਨਾਂ ਨੇ ਉਹਨਾਂ ਕਲੱਬ ਵਾਲਿਆਂ ਨਾਲ ਗੱਲ ਕੀਤੀ ਸੀਗੀ ਜਿਹੜੀ ਕਰਨਾ ਕਰਾਉਣ ਦੇਣਾ ਸੀ ਉਹਨਾਂ ਨੇ ਕਲੱਬ ਵਾਲਿਆਂ ਨੇ ਦੇਣਾ ਸੀ ਜਿਹੜਾ 100,000 ਉਹ ਵੀ ਨਹੀਂ ਮਿਲਿਆ ਸਾਨੂੰ ਅਤੇ ਬਸ ਜਿਹੜੀ ਮੇਨ ਗੱਲ ਇਹ ਆ ਵੀ ਮੈਂ ਤੁਹਾਨੂੰ ਇੱਕ ਗੱਲ ਇਹ ਕਰ ਰਿਹਾ ਵੀ ਉਹਨੇ ਵੀ ਕੱਪ ਖੇਡ ਕੇ ਬੈਸਟ ਐਡੇ ਕੱਪ 'ਚੋਂ ਨਿਕਲ ਕੇ ਸਾਡੇ ਕੋਲ ਇੱਕ ਕੱਪ ਹੀ ਆ ਕਿੱਥੇ ਜੇ ਭੈਣ ਅੱਜ ਕੱਲ੍ਹ ਬੰਦਾ ਬੈਸਟ ਨਿਕਲ ਕੇ ਕੀ ਕੁਛ ਲਈ ਬੈਠਾ ਨਾਲੇ ਉਸ ਟਾਈਮ ਦੀ ਕਬੱਡੀ ਅਤੇ ਉਹ ਕਬੱਡੀ ਦਾ ਫਰਕ ਵੇਖ ਕਿੰਨਾ ਤਕੜਾ ਸੀ ਉਦੋਂ ਇਹ ਚੀਜ਼ ਦੀਂਦੀ ਨਹੀਂ ਸੀ ਯਾਰ ਪੈਸਾ ਨਹੀਂ ਦਿੱਤਾ ਕਿਸੇ ਕੋਲ ਉਦੋਂ ਸਾਰਾ ਇਹੀ ਜਨੂੰਨ ਹੁੰਦਾ ਯਾਰ ਜਿੱਤਣਾ ਹੋਰ ਜਿੱਤਣ ਦਾ ਨਹੀਂ ਪੈਸੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਉਦੋਂ ਉਹ ਜਿੱਤਣ ਦਾ ਮਤਲਬ ਫਿਰ ਅਸੀਂ 2005 ਦੀ ਗੱਲ ਆ ਚਮਕੌਰ ਸਾਹਿਬ ਮੈਂ ਖੇਡਿਆ ਕੌਡੀਆਂ ਪਾਈਆਂ ਸਿਰੇ ਦਾ ਸਿਰਾ ਠੋਕ ਕੇ ਪੂਰੀਆਂ ਖੜ ਕੇ ਰਹਿਣਾ ਅਤੇ 40,000 ਰੁਪਈਆ ਲੱਗਿਆ ਸੀ 5 ਦੇ ਵਿੱਚ ਮੇਰੇ 'ਤੇ ਅਤੇ ਜਦੋਂ ਐਂਡ 'ਤੇ ਮੈਚ ਜਮ੍ਹਾਂ ਖਤਮ ਹੋ ਗਿਆ ਆਪਣਾ ਕੋਈ ਜੱਫਾ ਨਹੀਂ ਸਾਰੇ ਟੂਰਨਾਮੈਂਟ 'ਤੇ ਲੈਣ ਕੇ ਕਮੇਟੀ ਵਾਲਿਆਂ ਨੇ ਜੱਫਾ ਲੱਗਣਾ ਹੀ ਫੇਰ ਦੇਣੇ ਸੀ ਵੀ ਤੈਨੂੰ ਨਹੀਂ ਦੇਣੇ ਅੱਛਾ ਇੱਕ ਪਲੇਅਰ ਨਾਲ ਆਹ ਚੀਜ਼ਾਂ ਵੀ ਹੋ ਜਾਂਦੀਆਂ ਬਹੁਤ ਹੁਣ ਤੂੰ ਦੱਸ ਫਿਰ ਵਾਲੇ ਕਹਿੰਦੇ ਪਲੇਅਰ ਰਲ ਗਏ ਪਲੇਅਰ ਐਂ ਕਰਕੇ ਯਾਰ ਉਹਨੇ ਕਬੱਡੀ ਨਹੀਂ ਪਾਈ ਉਹਨੇ ਜਾਨ ਨਹੀਂ ਲਾਈ ਆਪਦੀ ਤੁਸੀਂ ਇੱਕ ਜੱਫੇ 'ਤੇ ਰੱਖੇ ਆ ਉਹ ਇਹ ਦੇਖ ਵੀ ਉਹ ਆਪਦੀ ਜਾਨ ਕਿੰਨੀਆਂ ਕਬੱਡੀਆਂ ਸਾਰੀਆਂ ਭੱਜੀ ਜਾਂਦਾ ਇੱਕ ਜੱਫਾ ਲੱਗ ਗਿਆ ਉਹਦਾ 100,000 ਕਰੋੜਾਂ 'ਤੇ ਆ ਗਿਆ ਅਤੇ ਜਿਹੜਾ ਭੈਣ ਆ 50 ਕਬੱਡੀਆਂ ਪਾਈ ਬੈਠਾ ਉਹਨੂੰ 0 ਆ
ਮੈਂ ਹੁਣ ਕਬੱਡੀ ਦੇ ਪਲੇਅਰਾਂ ਨੂੰ ਮੈਂ ਇੱਕ ਚੀਜ਼ ਬਹੁਤ ਵਧੀਆ ਮੰਨਦਾ, ਜਿਹੜੇ ਆਪਣੇ ਪੈਸੇ ਲੈਂਦੇ ਠੋਕ ਕੇ, ਬਹੁਤ ਵਧੀਆ ਚੀਜ਼ ਹੈ, ਮਿਹਨਤ ਕੀਤੀ ਯਾਰ ਉਹਨਾਂ ਨੇ ਆਪਦੀ, ਆਪਦਾ ਹੱਕ ਮੰਗਦੇ ਯਾਰ, ਲੈਣਾ ਚਾਹੀਦਾ। ਤੁਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮਿਸ ਕਰਦੇ ਹੋ, ਤੁਸੀਂ ਹੱਕ ਨਹੀਂ ਲਿਆ? ਮੈਂ ਹਰ ਵਕਤ ਹੀ ਕਰਦਾ, ਜਵਾਨ ਦਾ ਖੱਟਿਆ ਸੀ, ਮੈਂ ਜਵਾਨ 'ਤੇ ਰਹਿ ਗਿਆ ਬਸ, ਮੈਨੂੰ ਜਵਾਨ ਦਾ ਮੁੱਲ ਹੀ ਨਹੀਂ ਮਿਲਿਆ ਆਪਦੀ, ਮੈਂ ਜਵਾਨ 'ਤੇ ਖੜ ਗਿਆ। ਮੇਰੇ ਨਾਲ ਆਮ ਹਜੇ ਵੀ ਸਾਰਿਆਂ ਨੂੰ ਪਤਾ, ਕਲੱਬਾਂ ਨੂੰ ਪਤਾ, ਲੋਕਾਂ ਨੂੰ ਪਤਾ, 15 lakh ਰੁਪਈਆ ਲੈ ਕੇ ਪਾਸੇ ਬੰਦੇ ਬੈਠੇ ਸੀ, ਅਤੇ ਮੈਂ ਜਿਹੜੀਆਂ ਆਪਦੀਆਂ ਦੂਜੀਆਂ ਕਲੱਬਾਂ ਨਾਲ ਹੀ 5-5 lakh 'ਚ ਖੇਡਿਆ, ਵੀ ਇਸ ਚੋਜ ਨੂੰ ਵੀ ਕੱਲ੍ਹ ਨੂੰ ਜੇ ਮੈਂ 19, ਕਿਉਂਕਿ ਮੇਰਾ ਸੱਟ ਪੇਟ ਵੱਜ ਗਏ, ਬੰਦੇ ਮੇਰੇ ਨਾਲ ਖੜ੍ਹੇ ਆ, ਮੈਨੂੰ ਛੱਡਦੇ ਨਹੀਂ, ਪਰ ਉਹ ਬੰਦੇ ਨੇ ਕਿਤੇ ਫੋਨ ਲੈ ਕੇ ਸਾਰ ਵੀ ਨਹੀਂ ਪੁੱਛੀ, ਉੱਥੋਂ ਬੰਦਾ ਥੋੜ੍ਹਾ ਥੋੜ੍ਹਾ ਕਿਤੇ ਤਾਂ ਵੀ ਆਪਾਂ ਮੁੱਲ ਲੈਣਾ ਨਹੀਂ ਜਾਣਦੇ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਆਪਾਂ ਨੂੰ ਮੁੱਲ ਹੀ ਨਹੀਂ ਲੈਣਾ ਆਇਆ, ਇਹ ਵੀ ਤੁਹਾਡੀ ਗੱਲ, ਮੁੱਲ ਲੈਣੇ ਹੀ ਆ, ਬਸ ਇੱਕ ਸਾਲਾ ਪਰਮਾਤਮਾ ਨੂੰ ਬਾਬੇ ਨਾਲ ਜਵਾਨ ਕਰ ਲਈ ਬਸ ਯਾਰ, ਜਵਾਨ ਤੋਂ ਨਹੀਂ ਮੁੱਕਰਨਾ, ਕੁਛ ਹੋ ਜਾਏ ਅਤੇ ਜਵਾਨ ਦਾ ਮੁੱਲ ਹੀ ਕੋਈ ਨਹੀਂ, ਮੈਂ ਤਾਂ ਕਹਿੰਦਾ। ਜੇ ਜਵਾਨ ਦਾ ਮੁੱਲ ਹੁੰਦਾ ਫਿਰ ਸ਼ਾਇਦ ਅੱਜ ਦੇਣੀ ਹੋਰ ਹੁੰਦੇ ਆ, ਬਸ ਆਹ ਚੀਜ਼ ਹੋਈ। ਮੈਂ ਤਾਂ ਬਾਈ ਤੁਹਾਨੂੰ ਮਿਲਦਾ ਰਿਹਾ ਹੈ ਨਾ, ਉਦੋਂ ਜਦੋਂ ਤੁਸੀਂ ਪੂਰੇ ਵਧੀਆ ਕਬੱਡੀ ਦੇ ਵਧੀਆ ਢੰਗ ਨਾਲ, ਮਤਲਬ ਥੋੜ੍ਹੀ ਥੋੜ੍ਹੀ ਛੱਡਣੀ ਛੱਡ ਜੇ ਰਹੇ ਸੀ ਕਬੱਡੀ ਮਾੜੀ ਮਾੜੀ ਜੀ, ਮੈਂ ਉਦੋਂ ਤੁਹਾਡੇ ਨਾਲ ਤੁਸੀਂ ਸ਼ੁਰੂਆਤ ਜੀ ਕਰਦੇ ਹਾਂ, ਜਾਣੀ ਕਿ ਮੈਂ ਨਾ ਬਾਈ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਣੀ ਚਾਹੂੰਗਾ, ਮੈਂ ਜਿਹੜੇ ਸ਼ਾਇਦ ਦੇਖਣ ਵਾਲਿਆਂ ਨੂੰ ਮੈਂ ਦੱਸੂ, ਜਦੋਂ ਆਪਣਾ ਚੱਲੂਗਾ ਨਾ ਮੈਂ ਦੱਸੂਗਾ ਉਹਨਾਂ ਨੂੰ ਵੀ ਜਦੋਂ ਅਸੀਂ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤੀ ਹੈ ਨਾ ਕਬੱਡੀ 365 ਦੀ ਬਾਈ, ਤਾਂ ਮੈਂ ਕੁਛ ਪਲੇਅਰਾਂ ਨਾਲ ਗੱਲ ਕੀਤੀ, 5-7 ਪਲੇਅਰਾਂ ਨਾਲ ਮੈਂ ਇੰਟਰਵਿਊ ਕਰ ਚੁੱਕਿਆ ਸੀ, 5-7 ਪਲੇਅਰਾਂ ਤੋਂ ਬਾਅਦ ਜਦੋਂ ਮੈਂ ਮਤਲਬ ਮੈਨੂੰ ਪਤਾ ਲੱਗਿਆ ਕਿ ਤੁਸੀਂ ਆਉਣਾ ਸੀ ਚੜਿੱਕ, ਮੈਂ ਤਾਂ ਹੈਪੀ ਸੀਗੀ ਉਦੋਂ ਅਸੀਂ ਕਰਦੇ ਸੀ, ਮੈਂ ਤਾਂ ਹੈਪੀ ਦੋਨੋਂ ਨੇ ਚੜਿੱਕ ਚਲੇ ਗਏ, ਅਤੇ ਅਸੀਂ ਗੱਲ ਕਰਨੀ ਚਾਹੁੰਦੇ ਤੁਹਾਡੇ ਨਾਲ, ਇੰਟਰਵਿਊ ਕਰਨੀ ਚਾਹੁੰਦੇ ਸੀ, ਮੈਂ ਕਹਿੰਦਾ ਜੀ ਗੁਰਜੀਤ ਤੂੰ ਤਾਂ ਮੇਰੀ ਇੰਟਰਵਿਊ ਹੋ ਜਾਏ ਤਾਂ ਬਾਹਲੀ ਵਧੀਆ ਗੱਲ, ਅਸੀਂ ਪਾਵਾਂਗੇ ਹੈ ਨਾ, ਲੋਕ ਦੇਖਣਗੇ, ਫੈਨ ਫੋਲੋਇੰਗ ਸੀ ਤੁਹਾਡੀ ਬਹੁਤ ਵੱਡੀ ਗਿਣਤੀ, ਲੋਕ ਤੁਹਾਨੂੰ ਪਿਆਰ ਕਰਦੇ। ਮੈਂ ਕਿਹਾ ਮੈਂ ਸੱਚੀ ਗੱਲ ਇਹ ਦਿਲੋਂ ਕਹਿੰਦਾ ਬਾਈ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ, ਕਿਉਂਕਿ ਮੇਰੇ ਹੱਥ ਕੰਬਦੇ ਸੀ ਤੁਹਾਡੇ ਨਾਲ ਗੱਲ ਕਰਾਂ, ਐਡੀ ਵੱਡੀ ਸ਼ਖਸੀਅਤ, ਮਤਲਬ ਮੈਨੂੰ ਲੱਗੀ ਕਿ ਮੈਂ ਗੁਰਜੀਤ ਬਾਈ ਨਾਲ ਮੈਂ ਕਿਵੇਂ ਗੱਲ ਕਰੂੰਗਾ। ਅਸੀਂ ਉਹ ਮਤਲਬ ਤੁਹਾਡੇ ਕੋਲ ਆਉਣ ਦੇ ਵੀ ਕੋਸ਼ਿਸ਼ ਕੀਤੀ, ਪਰ ਮੈਂ ਤੁਹਾਡੇ ਉਹਨੇ ਮਾਈਕ ਕਰਿਆ ਤਾਂ ਮੇਰੇ ਹੱਥ ਕੰਬਦੇ ਸੀ, ਇਸ ਕਰਕੇ ਅਸੀਂ ਉਹ ਵੀਡੀਓ ਪਾ ਨਹੀਂ ਸਕੇ। ਹੱਥ ਕੰਬਦੇ ਕਿਉਂ ਸੀ ਨਾ ਬਾਈ, ਐਡੀ ਵੱਡੀ ਸ਼ਖਸੀਅਤ ਸੀ ਗੁਰਜੀਤ ਤੂਤ, ਐਡਾ ਵੱਡਾ ਨਾਂ, ਮਤਲਬ ਆਪਾਂ ਮੈਂ ਸੋਚ ਨਹੀਂ ਸਕਦਾ, ਅੱਜ ਆਪਾਂ ਦੁਬਾਰਾ ਬੈਠੇ ਹਾਂ, ਉਸ ਤੋਂ ਪਹਿਲਾਂ ਆਪਾਂ ਮਿਲਦੇ ਰਹੇ ਹਾਂ, ਪਰ ਮੈਂ ਉਹ ਸਮਾਂ ਕਦੇ ਨਹੀਂ ਭੁੱਲਦਾ ਜਦੋਂ ਮੈਂ ਤੁਹਾਨੂੰ ਦੇਖ ਕੇ ਕੰਬ ਰਿਹਾ ਸੀ, ਕੰਬ ਕਿਉਂ ਰਿਹਾ ਸੀ ਨਾ, ਐਡੀ ਐਡਾ ਨਾ ਹੀ ਐਡਾ ਬਿਲਕੁਲ ਵੀ ਨਹੀਂ ਸੀ, ਪਰ ਐਂ ਲੱਗਦਾ ਸੀ ਐਡੀ ਵੱਡੀ ਸ਼ਖਸੀਅਤ ਨਾਲ ਮੈਂ ਗੱਲ ਕਰ ਲੂੰਗਾ, ਇੱਕ ਅਹਿਸਾਸ ਸੀਗਾ। ਪਰ ਉਸ ਤੋਂ ਬਾਅਦ ਮਤਲਬ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਪੜਾਅ ਆਏ ਹੈ, ਉਹ ਅਲੱਗ ਅਲੱਗ ਕਿਸਮ ਦੇ ਦੇਖਣ ਨੂੰ ਮਿਲਿਆ, ਮੈਂ ਬਹੁਤ ਮਿਲਦਾ ਰਿਹਾ, ਆਪਾਂ ਇਕੱਠੇ ਕਿੰਨਾ ਰਹੇ, ਤੁਸੀਂ ਵੀ ਮੇਰੇ ਕੋਲ ਆਪਣੇ ਕੋਲ ਉੱਥੇ ਘਰੇ ਆ ਕੇ ਰਹਿਣਾ, ਘਰੇ ਵੀ ਰਹਿੰਦੇ ਨੇ ਜਾ ਕੇ, ਉੱਥੇ ਪਤਾ ਉਹ ਤਾਂ ਉੱਥੇ ਲਾ ਜਾਣਾ, ਤੁਸੀਂ ਇੱਥੇ ਆਉਣਾ, ਦੋ ਦਿਨ ਲਾ ਜਾਣਾ, ਪਤਾ ਹੀ ਨਹੀਂ ਹੁੰਦਾ ਸੀ ਉੱਧਰ ਨੂੰ ਜਾਣਾ ਕਿਤੇ ਗੱਡੀ ਦੇ, ਕਿੱਥੇ ਆਪਾਂ ਇਕੱਠੇ ਹੁੰਦੇ, ਬਾਹਲਾ ਬਹੁਤ ਚਿਰ ਇਕੱਠੇ ਰਹੇ, ਜਾਣੀ ਤਾਂ ਖੇਡਦੇ ਰਹੇ ਇਕੱਠੇ, ਟੂਰਨਾਮੈਂਟ 'ਤੇ ਵੀ ਤਕਰੀਬਨ ਜੇ ਜਾ ਵੜਨਾ ਤੁਸੀਂ ਉੱਥੇ ਲਾ ਕੇ ਲਾਈਵ ਕਰਕੇ ਆਪਣੇ ਕੋਲ ਹੀ ਬੈਠੀ ਹੈ ਟੀਮ ਤੁਹਾਡੇ, ਅਤੇ ਉੱਥੇ ਖੜ੍ਹੇ ਹੈ ਨਾ ਇਕੱਠੇ ਖੜ੍ਹੇ, ਤਾਂ ਉਹ ਚੀਜ਼ ਤਾਂ ਹੁਣ ਵੀ ਮੈਂ ਬਹੁਤ ਮਿਸ ਕਰਦਾ ਯਾਰ, ਫਿਰ ਇਸੇ ਕਰਕੇ ਸੋਚੀਦਾ ਵੀ ਬਹੁਤ ਸੋਹਣਾ ਦੌਰ ਲੰਘਿਆ ਯਾਰ, ਬਹੁਤ ਸੋਹਣਾ ਇੰਜੋਏ ਕੀਤਾ, ਪਰ ਜਿਵੇਂ ਤੂੰ ਕਹਿਣਾ ਵੀ ਤਕੜਾਪਣ ਹੋ ਕੇ ਕਰਕੇ ਵੀ ਨਾ ਸਾਰਾ ਉਹ ਮੁੱਲ ਜਿਹਾ ਪਾ ਨਹੀਂ ਸਕਿਆ, ਮੈਂ ਆਪ ਹੀ ਨਹੀਂ ਪਵਾ ਸਕਿਆ। ਹੁਣ ਬਾਈ ਕਿਵੇਂ ਆ ਗਏ, ਹੁਣ ਫਾਈਨੈਂਸ਼ਲੀ ਤੌਰ 'ਤੇ ਕੀ ਹਾਲਾਤ ਨੇ, ਮਤਲਬ ਕੰਮ ਕਾਰ ਕੋਈ ਹੈ? ਕੋਈ ਕੰਮ ਕਾਰ ਨਹੀਂ ਕਰਦਾ, ਖੇਤੀਬਾੜੀ ਦਾ ਬਸ ਮਾੜਾ ਮੋਟਾ। ਖੇਤੀਬਾੜੀ ਕਿੰਨੀ ਕੁ ਹੈ? ਖੇਤੀਬਾੜੀ ਦਾ ਯਾਰ ਇਹੀ ਹੈ, ਸਿੱਧੀ ਗੱਲ ਕੀ ਆ, ਤੈਨੂੰ ਸਾਰੀ ਜਿਹੜੀ ਅਸੀਂ ਹੈ ਤਾਂ ਵੀ PR ਦਾ ਕੇਸ ਜਿਹਾ ਲਾਇਆ ਸੀ ਉਦੋਂ ਆਪਣਾ ਕੈਨੇਡਾ ਦਾ, ਉਹ ਬੰਦਿਆਂ ਨਾਲ ਗੱਲ ਹੋਈ ਸੀ ਵੀ ਜੇ ਪੱਕਾ ਬਣ ਗਿਆ ਤਾਂ ਠੀਕ ਆ, ਪੈਸੇ ਸਾਰੇ ਦੇਣੇ ਆ, ਨਹੀਂ ਤਾਂ 1 lakh rupees ਦੇ ਕੇ ਕੱਟ ਕੇ ਬਾਕੀ ਦੇਣੇ ਆ। ਉਹ ਵੀ 7 saal ਹੋ ਗਏ, ਕੋਈ ਕੇਸ ਨਹੀਂ ਲੱਗਾ ਉੱਧਰੋਂ, ਕੋਈ ਉਹਨੇ ਪੈਸੇ ਨਹੀਂ ਦਿੱਤੇ, ਉਹ ਪੈਸੇ ਚੱਕ ਚੁੱਕ ਕੇ PR ਦੇ ਲਾਏ ਸੀ, ਫਿਰ ਉਦੋਂ ਬਾਅਦ ਇੱਕ ਹੋਰ ਅਪਲਾਈ ਕੀਤਾ, ਉਦੋਂ ਪੈਸੇ ਜੇ ਚੱਕ ਕੇ ਦੇ ਤੇ, ਹੁਣ ਵਾਹਣ ਠੇਕੇ ਤਾਂ ਹੁੰਦਾ ਸਿੱਧੀ ਗੱਲ ਆ, 2 saal ਪਹਿਲਾਂ ਆਪ ਖੇਤੀ ਖੁਤੀ ਕਰਦੇ ਰਹੇ, ਬ੍ਰਦਰ ਨਾਲ ਹੁੰਦੇ, ਚਲ ਵਧੀਆ ਸੀ ਸਾਰਾ ਕੁਛ, 7-8 acres ਦੀ ਖੇਤੀ ਆ, ਵਿੱਚੋਂ ਠੇਕਾ ਕਰਕੇ ਤੈਨੂੰ ਪਤਾ ਹੀ ਆ ਕੀ ਬਣਦਾ ਉਹ ਅੱਜ ਕੱਲ੍ਹ, ਹੈ ਨਾ। ਹੁਣ ਤਾਂ ਇੱਥੋਂ ਤੱਕ ਅੱਗੇ ਨਾ ਮਾਤਾ ਨੇ ਨਾ ਮਹਿਸੂਸ ਹੁੰਦਾ ਸੀ ਵੀ ਮਾਤਾ ਦੇ ਨਾ ਮਸ਼ੀਨ ਲੱਗਣ ਵਾਲੀ ਕੰਨਾਂ ਦੀ,
ਕਈ ਵਾਰੀ ਕਹਿੰਦਾ ਤਾਂ ਮੈਂ ਡੈਡੀ ਨੂੰ ਵੀ ਸਾਰਾ ਕਿਹਾ ਵੀ ਯਾਨੀ ਕਿ ਇੱਥੇ ਤੱਕ ਨਹੀਂ ਮਸ਼ੀਨ ਨਹੀਂ ਲਵਾਇਆ ਹੁੰਦੀ ਹਜੇ ਸਿੱਧੀ ਗੱਲ ਤੁਹਾਨੂੰ ਦੱਸਦਾ ਅੱਗੇ ਮਾਤਾ ਨੇ ਕਹਿਣਾ ਪੁੱਤ ਆ ਕੰਮ ਆ ਯਾਰ 5,000 ਰੁਪਇਆ ਜਾਂ ਕਰਨ ਦਾ ਮਾਤਾ ਦੱਸ ਚੱਕ ਹੁਣ ਸਹੀ ਗੱਲਾਂ ਸਾਰਾ ਇਹ ਚੀਜ਼ ਨੂੰ ਮਹਿਸੂਸ ਹੁੰਦਾ ਯਾਰ ਕਿੱਥੇ ਦੇਣਾ ਸੀ ਕਿੱਥੇ ਲੈ ਰਹੇ ਹਾਂ ਭੈਣ ਚੋਂ ਘਰਦਿਆਂ ਤੋਂ ਯਾਰ ਹੁਣ ਜਿਹੜੀ ਮੇਨ ਗੱਲ ਇਹ ਆ ਗਈ ਵੱਡੀ ਬੁੱਕਾਂ ਨਾਲ ਖਾਧਾ ਚੌਂਚਿਆਂ ਨਾਲ ਖਾਧਾ ਨਹੀਂ ਜਾਂਦਾ ਬੁਰੀ ਬਣੀ ਖੜੀ ਹੈ ਨਾ ਹੁਣ ਕਈ ਵਾਰੀ ਇਹ ਸੋਚੀਦਾ ਯਾਰ ਖੇਤੀ ਕਰ ਲਈਏ ਯਾਰ ਹੈ ਨਾ ਆਪਦੀ ਵਧੀਆ ਚੱਲ ਹੈਗੀ ਸੰਦ ਪਹਿੜਾ ਖੜਾ ਸਾਰਾ ਕੁਛ ਹੁਣ ਕਰਦੇ ਉਹ ਫਿਰ ਖੇਤੀ ਦਾ ਯਾਰ 2-2.5 ਲੱਖ ਵੀ ਚਾਹੀਦਾ ਟਰੈਕਟਰ ਵੀ ਲਈਏ ਹੈ ਨਾ ਪਹਿਲਾਂ ਖੇਤੀ ਕਰਨਾ ਤਾਂ ਵਧੀਆ ਅੱਜ ਕੱਲ੍ਹ ਕੋਈ 2-4 ਲੱਖ ਕੋਲ ਹੋਵੇ ਨਾ ਫੇਰ ਹੀ ਹੁੰਦੀ ਹੈ ਜੇ ਆਪਾਂ ਕਹਿ ਦਈਏ ਉਹ ਫਿਰ ਉਦੋਂ ਬਾਅਦ ਆ ਫਿਰ ਜੋਬ ਦਾ ਹੁਣ ਇੱਕ ਜਿਹੜੀ ਮੇਨ ਗੱਲ ਇਹ ਆ ਸਾਲਾ ਜਿਵੇਂ ਤੂੰ ਨਾਂ ਦੀ ਗੱਲ ਆ ਜਾਂਦੀ ਉਹ ਆ ਪਰ ਕੰਮ ਦਾ ਮਿਹਣਾ ਨਹੀਂ ਹੁੰਦਾ ਕੋਈ ਹੁਣ ਕਈ ਵਾਰੀ ਇਹ ਸੋਚਿਆ ਯਾਰ ਰਾਤ ਨੂੰ ਸ਼ੈਲਰ ਸ਼ੂਲਰ 'ਚ ਹੀ ਲੱਗ ਗਈ ਕਿਤੇ ਚਲ ਯਾਰ ਉੱਥੇ 10-15,000 ਦੇਣਗੇ ਉਹਦਾ ਘਰ ਦਾ ਯਾਰ ਖਰਚਾ ਖੁਰਚਾ ਚੱਲੀ ਜਾ ਉਹ ਫਿਰ ਬੰਦਿਆਂ ਨਾਲ ਕਈਆਂ ਨਾਲ ਗੱਲ ਕਰੀ ਗਈ ਜਦੋਂ ਉਹੀ ਬੰਦੇ ਆਏ ਬਾਈ ਯਾਰ ਤੂੰ ਯਾਰ ਸ਼ੈਲਰ ਜਾਏਗਾ ਹੁਣ ਯਾਰ ਤੂੰ ਐਂ ਕਰੇਂਗਾ ਫਿਰ ਆਪਦਾ ਮਨ ਫਿਰ ਟੁੱਟ ਜਾਂਦਾ ਯਾਰ ਭੈਣ ਚ ਕੀ ਪਰ ਕਰਨਾ ਤਾਂ ਕੰਮ ਇਹੀ ਜੇ ਮੈਂ ਫੋਰਨ 'ਚ ਹੁੰਦਾ ਆਪਣੇ ਤਾਂ ਫੋਰਨ ਦਾ ਆਹੀ ਕੰਮ ਆਉਣਾ ਕੁਛ ਵੀ ਕਰ ਸਕਦਾ ਸੀ ਕੋਈ ਵੀ ਕੰਮ ਜੇ ਮੈਂ ਹੁਣ ਕੋਈ ਕੰਮ ਉਹ ਵੀ ਕਰਨ ਜਾਣਾ ਨਾ ਲੋਕਾਂ ਨੇ ਪਤਾ ਕੀ ਆ ਮੇਰੀ ਉਹ ਨਹੀਂ ਜਾਣਾ ਸ਼ਾਹੀ ਤਾਂ ਨਹੀਂ ਜਾਣਾ ਵੀ ਇਹ ਆਪਦੇ ਘਰ ਨੂੰ ਬਚਾਉਣ ਦਾ ਮਾਰਾ ਭੁੱਖ ਦਾ ਮਾਰਾ ਕਰ ਲਿਆ ਉਹਨਾਂ ਨੇ ਕਹਿਣਾ ਯਾਰ ਨਸ਼ੇ ਦਾ ਮਾਰਾ ਕਰ ਪਰ ਬਈ ਲੋਕਾਂ ਤੋਂ ਕੀ ਲੈਣਾ ਯਾਰ ਲੋਕਾਂ ਨੇ ਪਹਿਲਾਂ ਕੀ ਦਿੱਤਾ ਉਹੀ ਮੈਂ ਤੇਰੀ ਗੱਲ ਆ ਬਿਲਕੁਲ ਸਹਿਮਤ ਹਾਂ ਲੋਕਾਂ ਤੋਂ ਕੀ ਲੈਣਾ ਕਰਨਾ ਹੁਣ ਜਦੋਂ ਘਰੇ ਆ ਪਤਾ ਕੀ ਆ ਆਪਾਂ ਕੰਮ ਕਰਨ ਮੈਂ ਸਹੀ ਜਾਂਦਾ ਆਪਦਾ ਹੈ ਨਾ ਨਹੀਂ ਲੋਕ ਆਪਾਂ ਨੂੰ ਇਸ ਚੀਜ਼ ਤੋਂ ਤਾਂ ਨਹੀਂ ਰੋਕਦੇ ਵੀ ਕੰਮ ਕੰਮ ਨਹੀਂ ਨਹੀਂ ਰੋਕਦੇ ਨਹੀਂ ਮੈਂ ਤੇਰੀ ਗੱਲ ਗੱਲਾਂ ਤਾਨੇ ਮੇਣੇ ਮੁੜ ਕੇ ਘਰੇ ਆ ਕੀ ਹੁਣ ਮੈਂ ਇੱਧਰ ਕੰਮ ਗਿਆ ਕਿ ਨਾ ਗੱਲ ਸਿੱਧੀ ਹੋਰ ਗਿਆ ਮੈਂ ਉਹ ਘਰੇ ਉਹਦਾ ਅੱਜ ਉੱਥੇ ਖੜਾ ਸੀ ਉਹ ਤਾਂ ਅੱਜ ਆਏ ਸੀਗਾ ਡੈਡੀ ਕੋਲ ਉਹ ਤਾਂ ਤੂੰ ਆਏ ਸੀਗਾ ਇਹ ਸੀ ਮੈਨੂੰ ਐਂ ਨਹੀਂ ਸਮਝ ਆਈ ਲੋਕ ਜੇ ਤੁਹਾਨੂੰ ਕੀ ਮਿਲਦਾ ਕਿਸੇ ਨੂੰ ਇਹ ਗੱਲਾਂ ਕਰਕੇ ਆਪਦਾ ਘਰ ਬਚਾਓ ਯਾਰ ਸਾਂਭੋ ਆਪਦਾ ਆਪਦੇ ਬੱਚੇ ਸਾਂਭੋ ਆਪਦੇ ਕਈਆਂ ਬੰਦੇ ਹੀ ਨਾ ਜਿਵੇਂ ਪ੍ਰਤੀਕ ਆਪ ਤੁਹਾਡੀ ਹੁਣ ਜਿਵੇਂ ਤੜਕੇ ਉੱਠ ਕੇ ਤੁਹਾਡੀ ਸੋਚ ਕੀ ਹੁੰਦੀ ਯਾਰ ਚੈਨਲ ਦਾ ਯਾਰ ਕੋਈ ਉੱਧਰੋਂ ਉਹਨਾਂ ਨੇ ਆਹ ਆਪ ਕੀਤੀ ਹੈ ਚੈਨਲ ਵਾਲਿਆਂ ਨੇ ਉਹਨਾਂ ਨੇ ਆਹ ਆਪ ਕੀਤੀ ਆਪਾਂ ਆਹ ਚੀਜ਼ ਕਰੀਏ ਯਾਰ ਆਪਾਂ ਆਹ ਚੀਜ਼ ਵਿੱਚ ਲਈਏ ਹੋਰ ਵਧੀਆ ਆਹ ਚੀਜ਼ ਹੋਰ ਵਧੀਆ ਹੋਊਗੀ ਮੈਨੂੰ ਇਹ ਜਿਵੇਂ ਪਲੇਅਰ ਸੀ ਯਾਰ ਮੈਂ ਪ੍ਰੈਕਟਿਸ ਕਰਦਾ ਯਾਰ ਮੈਂ ਇਹਨੂੰ ਪ੍ਰੈਕਟਿਸ ਨੂੰ ਹੋਰ ਵਧਾਵਾਂ ਮੈਂ ਡਾਇਟ ਵਧਾਵਾਂ ਮੈਂ ਐਂ ਹੋ ਜੂੰ ਐਂ ਕਈਆਂ ਦੀ ਸਾਰੀ ਨੀਤੀ ਹੈ ਤੜਕ ਤੋਂ ਉੱਠ ਕੇ ਕੰਮ ਹੀ ਇਹ ਕਰਨਾ ਹੁੰਦਾ ਉਹ ਵੀ ਕੀ ਕਰਨ ਇਕੱਲੇ ਦੂਜਿਆਂ ਨੂੰ ਦੇਖਣਾ ਹੁੰਦਾ ਅਤੇ ਉਹਨਾਂ 'ਚ ਨੁਕਸ ਕਰਦੇ ਨੁਕਸ ਕਰਦੇ ਹੁੰਦੇ ਬਸ ਕੀ ਕਰ ਲੇਗਾ ਤੂੰ ਬਸ ਕੰਮ ਕਰਦੀ ਪਈ ਹੈ ਹਾਂ ਕੰਮ ਸਾਰਾ ਕੁਛ ਵੀ ਕਰ ਸਕਦੇ ਫਿਰ ਜਿਵੇਂ ਅਗਲਾ ਕਹਿ ਦਿੰਦਾ ਹੁਣ ਤੂੰ ਮੈਂ ਖੇਡੇ ਹਾਂ ਟੋਪ 'ਤੇ ਖੇਡੇ ਆਹ ਦੇਖ ਲਾ ਆ ਪੈਰ ਆ ਚਪਲ ਨਹੀਂ ਵਿੱਚ ਪੈਂਦੀ ਆਹ ਪੱਟ ਆ ਇੱਥੇ ਹੱਥ ਲਾ ਕੇ ਦੇਖ ਲਾ ਆਪਣਾ ਜੀ ਇਹ ਵਿੱਚ ਟੋਹਾ ਪੈਂਦਾ ਟੁੱਟਿਆ ਪਿਆ ਮੋਢਾ ਆਹ ਵੇਲਾ ਹੱਡ ਖੜਾ ਜੀ ਇੱਥੇ ਤੈਨੂੰ ਜ਼ਖਮ ਦਿਖਾ ਦਿੰਦਾ ਉਵੇਂ ਪਾੜਿਆ ਇੰਨੀਆਂ ਸੱਟਾਂ ਖਾਧੀਆਂ ਇੰਨੇ ਭੈਣ ਬੰਦੇ ਪੈਰ ਹੁਣ ਚਪੜੀ ਆ ਇਹੋ ਜਿਹੀ ਚੀਜ਼ ਹੁੰਦੀ ਹੈ ਚਪੜੀ ਪਾ ਲਈ ਦੀ ਹੈ ਪੈਰ 'ਚ ਚਪੜੀ ਸਾਰੀ ਨਵੀਂ ਰਹੂਗੀ ਆਹ ਜਿਹੜੀ ਚੀਜ਼ ਨਹੀਂ ਇੰਨੀ ਪੈਰ ਦੇ ਪਾਉਣ ਦੇ ਟੁੱਟਣ ਦੇ ਕਾਰਨ ਆਹ ਚੀਜ਼ ਸਾਰੀ ਘਰ ਉਂਗਲਾਂ ਟੁੱਟੀਆਂ ਹੋਈਆਂ ਬਈ ਅੰਗੂਠਾ ਟੁੱਟ ਗਿਆ ਸੀ ਆਹ ਟੁੱਟ ਕੇ ਪਾਸੀ ਹੋ ਗਿਆ ਸੀ ਅੱਛਾ ਜੀ ਇਹ ਕੀ ਹੋ ਗਿਆ ਮਤਲਬ ਇੱਥੇ ਅਤੇ ਇੱਥੇ ਨਾ ਜਦੋਂ ਅੰਗੂਠਾ ਆਏ ਪਹਿਲਾਂ ਨਾ ਲੰਬੀ ਖੇਡਦੇ ਸੀ ਕੁੱਡ 'ਚ ਬੜਾ ਅੰਗੂਠਾ ਟੁੱਟ ਗਿਆ ਐਂ ਟੁੱਟ ਕੇ ਨਾ ਪਾਸੀ ਹੋ ਗਿਆ ਇੰਨਾ ਕੁ ਰਹਿ ਗਿਆ ਨਾਲ ਉਹ ਮੈਂ ਨਾ ਗੱਗੂ ਸੀਗਾ ਹਿੰਮਤਪੁਰੇ ਵਾਲਾ ਮੈਨੂੰ ਤਾਂ ਬਈ ਆਹ ਕੀ ਹੋ ਗਿਆ ਜੇ ਮੈਂ ਕੌਡੀ ਪਾ ਕੇ ਆਇਆ ਮੈਂ ਕੀ ਹੋ ਗਿਆ ਜੇ ਮੈਂ ਵੇਖੋ ਜੀਤਾ ਸਹੀ ਤੋੜਾ ਭੱਜ ਕੇ ਉਹਨੇ ਫੜ ਕੇ ਕਰਤਾ ਨਾਲ ਕੁਛ ਨਹੀਂ ਹੋ ਕੁਛ ਨਹੀਂ ਹੋ ਕੁਛ ਨਹੀਂ ਹੋ ਜਾ ਕੇ ਆਪਰੇਸ਼ਨ ਕਰਾਇਆ ਮੁੜ ਕੇ ਤਾਰ ਪਾਈ ਰੱਖੀ ਚੱਲ ਜੁੜ ਗਿਆ ਜੁੜ ਕੇ ਉਦੋਂ ਬਾਅਦ ਆਹ ਉਂਗਲ ਖੇਡੀ ਜਾਂਦੀ ਉਂਗਲ ਟੁੱਟ ਗਈ ਫਿਰ ਉਦੋਂ ਬਾਅਦ ਇਹਦੀ ਗੰਢ ਨਿਕਲ ਕੇ ਇੱਥੇ ਹੁਣ ਖੜ ਗਈ ਉਦੋਂ ਬਾਅਦ ਫਿਰ ਇਹ ਹੋ ਗਈ ਫਿਰ ਉਦੋਂ ਬਾਅਦ ਇੱਧਰਲੇ ਪੈਰ ਦੀ ਆਹ ਉਂਗਲ ਬਾਹਰ ਇੰਗਲੈਂਡ ਖੇਡੀ ਜਾਂਦੀ ਇਹ ਸਾਰੀ ਟੁੱਟ ਕੇ ਹੱਡੀ ਬਾਹਰ ਆ ਗਈ ਅਤੇ ਜਾਣੀ ਕਿ ਮੈਂ ਤੁਹਾਨੂੰ ਦੱਸਦਾ ਵੀ ਇੱਥੋਂ ਲੈ ਕੇ ਬਾਹਲਾ ਤਾਂ ਜਾਂਦੇ ਨੇ ਇੱਥੋਂ ਤੱਕ ਹੀ ਮੇਰੇ 6 ਪੇਸ਼ੈਂਟ ਨੇ ਲੱਤਾਂ ਨਿਕਲੀਆਂ ਸੱਤਵਾਂ ਮੋਢੇ ਦਾ ਜਾਂਦਾ ਤਾਂ ਫਿਰ ਜਦੋਂ ਬਾਹਰ ਇੰਗਲੈਂਡ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਆਹ ਮੇਰੀ ਉਂਗਲ ਟੁੱਟੀ ਕਲੱਬਾਂ ਇੱਥੋਂ ਤੱਕ ਹੋ ਜਾਂਦਾ ਕਲੱਬ ਵਾਲੇ ਨਹੀਂ ਆਏ ਜਿਵੇਂ ਤੇਰੇ ਵਰਗਾ ਯਾਰ ਦੋਸਤ ਮਿੱਤਰ ਉਹਨੇ ਜਾ ਕੇ ਲਾ ਕੇ ਐਡਾ ਪੈਰ ਹੋ ਗਿਆ ਜੀ ਸੁੱਜ ਕੇ ਮੇਰਾ ਇਨਫੈਕਸ਼ਨ ਨਾਲ ਅਤੇ ਜਿੱਦੇ ਇਹ ਉਂਗਲ ਟੁੱਟੀ ਆ ਫਾਈਨਲ ਮੈਚ ਸੀ ਫਾਈਨਲ ਮੈਚ ਦੇ ਵਿੱਚ ਕੌਡੀਆਂ ਪਾ ਕੇ ਫਾਈਨਲ ਮੈਚ 'ਚ ਤਾਂ ਆਇਆ ਉਹਨਾਂ ਨੂੰ ਕਲੱਬ ਵਾਲਿਆਂ ਨੂੰ ਲਹੂਓ ਲਹਾਉਣ ਪੈਰ ਸੀਗਾ ਅਤੇ ਮੁੱਲ ਕੌਡੀ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ 7 ਦੇ ਵਿੱਚ ਕੈਨੇਡਾ ਗਿਆ ਮੈਂ ਫ੍ਰੈਜਰ ਵੈਲੀ 'ਚ ਖੇਡਦਾ ਸੀ ਹੋਰ ਕਲੱਬਾਂ ਸੀ ਉਹ ਅਤੇ ਮੱਖਣ ਕੇ ਐੱਸ
ਲੱਕਾ ਗਾਜੀ ਪੁੱਤ ਮੈਨੂੰ ਫੋਨ ਤੇ ਗੱਲ ਕਰਨੀ ਬਾਈ ਕਿਵੇਂ ਆ ਠੀਕ ਆ ਇਹ ਕਰਕੇ ਬਾਈ ਨੂੰ ਸ਼ੌਕ ਹੁੰਦਾ ਸੀਗਾ ਸੀਪ ਖੇਡਣ ਦਾ ਬਹੁਤ ਕੇਸ ਮੱਖਣ ਨੂੰ ਸੀਪ ਵੀ ਇੱਦਾਂ ਖੇਡਣੀ ਸੀਪ ਖੇਡ ਕੇ ਅਤੇ ਜਿਹਤੇ ਬਾਜੀ ਉਲਟਾ ਜਾਣੀ ਡੰਡ ਮਾਰਨੇ ਪੰਜਾਂ ਇੱਦਾਂ ਫਿਰ ਉਹਨੇ ਕਹਿਣਾ ਵੀ ਗੱਜੀ ਤਾਂ ਕੀ ਖਾਓਗੇ ਬਾਈ ਯਾਰ ਬਰਗਰ ਲਿਆਈ ਯਾਰ ਫਿਸ਼ ਬਰਗਰ ਦੂਜੇ ਹਾਂ ਜਿਵੇਂ ਦਸ ਲਿਆਈ ਉਹਨੇ 20 ਲੈ ਕੇ ਆਉਣੇ ਕੇਸ ਮੱਖਣ ਹਾਂ ਅਤੇ ਲੱਖੇ ਬਾਈ ਨੇ ਵੀ ਆ ਜਾਣਾ ਉਹਨਾਂ ਨੇ ਮੈਨੂੰ ਵੇਲਾ ਵੀ ਉੱਥੋਂ ਲੈ ਜਾ ਕਰਨਾ ਨਾਲ ਮੈਂ ਇਹ ਨਹੀਂ ਗੱਲ ਕਰਦਾ ਮੈਂ ਪਲੇਅਰਾਂ ਦੀ ਇੱਕ ਸੋਚ ਦੀ ਗੱਲ ਕਰਦਾ ਪ੍ਰਮੋਟਰਾਂ ਦੀ ਲੱਖੇ ਬਾਈ ਦੇ ਕੇਸ ਮੱਖਣ ਦੇ ਮੈਨੂੰ ਉੱਥੇ ਲੈ ਕੇ ਜਾਂਦੇ ਰਹੇ ਆ ਮੈਂ ਉਹਨਾਂ ਨਾਲ ਜਾਂਦਾ ਰਿਹਾ ਘੁੰਮਦੇ ਫਿਰਦੇ ਰਹੇ ਉਹਨਾਂ ਨੇ ਕਦੇ ਮੈਨੂੰ ਨਹੀਂ ਆਖਿਆ ਸਾਡੀ ਕਲੱਬ 'ਚ ਖੇਡ ਲੈ ਉਹਨੇ ਜਿੱਥੇ ਖੇਡਦਾ ਤੈਨੂੰ ਠੀਕ ਆ ਤੂੰ ਸੈੱਟ ਆ ਮੈਂ ਹੁਣ ਉਹਨਾਂ ਨੂੰ ਬਾਈ ਤੁਹਾਡੇ ਹਾਲਾਤ ਪਤਾ ਨੇ ਵੀ ਕਿਸ ਤਰ੍ਹਾਂ ਦੀ ਪੋਜੀਸ਼ਨ 'ਚ ਤੁਸੀਂ ਹਾਂ ਪਿੱਛੇ ਉਦੋਂ ਵਾਹਵਾ ਚਿਰ ਹੋ ਗਿਆ ਹੁਣ ਤਾਂ ਮੇਰੀ ਗੱਲ ਨਹੀਂ ਹੋਈ ਵਿਚਾਰਿਆਂ ਨਾਲ ਪਹਿਲਾਂ ਉਦੋਂ ਗੱਲ ਹੋਈ ਸੀ ਉਦੋਂ ਠੀਕ ਸੀ ਵਧੀਆ ਉਦੋਂ ਬਾਈ ਨੇ ਲੱਖੇ ਨੇ ਅਤੇ ਲੱਖੀ ਕਰਾਲੀ ਸਿੰਘ ਨੇ ਥੋੜ੍ਹੀ ਹੈਲਪ ਵੀ ਕੀਤੀ ਸੀ ਵਿਚਾਰਿਆਂ ਨੇ ਕੇਸ ਮੱਖਣ ਦਾ ਬਾਅਦ 'ਚ ਵਿਚਾਰਿਆਂ ਨਾਲ ਗੱਲ ਨਹੀਂ ਹੋਈ ਉਹ ਤੋਂ ਬਾਅਦ ਮੇਰੇ ਜਾਣੀ ਕਿ ਤੁਹਾਨੂੰ ਦੱਸਾਂ ਪ੍ਰਦੀਪ ਮੇਰਾ ਵਾਸਤਾ ਨਹੀਂ ਹੋ ਰਿਹਾ ਕੰਟੈਕਟ ਹੀ ਟੁੱਟਿਆ ਜਿਹਾ ਪਿਆ ਲੋਕਾਂ ਨਾਲੋਂ ਫਿਰ ਇੱਕ ਛਵੀ ਜਿਹੜੀ ਨੇ ਬਾਹਰ ਛਵੀ ਬਹੁਤ ਹੁਣ ਜਿਵੇਂ ਮੱਖਣ ਆ ਸਾਈਦ ਵਾਲਾ ਮੁੰਡਾ ਉਹ ਮੈਨੂੰ ਅੱਗੇ ਕਰੂਗਾ ਮੈਨੂੰ ਆਉਂਦਾ ਯਾਰ ਫੋਨ ਆਉਂਦਾ ਕਿ ਤੇਰਾ ਯਾਰ ਤਾਂ ਐਂ ਕਰਦਾ ਕਰਦਾ ਤੇਰਾ ਯਾਰ ਨੇ ਤਾਂ ਆਹ ਕਰਤਾ ਅਤੇ ਮੈਨੂੰ ਲੋਕਾਂ ਨੇ ਯਾਰ ਪੁਲਿਸ ਨੂੰ ਵੀ ਫੜਾਤਾ ਮੈਨੂੰ ਲੋਕਾਂ ਨੇ ਬਹੁਤ ਕੁਛ ਕਰਤਾ ਐਂ ਹੋ ਗਿਆ ਨਾ ਆਪਾਂ ਨੂੰ ਅੱਜ ਤੱਕ ਮਹਾਰਾਜ ਦੀ ਕਹਿ ਲੋਕਾਂ ਨੇ ਇਹ ਵੀ ਕਹਿਤਾ ਵੀ ਇਹ ਨਸ਼ੇ ਨਾ ਕਰਕੇ ਉਹ ਡਿੱਗਿਆ ਪਿਆ ਸੀ ਉੱਥੋਂ ਉਹਨੂੰ ਚੱਕ ਕੇ ਲਿਆਂਦਾ ਕਿਸੇ ਨੇ ਕੋਲ ਆਪਾਂ ਪਰਮਾਤਮਾ ਅੱਗੇ ਇੱਕ ਹੀ ਕੀਤੀ ਆਪਾਂ ਨਾ ਅੱਜ ਤੱਕ ਨਸ਼ੇ ਨਾਲ ਕਿਤੇ ਡਿੱਗ ਕੇ ਆਊਟ ਸਾਈਡ ਹੋ ਕੇ ਡਿੱਗੀਆਂ ਕਿਤੇ ਨਾ ਕੋਈ ਉਹੋ ਜਿਹੀ ਹਰਕਤ ਹੋਈ ਆ ਨਾ ਹੀ ਆਪਾਂ ਵੀ ਦੂਜਾ ਜਿਵੇਂ ਤੂੰ ਕਹਿ ਦਿਆਂ ਵੀ ਪਹਿਲਾਂ ਜਿਹੜੀ ਮੈਂ ਤੇਰੇ ਕੋਲ ਗੱਲ ਕੀਤੀ ਸੀ ਹਾਂ ਵੀ ਉੱਦਾਂ ਕੋਈ ਹਾਲਾਤ ਹੋਇਆ ਕੋਈ ਨਹੀਂ ਇਹੋ ਜਿਹੀ ਗੱਲ ਹੋਈ ਅਤੇ ਬਸ ਲੋਕਾਂ ਨੇ ਉਹ ਚੀਜ਼ ਨੂੰ ਪੁਲਿਸ ਦੇ ਕੇਸ ਵੀ ਬਣਾ ਤੇ ਜੇਲ੍ਹ 'ਚ ਵੀ ਪੁਲਿਸ ਵਾਲਾ ਕੇਸ ਕਿਵੇਂ ਬਣ ਗਿਆ ਬਾਈ ਕੀ ਗੱਲ ਕੋਈ ਨਹੀਂ ਬਣਿਆ ਲੋਕਾਂ ਨੇ ਉਹ ਹੀ ਬਣਾ ਤਾ ਵੀ ਬੰਦਾ ਉਹ ਫੜਿਆ ਅੱਜ ਤੱਕ ਨਹੀਂ ਮੇਰੇ ਤੇ ਪੁਲਿਸ ਦਾ ਕੇਸ ਪਰ ਗੱਲਾਂ ਉਡਾਤੀਆਂ ਗੱਲਾਂ ਉਡਾਤੀਆਂ ਵੀ ਉੱਥੇ ਉਹ ਨਸ਼ਾ ਕਰੀ ਜਾਂਦੇ ਲਈ ਜਾਂਦੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਚਾਹੇ ਯਾਰ ਉੱਥੇ ਗੱਡੀ ਠੋਕ ਤੇ ਲੜ ਪਏ ਉਹਨਾਂ ਨੂੰ ਪੁਲਿਸ ਲੈ ਗਈ ਗੱਲ ਕੋਈ ਹੋਈ ਗੱਲ ਕੋਈ ਵੀ ਨਹੀਂ ਘਰਦਿਆਂ ਨੇ ਮੈਨੂੰ ਫੋਨ ਤੇ ਫੋਨ ਵੱਜੀ ਜਾਏਗਾ ਹਾਂ ਤੂੰ ਆਇਆ ਕਰਕੇ ਤੂੰ ਕਿੱਥੇ ਆ ਤੈਨੂੰ ਆਇਆ ਹੋਗਾ ਮੈਂ ਕਿਹਾ ਕੀ ਮੇਰੇ ਨਾਲ ਹੋਇਆ ਨਹੀਂ ਕੋਈ ਇੱਥੇ ਉਹਨੇ ਗੱਲ ਹੋਈ ਪਈ ਮੇਰਾ ਇੱਥੇ ਥੋੜ੍ਹਾ ਜਿਹਾ ਸ਼ਹਿਰ ਹੋ ਜਾਂਦੇ ਸੀਗੇ ਚੌੜੀ ਤੋਂ ਚੌਂਕ ਆਏ ਬਣਦਾ ਮੈਂ ਮੋਟਰਸਾਈਕਲ ਕੱਢਿਆ ਗੱਡੀ ਬੜੀ ਤੇਜ਼ ਆਈ ਇੱਧਰੋਂ ਜਵਾਕ ਨਵਾਂ ਹੀ ਨਾਲੇ ਉਹ ਲਾਇਸੈਂਸ ਨਹੀਂ ਸੁਣੇ ਉਹਨੇ ਗੱਡੀ ਠੋਕੀ ਫਾੜ ਦੇਣੇ ਵਿੱਚ ਉਹ ਮੇਰੇ ਤੋਂ ਰਗੜਿਆ ਵਾ ਜਿੱਤੇ ਮੈਂ ਲਹੂ ਵਾਹਵਾ ਨਿਕਲਣ ਲੱਗ ਗਿਆ ਐਂ ਕਰਕੇ ਹੋ ਗਿਆ ਅਤੇ ਪਿੰਡ ਖਬਰ ਆ ਗਈ ਆਖੇ ਉਹ ਤਾਂ ਮਰ ਗਿਆ ਉੱਥੇ ਉਹ ਤਾਂ ਨਹੀਂ ਵੱਜਦਾ ਲੂਹ ਲਵਾਉਣ ਹੋ ਗਿਆ ਅਤੇ ਜਦੋਂ ਉੱਥੇ ਸਾਰਾ ਕੁਝ ਲੱਗਿਆ ਗਲਤੀ ਉਹਦੀ ਸਾਰੀ ਗੱਡੀ ਵਾਲੇ ਦੀ ਮੈਂ ਸਿੱਧਾ ਤੁਰਿਆ ਹੋਣਾ ਰੋਡ 'ਤੇ ਸਿੱਧੀ ਗੱਡੀ ਚੜਾ ਕੇ ਮਾਰਤੀ ਆਖੇ ਡੱਕਿਆ ਹੋਊਗਾ ਵੀ ਫਲਾਨਾ ਧਿਉਂਕਾ ਜਿਉਂਕਾ ਉਹੀ ਗੱਲ ਆ ਗਈ ਪਰ ਉਹ ਧੱਬਾ ਲੱਗ ਜਾਂਦਾ ਨਾ ਧੱਬਾ ਉਹੀ ਫਿਰ ਉੱਥੋਂ ਲੋਕਾਂ ਨੇ ਘਰ ਫੋਨ ਕਰਤੇ ਵੀ ਅੱਜ ਬਚ ਗਿਆ ਤਾਂ ਬਚ ਗਿਆ ਨਹੀਂ ਉਹ ਮਰ ਗਿਆ ਅਤੇ ਮੇਰੇ ਇੱਕ ਰਗੜ ਸੀ ਕੀ ਕਰ ਲਏਗਾ ਉਹ ਫੜ ਲਏਗਾ ਕਿਸੇ ਦਾ ਜਦੋਂ ਬਾਈ ਸੈਦੋ ਦੀ ਟੀਮ 'ਚ ਖੇਡਦੇ ਹੁੰਦੇ ਸੀ ਮੈਨੂੰ ਲੱਗਦਾ ਉਹ ਪੀਕ ਟਾਈਮ ਸੀ ਉਹ ਟੌਪ ਟਾਈਮ ਸੀ ਨਾ ਉਦੋਂ ਸਭ ਤੋਂ ਵਧੀਆ ਉਦੋਂ ਖਿਡਾਰੀ ਖੇਡ ਸੀ ਤੁਹਾਡੀ ਟੌਪ ਸੈਦੋ ਵਾਲੇ ਪਹਿਲੀ ਵਾਰ ਮੈਂ ਉਹਨਾਂ ਨਾਲ ਖੇਡਿਆ ਰਾਮਗੜ ਮੰਜੂ ਕੇ ਸੀ ਮੈਚ ਬਹੁਤ ਰਹੇ ਹੋ ਸੈਦੋ ਕੇ ਰਹੇ ਹੋ ਮੇਰੇ ਬਹੁਤ ਬਹੁਤ ਅਤੇ ਉਹਦੇ ਵੀ ਇਹ ਕਲੱਬ 'ਚ ਆਪਣੀ 'ਚ ਖੇਡਦੇ ਸੀ ਅੰਬੀ ਠੂਰ 'ਚ ਮੱਖਣ 'ਤੇ ਜਿੱਤਾਂ ਅਤੇ ਬਈ ਯਾਰ ਮੈਚ ਖੇਡਣਾ ਉੱਥੇ ਮੈਂ ਕੋਈ ਨਹੀਂ ਵੀ ਆ ਜਾਵਾਂਗਾ ਮੈਂ ਜੱਸੂ ਵਾਲਾ ਮੁੰਡਾ ਸੀ ਆਪਣਾ ਯਾਰ ਦੋਸਤ ਉਹਦੀ ਗੱਡੀ ਸੀ ਵਿਆਹ 'ਤੇ ਆਏ ਸੀ ਇੱਥੇ ਤੇਜ਼ ਉੱਥੋਂ ਵਿਆਹ ਤੋਂ ਹੋ ਕੇ ਅਤੇ ਮੈਂ ਮਰੂਤੀ ਗੱਡੀ ਸੀ ਉਦੋਂ ਮਰੂਤੀ ਵੀ ਉਦੋਂ ਭੈਣ ਨਹੀਂ ਐਵੇਂ ਐਂ ਥੋੜ੍ਹਾ ਸੀ ਉਦੋਂ ਫੋਰਚੂਨਰ ਲੱਗੀ ਹੁੰਦੀ ਸੀ ਨਾ ਅਤੇ ਅਸੀਂ ਜਾ ਕੇ ਅਤੇ ਮੈਂ ਉੱਥੇ ਲਾਤੀ ਅਤੇ ਇਹ ਵੀ ਆ ਗਏ ਜਦੋਂ ਆ ਗਏ ਵੀਰੇ ਅਤੇ ਲੱਗ ਗਏ ਉੱਥੇ ਖੇਡਣ ਮੈਨੂੰ ਟੀਮਾਂ ਵੀ ਵਧੀਆ ਆ ਗਈਆਂ ਸਾਰੀਆਂ ਮੈਨੂੰ ਉਹਦੇ ਆ ਕੇ ਬਾਈ ਕਿਵੇਂ ਟੀਮਾਂ ਟੂਮਾਂ ਸਾਰੀਆਂ ਟੀਮਾਂ ਪ੍ਰਦੀਪ ਯਾਰ ਕਰੀਮ ਵੀ ਡਿੱਗੀ ਜਮਾਂ ਮੈਨੂੰ ਉਹਦੇ ਬਾਈ ਕਿਵੇਂ ਆ ਮੈਂ ਕਿਵੇਂ ਦਾ ਕੀ ਆ ਮੈਂ ਜਦ ਆਪਣਾ ਟਾਸਕ ਕਰਕੇ ਤੁਹਾਡੀ ਕਿਸਮਤ ਮੈਂ ਪਹਿਲੀ ਕਬੱਡੀ ਲੈ ਲਿਆ ਕਰੋ ਚਾਹੇ ਇੱਕ ਜੱਫਾ ਲਾ ਦਿਆ ਕਰੋ ਕਹਿੰਦੇ ਬਾਈ ਬਸ ਅਤੇ ਮੈਂ ਕਿਹਾ ਬਸ ਮੈਚ ਨਹੀਂ ਹਾਰਦੇ ਮੈਚ ਨਹੀਂ ਹਾਰਦੇ ਹੁਣ ਕਹਿੰਦੇ ਵੀ ਠੀਕ ਆ ਉਹ ਹੀ ਗੱਲ ਆ ਬਾਜੇ ਤਾਂ ਪਹਿਲੀ ਕਬੱਡੀ ਆ ਜਾਂਦੀ ਸੀ ਫਿਰ ਤਾਂ ਫਿਕਰ ਹੀ ਮੁੱਕ ਜਾਂਦੇ ਇਹਨਾਂ ਨੂੰ ਅਤੇ ਨਹੀਂ ਤਾਂ ਫੜ ਹੀ ਲੈਂਦੇ ਮੁੜ ਕੇ ਇਹਨਾਂ ਨੇ ਤਾਂ ਕੁਦਰਤੀ ਕਿਤੇ ਦਲੇਰ ਹੀ ਇੰਨੇ ਹੋ ਗਏ ਟੀਮ ਨੂੰ ਪੁਆਇੰਟ ਹੀ ਦਿੰਦੇ ਆ ਕਹਿੰਦਾ ਪਹਿਲੀਆਂ 'ਚ ਤਿੰਨ ਚਾਰ ਮਰੋੜ ਦਿਆ ਗੱਲ ਉਹ ਕੱਦ ਕਿੰਨਾ ਸੀ ਬਾਈ ਤੁਹਾਡਾ ਕਹਿੰਦੇ ਹੁੰਦੇ ਉਂਗਲ 8 ਫੁੱਟ 'ਤੇ ਜਾਂਦੇ 6 ਫੁੱਟ 3 ਇੰਚ 6 ਫੁੱਟ 3 ਇੰਚ ਉਂਗਲ ਜਾ ਵਜਨ ਕਿੰਨਾ ਸੀ ਉਦੋਂ ਵਜਨ 1 ਕੁਇੰਟਲ 10-15 ਕਿਲੋ ਜੀ ਜਦੋਂ ਕਬੱਡੀ ਵਧੀਆ ਖੇਡਦੇ ਹੋ 1 ਕੁਇੰਟਲ 10-15 ਕਿਲੋ 15-15 ਹਾਂ 15-15 ਦੇ ਮੈਂ ਤੁਹਾਨੂੰ ਦੱਸਦਾ ਵਰਲਡ ਕੱਪ 2007 'ਚ ਹੋਇਆ ਜਦੋਂ ਮੈਂ ਬੈਸਟ ਨਿਕਲਦਾ ਮੈਂ 6 ਦੇ ਵਿੱਚ ਵੀ ਬੈਸਟ ਨਿਕਲਦਾ ਜੀ ਜਦੋਂ ਮੈਂ ਤੈਨੂੰ ਹੋਰ ਦੱਸਦਾ ਦੋ ਹੱਡ ਬੀਤੀਆਂ ਬਾਕੀਆਂ ਬਾਕੀ ਅਤੇ
ਅਸੀਂ ਨਾ ਇੰਗਲੈਂਡ ਦੇ ਵਿੱਚੋਂ 2006 ਦੇ ਵਿੱਚੋਂ ਜਦੋਂ ਟੀਮ ਆਉਂਦੀ ਹੈ ਨਾ ਆਪਣੀ ਅਤੇ ਮੈਂ ਨਾ ਸੱਟ ਲੱਗੀ ਸੀ ਮੇਰੇ ਵਧੀਆ ਕੁੱਲੇ 'ਤੇ ਅਤੇ ਮੈਂ ਕਿਹਾ ਜੀ ਮੈਂ ਨਹੀਂ ਜਾਣਾ ਵੀ ਉਦੋਂ ਨਾ ਪਤਾ ਨਹੀਂ ਕੀ ਕਹਿੰਦੇ ਸਾਡੇ ਜਨੂੰ ਹੀ ਇੰਨਾ ਯਾਰ ਬਹੁਤ ਸਾਰੇ ਖੇਡਿਆ ਫਿਰ ਕਹਿਣਾ ਵੀ ਚੱਲ ਯਾਰ ਕਨੇਡਾ ਇੰਗਲੈਂਡ ਤਾਂ ਐਂ ਸਮਝਦੀ ਯਾਰ ਹੁਣ ਜਾ ਹੀ ਆਉਣਾ ਹੈ ਨਾ ਅਤੇ ਉਹ ਜਦੋਂ ਹੋਇਆ ਅਤੇ ਮੈਂ ਕਿਹਾ ਯਾਰ ਮੇਰੇ ਸੱਟ ਲੱਗੀ ਹੈ ਅਤੇ ਬੱਟ ਪਸਤਾ ਹੁੰਦਾ ਮੇਨ ਜਾਫੀ ਜਿਹੜਾ ਬੱਟ ਜਜ਼ਬੇ ਅਤੇ ਬੱਟ ਹੁੰਦੇ ਉਹਨੇ ਵੀ ਇਹਨੂੰ ਲੈ ਕੇ ਜਾਣਾ ਉਹਦਾ ਉਹਦੇ ਸੱਟ ਲੱਗੇ ਤਾਂ ਕੋਈ ਸੱਟ ਸੁੱਟ ਨਹੀਂ ਇਹਨੇ ਸੱਟ 'ਚ ਹੀ ਪਾ ਦੇਣੀਆਂ ਉਹਨੇ ਮੈਨੂੰ ਵੇਖਿਆ ਹੀ ਇੰਗਲੈਂਡ ਖੇਡਦੇ ਧੱਕੇ ਨਾ ਮੈਨੂੰ 6 ਦੇ ਵਿੱਚ ਬੰਦੇ ਇੱਥੇ ਲੈ ਕੇ ਆਏ ਇੰਗਲੈਂਡ ਚੱਲ ਮੈਂ ਆ ਗਿਆ ਉੱਥੇ ਖੇਡਣ ਆ ਕੇ ਮੈਂ ਪਹਿਲੇ 2 ਮੈਚ ਖੇਡਿਆ ਪੂਰੇ ਟੋਪ 'ਤੇ ਵਧੀਆ ਮੇਰੀਆਂ 8-9 ਕੋਟੀਆਂ ਸਾਰਿਆਂ ਤੋਂ ਵੱਧ ਸੀ ਭੈਣ ਨਹੀਂ ਫਾਈਨਲ ਮੈਚ ਹੀ ਮੇਰੇ ਪਹਿਲੀਆਂ ਜੀ ਫਿਰ ਜੋ ਮੀਕ ਲੱਗਾ ਮੇਰਾ ਕੁੱਲਾ ਖਿੱਚਿਆ ਗਿਆ ਸਾਰਾ ਚੱਲ ਡੈਡ ਹੋ ਗਿਆ ਕੰਮ ਉੱਥੋਂ ਮੈਂ ਵਾਪਸ ਫਿਰ ਇੰਗਲੈਂਡ ਉੱਠ ਗਿਆ ਇੰਗਲੈਂਡ ਰਹਿ ਕੇ ਮੈਂ 2-4 ਦਿਨ ਇੰਡੀਆ ਆ ਗਿਆ ਮੁੜ ਕੇ ਉਦੋਂ ਬਾਅਦ 7 ਦੇ ਵਿੱਚ ਜਦੋਂ ਹੀ ਵਰਲਡ ਕੱਪ ਖੇਡਣ ਗਏ ਅਤੇ ਲੱਖਿਆ ਨੇ ਜੋ ਟੀਮ ਬਣੀ ਆਪਣੀ ਉੱਧਰ ਪੰਜਾਬ ਵਿੱਚ ਉਹ ਜਦੋਂ ਕੈਨੇਡਾ ਦੀ ਟੀਮ ਬਣੀ ਆ ਅਤੇ ਲੱਖੇ ਨੇ ਪਹਿਲੀ ਕੋਟੀ ਪਾ ਤੀ ਪਹਿਲੇ ਮੈਚ ਮੈਂ ਮੱਖਣ ਨੂੰ ਆਖਿਆ ਯਾਰ ਮੈਂ ਕਿਹਾ ਯਾਰ ਬਾਈ ਨੇ ਪਹਿਲੀ ਕੋਟੀ ਪਾ ਤੀ ਕਹਿ ਜਾਣੀ ਕਿ ਇੱਕ ਚੀਜ਼ ਸੀ ਅਸੂਲ ਆਪਣਾ ਆਪਾਂ ਪਹਿਲੀ ਕੋਡੀ ਨਹੀਂ ਕਿਸੇ ਨੂੰ ਪਾਉਣ ਦਿੱਤੀ ਜਦੋਂ ਖੇਡਣ ਲੱਗ ਗਿਆ ਟੋਪ 'ਤੇ ਉਹਨੂੰ ਕਹਿੰਦੇ ਪਹਿਲੀ ਮੈਂ ਹੀ ਪਾਊਂਗਾ ਦੂਜੀ ਕੋਈ ਪਾਈ ਜਾਵੇ ਅਤੇ ਜਦੋਂ ਦੂਜਾ ਮੈਚ ਚੱਲਿਆ 22 ਲੱਖਾਂ ਮੈਨੂੰ ਕਹਿੰਦਾ ਗੁਰਜੀਤ ਪਹਿਲੀ ਕੋਡੀ ਪਾ ਮੈਨੂੰ ਪਤਾ ਮੈਨੂੰ ਐਂ ਲੱਗਦਾ ਮੈਂ ਜਾਗ ਹੀ ਜਿੱਤ ਲਿਆ ਸਾਰਾ ਯਾਰ ਉਹਦੇ ਮਨ ਦੀ ਜਿਹੜੀ ਰੀਝ ਪੂਰੀ ਕਰਤੀ ਬਾਈ ਨੇ ਅਤੇ ਉਹ ਨਹੀਂ ਚੱਕਰ ਸੀ ਪਰ ਉਹ ਸੀਨੀਅਰ ਸੀਗਾ ਹੱਕ ਤਾਂ ਉਹਦੀ ਕਿਉਂਕਿ ਉਹਨੇ ਵੀ ਨਹੀਂ ਕਿਤੇ ਮੈਨੂੰ ਲੱਗਦਾ ਪਹਿਲੀ ਉਹੀ ਪਾਉਂਦਾ ਨਹੀਂ ਪਾਉਣ ਦਿੱਤੀ ਕਿਸੇ ਨੇ ਅਤੇ ਪਰ ਮੈਂ ਆਪਦੇ ਤੌਰ 'ਤੇ ਮੈਂ ਵੀ ਆਪਦੇ ਆਪ ਨੂੰ ਕਹਿੰਦਾ ਘੁੰਮਾਉਂਦੇ ਮੈਂ ਵੀ ਸੀਨੀਅਰ ਬਣਦਾ ਸੀ ਨਾ ਵੀ ਮੈਂ ਵੀ ਟੋਪ 'ਤੇ ਹੈ ਨਾ ਵੀ ਮੈਂ ਪਹਿਲੀ ਪਾਉਣੀ ਪਰ ਉਹ ਵੇਖ ਮੈਚ 'ਚ ਵੀ ਜਿਹੜੇ ਉਹ ਮੈਚ ਪਹਿਲੇ ਮੈਚ ਨੇ ਕੋਡੀ ਪਾਈ ਆ ਤਿੰਨਾਂ ਨੇ ਲੱਖੇ ਬਾਈ ਨੇ ਪਾਈ ਆ ਸੰਦੀਪ ਨੇ ਪਾਈ ਆ ਆਪਣੇ ਸੁਰਖਪੁਰੀਆ ਨੇ ਅਤੇ ਸਦੋਲੀ ਕੀਪਰ ਨੇ ਤਿੰਨਾਂ ਨੂੰ ਜੱਫੇ ਆ ਮੈਂ ਇਕੱਲਾ ਹੀ ਮੁੜਿਆ ਪਹਿਲੀ ਕੋਡੀ ਉਹ ਅਤੇ ਅਸੀਂ ਉਹਨਾਂ ਨੂੰ ਹਰਾਇਆ ਹੂੰ ਤਾਂ ਅਤੇ ਪਰ ਪਹਿਲੇ ਵੇਲਾ ਵੀ 5-6 ਪੁਆਇੰਟ ਉਹਨਾਂ ਦੇ ਸੀਗੇ ਸਾਡਾ 21 ਸੀ ਉਹ ਅਤੇ ਉਦੋਂ ਬਾਅਦ ਬਸ ਫਿਰ ਮੈਂ ਉੱਥੋਂ ਬੈਸਟ ਨਿਕਲ ਗਿਆ 8 ਦੇ ਵਿੱਚ ਫਿਰ ਮੇਰੀਆਂ ਕੋਡੀਆਂ ਫਿਰ ਵੱਧਦੀਆਂ ਸਾਲਾ ਮੇਰਾ ਲੱਕ ਖਿੱਚਿਆ ਗਿਆ ਫਿਰ ਮੈਚ ਮੈਰਿਜ ਭਾਈ ਕਦੋਂ ਹੋਈ ਸੀ 10 ਦੇ ਵਿੱਚ 2010 'ਚ ਮੇਰੇ ਖਿਆਲ ਲਵ ਮੈਰਿਜ ਕਰਾਈ ਤੁਸੀਂ ਲਵ ਮੈਰਿਜ ਹੁਣ ਮੈਂ ਤੈਨੂੰ ਉਹ ਮੈਰਿਜ ਵਾਲੀ ਸੁਣ ਲਾ ਜਾਣੀ ਕਦੋਂ ਇੰਨੀ ਚੜ੍ਹਾਈ ਸੀਗੀ ਆਪਣੇ ਜਨਮੇਜਾ ਸੇਖੋਂ ਸੀ ਇੱਥੇ ਐਮ ਐਲ ਏ ਵੀਰੇ ਜਿਹੜਾ ਹੁਣ ਸਿੰਚਾਈ ਮੰਤਰੀ ਆ ਅਕਾਲੀ ਪਾਰਟੀ ਦਾ ਮੇਰੀ ਪਾਰਟੀ 'ਤੇ ਆ ਗਿਆ ਅਤੇ ਮੈਂ ਹਜੇ ਤਿਆਰ ਹੋ ਕੇ ਨਹੀਂ ਆਇਆ ਸੀ ਮੀਂਹ ਜਿਹਾ ਪੈਂਦਾ ਸੀ ਥੋੜ੍ਹਾ ਥੋੜ੍ਹਾ ਉਹ ਉੱਠ ਗਿਆ ਜਦੋਂ ਮੈਂ ਆ ਗਿਆ ਦੂਰੀ ਯਾਰ ਫੇਰ ਆਇਆ ਹਾਂ ਐਮ ਐਲ ਏ ਕੌਣ ਆਉਂਦਾ ਯਾਰ ਆਉਂਦਾ ਕੋਈ ਜਾਣੀ ਕਿ ਉਹਦਾ ਚੜ੍ਹਾਈ ਰੌਲਾ ਇਹ ਸੀ ਯਾਰ ਚੜ੍ਹਾਈ ਸੀਗੀ ਸਾਰਾ ਕੁਛ ਸੀਗਾ ਬਸ ਇੰਨਾ ਸੀ ਪ੍ਰਦੀਪ ਯਾਰ ਸੋਚਦੇ ਨਹੀਂ ਸੀ ਵੀ ਯਾਰ ਆਹ ਦਿਨ ਚਾਹੇ ਆਉਣਗੇ ਚਾਹੇ ਯਾਰ ਠੀਕ ਹੈ ਯਾਰ ਚੜ੍ਹਾਈ ਆਪਾਂ ਕਿਸੇ ਦਾ ਆਪਾਂ ਕਿਹੜਾ ਕੋਈ ਬੁਲਾਇਆ ਕਰਨੀ ਚਾਹੇ ਆਪਾਂ ਕਿਹੜਾ ਕੋਈ ਮਾੜਾ ਕੰਮ ਕਰਨਾ ਯਾਰ ਆਪਾਂ ਕੀ ਪੋਲੀਟਿਕਸ ਚਾਹੁੰਦੇ ਚੱਲਣਾ ਇਹ ਤਾਂ ਕੋਈ ਉਹ ਪੋਲੀਟਿਕ ਫਿਰ ਇੱਕ ਤੈਨੂੰ ਹੋਰ ਦੱਸਦਾ ਜਿਹੜੀ ਸਭ ਤੋਂ ਮਾੜੀ ਅਤੇ ਦੁੱਖਦਾਇਕ ਘਟਨਾ ਉਹ ਬੰਦੇ ਨੇ ਮੇਰੀ ਕਬੱਡੀ ਦੇ ਤੌਰ 'ਤੇ ਮੈਨੂੰ ਲੈਟਰ ਦੇ ਤੀ ਸੀਗੀ ਵੀ ਭਰਤੀ ਹੋ ਜੂਗਾ ਬੰਦੇ ਨੂੰ ਸਾਡੇ ਕਿਸੇ ਬੰਦੇ ਨੂੰ ਲੈਟਰ ਦੇ ਤੀ ਆਪਦਿਆਂ ਨੂੰ ਉਹਨਾਂ ਬੰਦਿਆਂ ਨੇ ਮੇਰੇ ਤੱਕ ਲੈਟਰ ਹੀ ਨਹੀਂ ਪਹੁੰਚਾਈ ਮੈਂ ਭਰਤੀ ਹੋ ਜਾਣਾ ਸੀ ਅੱਜ ਨੂੰ ਮੈਂ ਭਰਤੀ ਹੋਇਆ ਬੈਠਾ ਕਿੱਡਾ ਵਿਸ਼ਵਾਸਘਾਤ ਆ ਤੂੰ ਇਹ ਸਾਲ ਆ ਵੀ ਉਹਨਾਂ ਨੇ ਕੋਈ ਲੈਟਰ ਦਿੱਤਾ ਸੀ ਲੈਟਰ ਹਾਂ ਵੀ ਆ ਤੂੰ ਭਰਤੀ ਹੋ ਜੂਗਾ ਬੰਦਾ ਪੁਲਿਸ ਦੇ ਵਿੱਚ ਵੀ ਆਹ ਲੈਟਰ ਦੇ ਦਿਓ ਉਹ ਮੇਰੇ ਤੱਕ ਨਹੀਂ ਦਿੱਤੀ ਗਈ ਉਹ ਫਿਰ ਐਂ ਕੌਣ ਰੱਖ ਗਿਆ ਉਹ ਕੀ ਮਿਲ ਕੀ ਗਿਆ ਕਿਸੇ ਨੂੰ ਰੱਖ ਕੇ ਬਸ ਫਿਰ ਉਹੀ ਵੀ ਚੜ੍ਹਤਾ ਬੰਦੇ ਦੀ ਹੁੰਦੀ ਨਹੀਂ ਹੋਣ ਦੇਣੀ ਆਪਦੇ ਹੀ ਸੀਗੇ ਖਾਸ ਝੱਗਾ ਝੱਕਾ ਢੱਡ ਤਾਂ ਆਪਦਾ ਹੀ ਨੰਗਾ ਹੁੰਦਾ ਹੁਣ ਆਮ ਜਦੋਂ ਆਪਾਂ ਗੱਲ ਕਰਦੇ ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਗੱਲ ਦਾ ਕਿਹਦੇ 'ਤੇ ਨਾ ਸਾਰਿਆਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਵੀ ਆਪਣੇ 'ਤੇ ਪਰ ਕੀ ਖੱਟ ਲਿਆ ਕਿਸੇ ਨੇ ਤੁਹਾਡਾ ਵੱਡਾ ਨੁਕਸਾਨ ਹੋ ਗਿਆ ਉਹਨਾਂ ਨੂੰ ਹਾਂ ਉਹਨਾਂ ਨੂੰ ਮਿਲਿਆ ਕੁਛ ਨਹੀਂ ਮੇਰਾ ਕਿੱਡਾ ਅਤੇ ਫਿਰ ਆਪਣਾ ਇਹ ਸੀਗਾ ਮੈਂ ਤਾਂ ਪਿੰਡ ਦੇ ਵਿੱਚ ਵੀ ਤੈਨੂੰ ਪਤਾ ਵੀ ਜਦੋਂ ਮਹਾਰਾਜ ਦੀ ਕਿਰਪਾ ਨਾਲ ਵਧੀਆ ਆਪਣੀ ਅਹਿਮੀਅਤ ਬਣ ਗਈ ਖੇਡਣ ਲੱਗ ਗਏ 1100 ਰੁਪਇਆ ਸਗਨ ਰੱਖਿਆ ਮੈਂ ਹਰੇਕ ਕੁੜੀ ਨੂੰ ਗਰੀਬ ਗੁਰਦ ਨੂੰ 1100 ਰੁਪਇਆ ਸਗਨ ਦਿੰਦਾ ਜੀ ਹੁਣ ਜਦੋਂ ਆਪ ਹੀ ਨਹੀਂ ਦੇਣ ਜੋਗੇ ਰਹੇ ਕਿਸੇ ਨੂੰ ਕੀ ਦੇਈਏ ਬਾਈ ਅੱਛਾ ਇਹ ਵੀ ਹੁੰਦਾ ਸੀ ਵੀ ਤੁਸੀਂ ਮੈਂ ਵਿਆਹ 'ਤੇ ਆਪਣੇ ਪਿੰਡ 'ਚ 1100 ਰੁਪਇਆ ਸਗਨ ਦਿੰਦਾ ਜੀ ਪਹਿਲਾਂ ਨਾਲੇ ਉਹਨੂੰ ਪਹਿਲਾਂ ਕਹਿ ਦੇਣਾ ਘਰਦਿਆਂ ਨੂੰ ਬਈ ਜ਼ਿਆਦਾ ਜੇ ਕਿਸੇ ਗਰੀਬ ਹਾਂ ਗਰੀਬ ਘਰ ਦੀ ਕੁੜੀ ਨਹੀਂ ਜਿਵੇਂ ਬਾਈ ਵੀ ਸਿੱਖ ਆ 1100 ਰੁਪਇਆ ਆਪਣੀ ਨੂੰ ਸਗਨ ਹੁੰਦਾ ਜੀ ਉਹਨੂੰ ਪਹਿਲਾਂ ਕਹਿ ਦੇਣਾ ਵੀ ਜ਼ਿਆਦਾ ਪਹਿਲਾਂ ਲੈ ਜੀ ਕੋਈ ਉਹਦਾ ਸਮਾਨ ਸਮੂਨ ਲੈ ਕੇ ਆਉਣਾ ਕੋਈ ਕਰ ਲਈਆਂ ਸਾਰੇ ਸਾਰੇ ਪਿੰਡ 'ਚ ਐਲਾਨ ਸੀ ਉਦੋਂ ਪਰ ਸਮਾਂ ਪਰ ਮੈਂ ਉਹੀ ਤੈਨੂੰ ਕਹਿੰਦਾ ਦਿਲ ਤਾਂ ਬਹੁਤ ਵੱਡਾ ਦਿੱਤਾ ਜੀ ਰੱਬ ਨੇ ਅੜਾ ਤੇ ਫਿਰ ਬੱਲੇ ਜੱਟ ਨੇ ਉਵੇਂ ਖੁੱਲ੍ਹੇ
ਉਹ ਨਹੀਂ ਕੋਈ ਚੱਕਰ, ਜ਼ਿੰਦਗੀ ਦਾ ਨਹੀਂ ਕੋਈ ਚੱਕਰ। ਹੁਣ ਸਾਲਾ ਜਿਹੜਾ ਦੁੱਖ ਇਹ ਆਉਂਦਾ ਯਾਰ ਲੋਕਾਂ ਲਈ ਬਹੁਤ ਕਰਤਾ ਯਾਰ, ਬਹੁਤ ਖੜਾ ਤੇ ਜਿਹੜਾ ਹੁਣ ਕਰ ਨਹੀਂ ਪਾ ਰਹੇ ਨਾ ਆਪਦੇ ਬੱਚੇ ਲਈ, ਆਪਦੇ ਮਾਂ ਪਿਓ ਲਈ ਨਹੀਂ ਕਰ ਪਾ ਰਹੇ। ਜਿੰਨਾ ਕਿੰਨਾ ਸਾਲਾ ਸੋਚ ਆ ਬਾਹਰ ਬੂਟ ਦਾ ਬਹੁਤ ਵਾਰੀ ਵੇਖੀ ਦਾ, ਟਰਾਈ ਟੁਈ ਮਾਰਿਆ ਕੋਈ ਯਾਰ ਭੈਣ ਪੇਪਰ ਉੱਪਰ ਪਾ ਕੇ ਚੱਲ ਬਾਹਰ ਕੋਈ ਨਾ ਕੋਈ ਤਾਂ ਕੰਮ ਕਰਾਂਗੇ ਪ੍ਰਦੀਪ, ਕੋਈ ਨਾ ਕੋਈ ਕੰਮ ਕਰਕੇ ਆਪਦੇ ਜਵਾਕ ਇਹ ਸੌਖੇ ਹੋ ਜਾਣਗੇ। ਇੱਥੇ ਤਾਂ ਤੈਨੂੰ ਪਤਾ ਹੀ ਆ, ਇੱਥੇ ਉੱਥੋਂ ਨਾਲੋਂ ਫਰਕ ਆ, ਉੱਥੇ ਆਪਾਂ ਕੁਛ ਵੀ ਟਰੱਕ ਹੀ ਚਲਾ ਲਵਾਂਗੇ ਜਾ ਕੇ, ਹੋਰ ਹੀ ਕੁਛ ਕਰ ਲਵਾਂਗੇ, ਪੇਪਰ ਵਰਕ ਹੀ ਕੋਈ ਕਰਦੇ ਆਪਾਂ ਤਾਂ ਇਹੀ ਗੱਲ ਕਰਦੇ। ਕੀ ਪਤਾ ਕਿਸੇ ਨਾਲ ਕੋਈ ਸੰਪਰਕ ਆ, ਜਿਹੜੇ ਪੁਰਾਣੇ ਦੋਸਤ ਮਿੱਤਰ ਜਿਹੜੇ ਜਿਹਦੇ ਪੂਰੇ ਸਟਾਰਡਮ ਦੇ ਵਿੱਚ ਨਾਲ ਹੁੰਦੇ, ਉਹਨਾਂ ਨਾਲ ਕਦੇ ਗੱਲ ਨਹੀਂ ਕੀਤੀ ਵੀ ਕੋਈ ਮੇਰੀ ਹੈਲਪ ਕਰ ਦਿਓ ਯਾਰ, ਮੈਨੂੰ ਕੋਈ ਪਹੁੰਚਾ ਦਿਓ ਕਿਸੇ ਨਾ ਕਿਸੇ। ਹੈਲਪ ਹੁੰਦੀ ਸੀ ਪ੍ਰਦੀਪ, ਸਾਰਾ ਕੁਛ ਹੈਗਾ ਹੈ ਨਾ, ਉਨਾ ਕੁ ਨੋਰਮਲ। 26 ਸਾਲੀ ਉਲਟ ਬਣ ਗਈ, ਉਦੋਂ ਨਸ਼ੇ ਨੁਸ਼ੇ ਦਾ ਦੌਰ ਸੀ, ਉਦੋਂ ਜਾਂ ਨਸ਼ਾ ਕਰ ਲੈਣਾ ਹੈ ਨਾ, ਜੇ ਮਾੜਾ ਮੋਟਾ ਪਹਿਲੀਆਂ 'ਚ ਹੈਲਪ ਵੀ ਕਰਦੇ ਸੀ, ਮਾੜਾ ਮੋਟਾ 5-10 ਕਿਹਨੂੰ ਕਹਿਣਾ ਦੇ ਵੀ ਦੇਣਾ। ਕਈ ਬੰਦੇ ਹੈਗੇ ਆ ਫਰਵਾਈ ਤੋਂ ਸੀ ਮੁੰਡਾ ਆਪਣਾ ਜੱਸੀ ਬੈਲਜੀਅਮ, ਉਹ ਬੰਦੇ ਨੇ ਆਪਣਾ ਕਈ ਵਾਰੀ ਇੱਕ ਮਹਿਲ ਕਲਾਂ ਤੋਂ ਮੁੰਡਾ ਸੀ ਆਪਣਾ ਯਾਰ ਦਾ ਕਬੱਡੀ ਆ, ਉਹਨੇ ਵਿਚਾਰੇ ਨੇ ਕਈ ਵਾਰੀ ਜਿਵੇਂ ਉਹਨੂੰ ਘਰ ਆਏ ਲੋੜ ਪੈ ਗਈ 5-10 ਦੀ ਕਈ ਵਾਰੀ ਮਦਦ ਕੀਤੀ। ਹੈਗੇ ਕਈ ਬੰਦੇ ਇਹੋ ਜਿਹੇ ਵਿੱਚ, ਅਤੇ ਪਰ ਗੱਲ ਉਹੀ ਆਉਂਦੀ ਆ ਅਤੇ ਜਾਣਾ ਚਾਹੁੰਦੇ ਸੀ ਆਪਦੇ ਬੰਦੇ ਕਰਨ ਵਾਲਾ, ਆਪਾਂ ਨੂੰ ਲੈ ਕੇ ਜਾ ਸਕਦੇ ਸੀ ਬਾਹਰ ਵੀ ਕਰ ਸਕਦੇ, ਉਹ ਨਹੀਂ ਕਰ ਰਹੇ। ਨਹੀਂ ਹੁਣ ਇਸ ਟਾਈਮ ਦੀ ਜ਼ਰੂਰਤ ਕੀ ਹੈ, ਕੀ ਇੱਛਾ ਹੈਗੀ ਜਿਹੜੀ ਅੜੀ ਹੋਈ ਹੈ? ਅੜੀ ਆ ਕੋਈ ਆਪਦਾ ਕੰਮ ਚੱਲ ਪਿਆ ਬਸ ਯਾਰ, ਅਸੀਂ ਆਪਣਾ ਦੀ ਖੇਤੀ ਕਰਨ ਲੱਗ ਜੀ, ਕੋਈ ਸੱਜਣ ਮਿੱਤਰ ਹੈਗੇ ਕਰਕੇ ਕੋਈ ਟਰੈਕਟਰ ਤੰਦੂ ਦਾ ਕਰ ਲਈਏ ਵੀ ਖੇਤੀ ਕਰ ਲਈਏ ਆਪਦੀ, ਜੇ ਕੋਈ ਬਾਹਰ ਦਾ ਕਰ ਦੇਣ ਬਾਹਰ ਦਾ ਕਰ ਲਈਏ ਕੋਈ ਚੀਜ਼ ਕੋਈ ਨਾ, ਜਿਵੇਂ ਰਲ ਕੇ ਆਪਦੇ ਯਾਰ ਮਿੱਤਰ ਸੱਜਣ ਇੰਨੇ ਆਪਦੇ ਲੋਕ ਸਾਰੇ ਯਾਰ ਦੋਸਤ ਰਹਿ ਕਰਨ ਕੋਈ ਵੀ ਆਪਾਂ ਯਾਰ ਕੋਈ ਕੰਮ ਚਾਹੀਦਾ ਮੇਰੇ ਇਹਨੂੰ ਕਹਿੰਦਾ ਮੈਂ ਤਾਂ ਕੋਈ ਕਲੱਬ ਖੋਲ੍ਹ ਲਈਏ ਜਿੱਥੇ ਆਪਾਂ ਕੁਛ ਨਾ ਕਰੀਏ, ਛੋਟੇ ਬੱਚਿਆਂ ਤੋਂ ਟ੍ਰੇਨਿੰਗ ਸ਼ੁਰੂ ਕਰ ਲਈਏ। ਕਬੱਡੀ ਦੇ ਤੁਸੀਂ ਭੁੱਲੀ ਤਾਂ ਹੈ ਨਹੀਂ ਨਾ ਕਬੱਡੀ, ਉਹੀ ਤਾਂ ਮੈਂ ਟ੍ਰੇਨਿੰਗ ਤਾਂ ਦੇ ਸਕਦੇ ਜੇ ਨਹੀਂ ਖੇਡ ਸਕਦੇ। ਮੈਂ ਤੈਨੂੰ ਇਹੀ ਕਿਹਾ ਵੀ ਮੈਂ ਤਾਂ ਵੇਖ ਕੇ ਦੱਸ ਦੂ ਬੰਦਾ ਵੀ ਇਹ ਬਣਨ ਵਾਲਾ ਕਿ ਨਹੀਂ ਕੁਛ ਵੀ, ਹੈਂ ਫਿਰ ਉੱਥੋਂ ਆਪਾਂ ਟ੍ਰੇਨਿੰਗ ਦੇ ਦਈਏ ਬੱਚਿਆਂ ਦਾ ਭਵਿੱਖ ਬਣ ਲੱਗ ਜੇ ਆਪਾਂ। ਪਰ ਬਈ ਉਹ ਧੱਬੇ ਦਾ ਕੀ ਕਰਾਂਗੇ ਜਿਹੜਾ ਲੱਗਿਆ ਪਿਆ, ਉਹ ਤਾਂ ਫਿਰ ਅਸੀਂ ਧੋਣਾ ਜ਼ਰੂਰੀ ਹੈ ਨਾ, ਉਹਨੂੰ ਉਹ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੁੰਦਾ ਵਿਸ਼ਵਾਸ ਨਹੀਂ ਬਣਦਾ ਬੱਚਾ ਕਿਵੇਂ ਕੋਈ ਭੇਜੂ ਆਪਣੇ ਕੋਲ। ਗੱਲ ਤਾਂ ਤੈਨੂੰ ਉਹ ਮੈਂ ਤੈਨੂੰ ਚਲੋ ਇਹ ਵੀ ਤੁਸੀਂ ਕਹਿਤਾ, ਮੈਨੂੰ ਪਹਿਲਾਂ ਤਾਂ ਇੱਕ ਬੰਦਾ ਵੀ ਅੱਜ ਤੱਕ ਇਹ ਕਹਿਦੇ ਆ ਕਿ ਕਬੱਡੀ ਵਾਲਾ ਚਾਹੇ ਕੋਈ ਹੋਰ ਵੀ ਗੁਰਜੀਤ ਨੇ ਮੈਨੂੰ ਨਸ਼ਾ ਲਵਾਇਆ, ਮੇਥੋਂ ਨਸ਼ਾ ਮੰਗਾਇਆ, ਮੇਰੇ ਨਾਲ ਨਸ਼ਾ ਕੀਤਾ। ਗੱਲ ਤਾਂ ਧੱਬੇ ਦੀ ਆ, ਉਹ ਚਾਹੇ ਝੂਠਾ ਚਾਹੇ ਸੱਚਾ, ਆਪਾਂ ਉਹਦੀ ਗੱਲ ਫੇਰ ਕਰਾਂਗੇ। ਮੈਂ ਤੈਨੂੰ ਉਹੀ ਉਹ ਇਹਦੇ ਕਰਕੇ ਹੁਣ ਬੱਚੇ ਆਪਣੇ ਕੋਲ ਕਿਵੇਂ ਭੇਜਣਗੇ, ਗੱਲ ਤਾਂ ਇਹ ਆ ਜੋ ਆਹ ਵੀ ਤਾਂ ਇੱਕ ਦਿੱਕਤ ਆ ਨਾ। ਉਹ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ 'ਤੇ, ਕੀ ਲੱਗਦਾ ਦਿਲ 'ਚ ਵੀ ਯਾਰ ਇਹਨੂੰ ਕੋਈ ਗਰੰਟੀ ਮਿਲ ਸਕਦੀ ਇਸ ਚੀਜ਼ ਦੀ ਵੀ ਤੁਸੀਂ ਮਤਲਬ ਉਹਨਾਂ ਨੂੰ ਵਿਸ਼ਵਾਸ? ਇਹਦਾ ਵਿਸ਼ਵਾਸ ਤਾਂ ਇਹੀ ਆ ਨਾ ਪ੍ਰਦੀਪ, ਹੁਣ ਜਿਵੇਂ ਬੰਦੇ ਆਪਾਂ ਗੱਲ ਸ਼ੁਰੂ ਕਰ ਲਈ ਹੈ ਨਾ, ਇੱਕ ਬੱਚੇ ਆ ਗਏ ਉੱਥੇ ਗਰੰਟੀ ਤਾਂ ਇਸੇ ਚੀਜ਼ ਦੀ ਹੋਊਗੀ, ਉਹ ਤਾਂ ਗਰੰਟੀ ਕੀ ਆ ਵੀ ਹਾਂ ਜੇ ਤੁਹਾਨੂੰ ਲੱਗਦਾ ਕਿਤੇ ਮੈਂ ਉਸ ਤੋਂ ਬਾਅਦ ਕੋਈ ਗੱਲ ਹੋਈ ਆ ਚਾਹੇ ਕਿਤੇ ਹੋਊਗੀ ਚਾਹੇ ਨਵੇਂ ਪੱਤੇ ਹੋਊਗੀ, ਉੱਥੇ ਆਪਾਂ ਦੇਣਦਾਰ ਹੋ ਸਕਦੇ ਹਾਂ ਹੈ ਨਾ। ਹਾਂ ਵੀ ਹੁਣ ਮੈਂ ਸ਼ੁਰੂ ਕਰਤੀ ਆ ਚੀਜ਼, ਇਹਨੇ ਪ੍ਰੋਜੈਕਟ ਸ਼ੁਰੂ ਕਰਾਉਣਾ, ਇੱਥੇ ਤੁਹਾਡੇ ਕੋਈ ਨਵਾਂ ਪੱਤਾ ਲੈ ਕੇ ਮੈਂ ਆ ਗਿਆ ਚਾਹੇ ਕੋਈ ਹੋਰ ਆਉਂਦਾ ਕੋਈ ਨਸ਼ੇ ਪੱਤੇ ਵਾਲਾ, ਫਿਰ ਆਪਾਂ ਉਸ ਚੀਜ਼ ਦੀ ਗਰੰਟੀ ਦੇਤਾ। ਹਾਂ ਵੀ ਹੋਰ ਨਹੀਂ ਕੋਈ ਗਰੰਟੀ, ਮੈਂ ਕਹਿ ਦਈਏ ਮੈਂ ਦੇ, ਹੁਣ ਲੱਖਾਂ ਨੇ ਆਉਣਾ ਕਰੋੜਾਂ ਨੇ ਜਾਣਾ ਹੈ ਨਾ, ਉਹ ਤਾਂ ਕੋਈ ਪਤਾ ਨਹੀਂ ਕਿਸੇ ਦੀ ਜੇਬ 'ਚ ਕੀ ਆ। ਹੁਣ ਮੈਂ ਨਾ ਕਈ ਵਾਰੀ ਨਾ ਇੱਥੇ ਆਪਾਂ ਜਾਂਦੇ ਹੁੰਦੇ ਮੋਟਰਸਾਈਕਲ, ਮੈਂ ਵੀ ਕਈ ਵਾਰੀ ਸੋਚਦਾ ਨਾ ਕੋਈ ਮੈਨੂੰ ਹੱਥ ਕਰ ਦਿੰਦਾ ਮੈਂ ਬਹਿ ਜਾਂਦਾ, ਅੱਗੇ ਵੀ ਉਦੋਂ ਕਦੀ ਵਾਰੀ ਮੈਂ ਉਹੋ ਜਿਹਾ ਹੱਥ ਕਰਨਾ ਬਹਿ ਜਾਣਾ ਯਾਰ, ਕਿਸੇ ਨੂੰ ਕੀ ਪਤਾ ਕਿਸੇ ਦੀ ਜੇਬ 'ਚ ਕੀ ਆ ਯਾਰ। ਹੁਣ ਮੈਂ ਹੀ ਹਾਂ, ਮੈਂ ਉਦੋਂ ਪਹਿਲਾਂ ਗਲਤ ਜਦੋਂ ਸੀਗਾ, ਮੈਂ ਵੀ ਕਿਤੇ ਹੱਥ ਮਗਰ ਕਰਕੇ ਬਹਿਣਾ ਗਿਆ ਮੋਟਰਸਾਈਕਲ ਖੜ੍ਹ ਜਾਣਾ, ਚਾਹੇ ਆਪਦੇ ਆਪਦੇ ਹੁੰਦੇ ਸਾਧਨ ਦਿੱਤੇ 100% ਇੱਕ ਤਾਂ ਨਹੀਂ ਚੜ੍ਹ ਵੀ ਜਾਣਾ, ਹੱਥ ਵੀ ਦੇ ਦਿੰਦੇ ਲੈਫਟ ਵੀ ਦੇ ਦਿੰਦਾ ਸੀ। ਕਈ ਥਾਵਾਂ 'ਤੇ ਆਪਾਂ ਕਿੱਸੇ ਵੇਖੇ ਆ ਵੀ ਬੰਦੇ ਦੂਜੇ ਫੜੇ ਜਾਂਦੇ ਅਤੇ ਉਹਦਾ ਕੋਈ ਕਸੂਰ ਵੀ ਨਹੀਂ ਹੁੰਦਾ, ਇਹੋ ਜਿਹਾ ਟਾਈਮ ਵੀ ਆਇਆ ਪਿਆ। ਬਾਕੀ ਜਿਵੇਂ ਤੂੰ ਆਉਣਾ ਵੀ ਦੇਣਾ ਹੈ ਨਾ ਕੁਛ ਵੀ ਐਂ ਸੱਚਾਈ ਜਿਵੇਂ ਸਾਬਤ ਕਰਨਾ ਵੀ ਹਾਂ ਮੈਂ ਸਹੀ ਹਾਂ ਸਾਰਾ, ਇਹ ਤਾਂ ਬਾਬੇ ਨਾਨਕ ਨੂੰ ਵੀ ਛੱਡਿਆ ਹੀ ਕਿਸੇ ਨੇ, ਇਹ ਤਾਂ ਧੋਣ 'ਤੇ ਨਾ ਹੁਣ ਪ੍ਰਦੀਪ, ਜੇ ਸਹੀ ਵੇਖਿਆ ਤਾਂ ਮੇਰੀ ਸਾਰੀ ਜ਼ਿੰਦਗੀ ਲੰਘ ਜਾਣੀ, ਇਹ ਤਾਂ ਧੋਣ 'ਤੇ ਹੁਣ ਮੈਨੂੰ ਵੀ ਦਿਸੀ ਜਾਂਦਾ ਵੀ ਧੱਬਾ ਬਹੁਤ ਵੱਡਾ ਹੁੰਦਾ, ਧੱਬਾ ਧੋਣ 'ਤੇ ਸਾਰੀ ਜ਼ਿੰਦਗੀ, ਗਵਾਉਣ 'ਤੇ ਤਾਂ ਯਾਰ 1 ਮਿੰਟ ਹੀ ਲੱਗਦਾ ਬਾਈ। ਹੁਣ ਗੁਆਚਿਆ ਤਾਂ ਜਿਹੜਾ ਮੇਰਾ ਇੰਨਾ ਕੁਛ ਬਣਾਇਆ ਵਕਾਰ ਸਾਰੀ ਜ਼ਿੰਦਗੀ ਦਾ, ਸਾਲਾ 1 ਦਿਨ ਦੇ ਸਵਾਦ ਨਹੀਂ ਗੁਆਇਆ। ਬੰਦੇ ਆਏ ਯਾਰ ਦੋਸਤੀ ਨਾਲੇ ਆਏ, ਸਵਾਦ ਉਖਾਤਾ ਕਰ ਲਿਆ, ਮੁੜ ਕੇ ਸਾਲਾ ਯਾਰ ਕਿਹਦਾ ਮਾਂ ਪਿਓ ਆਖੂਗਾ ਜਾ ਕੇ ਗੁਰਦੁਆਰੇ
ਜਵਾਨ ਪੁੱਤ ਨੇ ਇੰਨੀ ਤਰੱਕੀ ਕੀਤੀ, ਸਾਰਾ ਕੁਛ ਕੀਤਾ, ਰੱਬਾ ਚਾਹੇ ਇਹਨੂੰ ਚੱਕ ਲਾ, ਚਾਹੇ ਇਹਨੂੰ ਰਾਹ ਪਾ ਦੇ, ਇਹੋ ਜਿਹੀ ਪੋਜੀਸ਼ਨ ਵੀ ਬਣੀ। ਮੇਰਾ ਪਿਓ ਗੁਰੂ ਘਰ ਜਾ ਕੇ ਉਹਨੇ ਉਦੇ ਉਦੋਂ ਬਾਅਦ ਬੰਦੇ ਵੀ ਆਏ ਆਪਾਂ ਨੂੰ, ਉਹਨੇ ਕੀਤਾ ਵਿਚਾਰੇ ਨੇ, ਉਹਨੇ ਦੱਸਿਆ ਵੀ ਉਦੇ ਆ ਕੇ ਰੋ ਕੇ ਵੀ ਵਿਚਾਰੇ ਨੇ, ਕਹਿੰਦਾ ਯਾਰ ਮੈਂ ਪਰਮਾਤਮਾ ਅੱਗੇ ਅਰਦਾਸ ਇਹੀ ਕਰਤੀ ਆ ਵੀ ਚਾਹੇ ਤਾਂ ਇਹਨੂੰ ਚੁੱਕ ਲਾ, ਚਾਹੇ ਇਹਨੂੰ ਕੋਈ ਰਾਹ ਪਾ ਦੇ। ਇਹੋ ਜਿਹੀ ਮਾਤਾ ਨੇ ਵੀ ਵਿਚਾਰੀ ਨੇ, ਕੌਣ ਮਾਰਦਾ ਪਿਓ ਯਾਰ, ਉਡੀਕ ਕੌਣ ਕਰੂਗਾ ਯਾਰ। ਤਾਂ ਨਾ ਦੈਰ ਬਹੁਤ ਨਾ ਸਾਲਾ ਹੁਣ ਨਾ, ਤੇਰੀ ਗੱਲ ਸਹੀ ਆ, ਲੇਵਲ ਸਾਲਾ ਨਾ ਬਹੁਤ ਥੱਲੇ ਆ ਗਿਆ। ਹੁਣ ਇੱਕ ਹੋਰ ਆ, ਅਸੀਂ ਨਾ ਜਦੋਂ ਪਹਿਲਾਂ ਹੁੰਦੇ ਸੀ ਨਾ ਖੇਡ ਦਿੰਦੇ ਬਹੁਤ ਤਕੜੇ ਹੋਣਾ ਪ੍ਰਦੀਪ, ਮੈਂ ਤਾਂ ਮੱਖਣੇ ਨਾਲ ਗੱਲਾਂ ਕਰਨਾ, ਜਦੋਂ ਸਾਡਾ ਕਬੱਡੀ ਛੱਡਦੇ, ਹਾਂ ਵੀ ਕਬੱਡੀ ਛੱਡਦੇ ਨੇ ਲਿਫੇ ਹੋ ਜਾਈਏ, ਪਤਲੇ ਜਾਏ ਸਲਿਮ ਜੋ ਕੇ ਤੁਰਨਾ ਸੌਖਾ, ਭਾਰੇ ਹੋ ਗਏ, ਢਿੱਲਾਂਗੂ ਆਏ ਨਾ ਹੋ ਜਾਏ, ਜਿਉਂ ਨਾ ਹੋ ਜਾਏ। ਹੁਣ ਜਿਹੜੇ ਹਿਸਾਬ ਨਾਲ ਆਪਾਂ ਲਿਫੇ ਵਾਲਾ ਕਹਿੰਦਾ ਯਾਰ ਸਾਲਾ ਨਸ਼ੇ ਯਾਰ ਕੀ ਹਾਲ ਕਰੀ ਬੈਠਾ ਤੂੰ ਆਪਦਾ, ਕੀ ਕਰੀ ਬੈਠਾ। ਹੁਣ ਜਿਹੜੀ ਮੇਨ ਗੱਲ ਇਹ ਆ ਵੀ ਯਾਰ ਸੱਤ ਤਾਂ ਆਪਰੇਸ਼ਨ ਆ ਲੱਤਾਂ ਦੇ, ਚੱਲ ਭਾਰੇ ਹੋਣ ਨੂੰ ਤਾਂ ਕੀ, ਅੱਜ ਵੀ ਬਹਿ ਕੇ ਖੁਰਾਕ ਭਾਰੇ ਹੋ ਜਾਂਦੇ ਹਾਂ, ਜੇ ਭਾਰੇ ਹੋ ਗਏ ਤਾਂ ਲੱਤਾਂ ਹੀ ਨਾ ਥੱਲੇ ਤੁਰੀਆਂ ਤਾਂ ਫਾਇਦਾ ਵੀ ਕੀ ਉਹਦਾ। ਹੁਣ ਕਈ ਮੁੰਡੇ ਜਿਹੜੇ ਮੈਨੂੰ ਕਹਿੰਦੇ ਗੱਲ ਕਰਦੇ, ਉਹ ਬੰਦੇ ਬੈਠੇ ਉਹ ਗੱਲਾਂ ਕਰਨ ਲੱਗ ਗਏ, ਉਹ ਕਹਿੰਦੇ ਵਧੀਆ ਯਾਰ ਤੇਰਾ ਯਾਰ ਦੱਸਦਾ ਮੈਂ ਬਾਡੀ ਵਧੀਆ, ਤੂੰ ਯਾਰ ਆਪਦੇ ਆਪ ਨੂੰ ਸੋਚ ਯਾਰ ਮੈਂ ਸਹੀ ਹਾਂ, ਬਸ ਕੁਛ ਕਰੀਏ ਨਾ ਕਰੀਏ ਕਿਸੇ ਨੇ ਕੀ ਲੈਣਾ ਕੀ ਦੇਣਾ, ਤੂੰ ਆਪਦਾ ਰੱਖ ਵੀ ਹਾਂ ਮੈਂ ਸਹੀ ਹਾਂ, ਬਸ ਸਾਰਾ ਕੁਛ। ਹੁਣ ਉਹਨਾਂ ਦੀਆਂ ਗੱਲਾਂ ਮੈਂ ਵੀ ਸੋਚਦਾ, ਹੁਣ ਡੈਡੀ ਆ ਉਹ ਵੀ ਇਹ ਗੱਲ ਹੀ ਕਰਦੇ, ਉਹ ਕਹਿੰਦੇ ਯਾਰ ਵੀ ਕੀ ਟਾਈਮ ਨੂੰ ਕੀ ਹੁਣ ਘਰ ਆ, ਕੋਈ ਬੰਦਾ ਇਹੋ ਜਿਹਾ ਨਹੀਂ ਹੋਣਾ ਜਿਹੜਾ ਆਪਣੇ ਘਰ ਪ੍ਰਮੋਟਰ ਅਤੇ ਪਲੇਅਰ ਮੇਨ ਵਧੀਆ ਜਿਹੜੇ ਆਪਣੇ ਆਪਣੇ ਘਰ ਬਹਿ ਕੇ ਫਣ ਛਣ ਦਾਰੂ ਸ਼ਾਰੂ ਮੀਟ ਸ਼ਾਟ ਨਹੀਂ ਖਾ ਕੇ ਗਿਆ, ਜਿਹੜਾ ਨਹੀਂ ਕਰਕੇ ਗਿਆ, ਖੇਤਾਂ 'ਚ ਵੀ ਆਪਣੇ ਬਹਿ ਕੇ ਨਹੀਂ ਗਿਆ, ਕੋਈ ਪ੍ਰਮੋਟਰ ਨਹੀਂ ਹੋਣਾ ਇਹੋ ਮੇਨ, ਕੋਈ ਪਲੇਅਰ ਨਹੀਂ। ਪਰ ਟਾਈਮ ਟਾਈਮ ਦੀ ਗੱਲ, ਜਿਹੜੇ ਮੁੜ ਕੇ ਉਦੋਂ ਬਾਅਦ ਵੇਖਿਆ ਬੜੀ ਕਹਿੰਦੇ ਝਾਕ ਕੇ ਬੰਦਾ ਨਾ ਮੇਨ। ਮੈਂ ਤੈਨੂੰ ਇੱਕ ਗੱਲ ਦੱਸਦਾ, ਸਾਰਿਆਂ ਤੋਂ ਪੁੱਛ ਲਈ ਜਿਹੜਾ ਬੰਦਾ ਇਹ ਦਲ ਦਲ ਬਣ ਜਾਂਦੀ ਹੈ, ਵਧੀਆ ਦਲ ਦਲ 'ਚੋਂ ਨਿਕਲਣਾ ਚਾਹੁੰਦਾ ਮੈਂ ਨਿਕਲ ਨਹੀਂ ਪਾਉਂਦਾ, ਬਸ ਆਹੀ ਕਸੂਤਾ ਕੰਮ ਆ ਬਸ। ਅਤੇ ਨਿਕਲਿਆ ਤੈਨੂੰ ਪਤਾ ਜਿਵੇਂ ਮੈਂ ਤੈਨੂੰ ਦੱਸਿਆ ਵੀ ਜਿਵੇਂ ਘਰਦਿਆਂ ਦਾ ਆਪਣਿਆਂ ਦਾ, ਆਪਾਂ ਦਾ ਤਾਂ ਬਾਹਲਾ ਬਾਹਰ ਆ ਗਏ, ਸੌਖਾ ਹੋ ਗਿਆ ਪਰਮਾਤਮਾ ਨਾ ਵੀ ਘਰਦਿਆਂ ਦਾ ਪਿਆਰ ਸੰਯੋਗ ਨਾਲ ਕਰਕੇ ਨਾ ਤੁਹਾਡੇ ਜਿਹੜੇ ਖਾਸ ਯਾਰ ਦੋਸਤ ਮਿੱਤਰ ਨਹੀਂ ਸਾਲਾ ਨਾ ਚਾਹੁੰਦਾ ਹਰੇਕ ਹੀ ਹੈ ਬਈ, ਉਹਨੂੰ ਮੁੜ ਕੇ ਰਸਤਾ ਨਹੀਂ ਮਿਲਦਾ, ਕੋਈ ਜੇ ਮਿਲਦਾ ਉਹ ਨਿਕਲਦਾ ਥੋੜ੍ਹਾ ਜਿਹਾ, ਉਹ ਫਿਰ ਉਹ ਚੀਜ਼ਾਂ ਕਰਕੇ ਫਿਰ ਵਿਚਾਰੇ ਨੂੰ ਡੁੱਬ ਜਾਂਦਾ, ਫਿਰ ਨਿਕਲਦਾ, ਉਹ ਨਹੀਂ ਗਾ ਚਾਹੀਦਾ ਉਹਨੂੰ ਨਾ ਜਿਵੇਂ ਘਰ ਦਾ ਸੰਯੋਗ ਪਿਆਰ ਭਰਾਪਾ ਹੋ ਕੇ ਵੀ ਹਾਂ ਆਹ ਤਰ੍ਹਾਂ ਹੋ ਗਿਆ ਯਾਰ, ਉਸ ਤੋਂ ਬਾਅਦ ਕੋਈ ਕੰਮ ਹੋ ਜਾਵੇ ਨਾ ਬੰਦਾ ਪ੍ਰਦੀਪ, ਇੱਕ ਜਿਹੜੀ ਮੇਨ ਗੱਲ ਇਹ ਵੀ ਯਾਰ ਕੋਈ ਕੰਮ ਹੋ ਗਿਆ ਨਾ ਸਾਲਾ ਬੰਦਾ ਆਪਦੇ ਦਿਮਾਗ 'ਚ ਮੁੜ ਕੇ ਕੰਮ ਹੋ ਜਾਂਦਾ, ਪਹਿਲਾਂ ਆਪਣੇ ਕੰਮ ਸੀ ਕਬੱਡੀ ਖੇਡਣਾ ਹੈ ਨਾ ਯਾਰ, ਖੇਡਣਾ ਯਾਰ ਪ੍ਰੈਕਟਿਸ ਕਰਦਾ, ਮੇਰਾ ਯਾਰ ਇਹੋ ਜਿਹਾ ਟਾਈਮ ਆ ਪਿੰਡ ਮੁੰਡਿਆਂ ਨੂੰ ਪੁੱਛ ਲਈ ਤੂੰ ਪ੍ਰੈਕਟਿਸ ਕਰਾਉਂਦੇ ਰਹੇ ਕਰਦੇ ਰਹੇ ਹਾਂ, ਤੜਕੇ 3 ਵਜੇ ਉੱਠ ਕੇ ਬਾਈ 5 ਵਜੇ ਨੂੰ ਪ੍ਰੈਕਟਿਸ ਕਰਕੇ ਇਹਨਾਂ ਨੂੰ ਪ੍ਰੈਕਟਿਸ ਕਰਾਉਂਦਾ ਜੀ, ਆਹ ਸ਼ਰੀਰ ਉਹ ਪਏ ਤੜਕੇ ਆ ਕੇ ਇਹਨੂੰ ਕਹਿੰਦਾ ਯਾਰ ਮੈਂ ਨਹੀਂ ਅੱਜ ਆਉਣਾ, ਸਰੀਰ ਦੇ ਉੱਤੇ ਸਿਆਲ ਦੇ ਵਿੱਚ ਬਹਿ ਜਾਣਾ, ਲੋਈ ਲੈ ਕੇ ਨਾ ਉੱਤੇ ਬਹਿ ਜਾਣਾ ਆਰਾਮ ਨਾਲ ਬੈਠੇ, ਕਿਹੜੇ ਆਉਂਦੇ ਗਰਾਊਂਡ 'ਚ ਕੀ ਕਰਦੇ ਆ, ਇਹੋ ਜਿਹਾ ਜਨੂੰਨ ਸੀ। ਪਰ ਉਹ ਜਨੂੰਨ ਦਾ ਕੀ ਸੀ, ਆਪਾਂ ਦਾ ਨਾਂ ਬਣਾਤਾ ਉੱਥੇ ਪਰਮਾਤਮਾ ਨੇ ਕਬੱਡੀ ਦਾ ਸਿਰੇ 'ਤੇ ਕਰਤਾ, ਇਤਿਹਾਸ 'ਚ ਭੂਤ ਪਿੰਡ ਦਾ ਜਿੱਥੇ ਨਾਂ ਬੋਲੇ ਜਾਊਗਾ ਰਚੀਤ ਦਾ ਨਾਂ ਤਾਂ ਪਹਿਲਾਂ ਆਊਗਾ, ਮੁੰਡਿਆਂ ਨੂੰ ਵੀ ਖੜਾਤਾ ਤਕੜਾ ਕਰਤਾ, ਪਰ ਉਹਨਾਂ ਨੇ ਜੋ ਮੈਨੂੰ ਦੇਣਾ ਉਹ ਨਹੀਂ ਦਿੱਤਾ, ਸਿੱਧੀ ਗੱਲ ਮੈਂ ਦੱਸਦਾ। ਗੁੜੀਆ ਵਾਸਤੇ ਬਸ ਜੀ ਕਰਦਾ ਵੀ ਕੁਛ ਨਾ ਕੁਛ, ਕੁੜੀਆਂ ਵਾਸਤੇ ਯਾਰ ਮੈਂ ਤਾਂ ਹੀ ਆ ਬਾਹਰ ਦਾ ਹੀ ਚਾਰਾ ਪਤੀ ਤਾਂ ਹੀ ਮਾਰੀ ਜਾਂਦੇ ਹਾਂ, 5-10 ਸਾਲ ਲਾ ਕੇ ਨਾ ਚਿਹਰਾ ਇਹਦਾ ਭਵਿੱਖ ਜਿਹਾ ਬਣ ਜਾਵੇ, ਬਸ ਉਹਦੀ ਖਾਤਰ ਹੀ ਹੁਣ ਤਾਂ ਨਾ ਇੱਕ ਜਿਉਣ ਦਾ ਜਿਹੜਾ ਮੇਨ ਮਕਸਦ ਹੈ ਨਾ ਸਾਰਾ, ਮਾਂ ਪਿਓ ਹੋ ਗਿਆ, ਗੁੜੀਆ ਹੋ ਗਿਆ, ਵਾਈਫ ਹੈਗੀ ਹੈ ਚਲੋ ਵਧੀਆ ਵਿਚਾਰੀ ਦਾ ਨੇਚਰ ਵਧੀਆ, ਉਹਨਾਂ ਨੇ ਸਾਥ ਦਿੱਤਾ ਬਈ ਉਦੋਂ ਮਾੜੇ ਸਮੇਂ 'ਚ ਉਹ ਕਿਵੇਂ ਸੀ ਬਣੀ, ਪਰ ਵਾਈਫ ਦੁਆਰਾ ਜਾਂ ਉਹਨਾਂ ਨੂੰ ਵੀ ਦਿੱਕਤਾਂ ਆਈ ਤਾਂ ਯਾਰ ਦਿੱਕਤਾਂ ਤਾਂ ਆਉਂਦੀਆਂ ਹੀ ਆ, ਇੱਕ ਹਿਸਾਬ ਦੇ ਚੰਗੇ ਹੀ ਆ ਯਾਰ ਜਿਹੜੇ ਹੁਣ ਤੱਕ ਆਪਣੇ ਨਾਲ ਤੁਰੇ ਆਉਂਦੇ ਹੈਂ, ਜੇ ਮਾੜੇ ਹੁੰਦੇ ਉਹਨੂੰ ਛੱਡ ਕੇ ਉੱਠ ਜਾਂਦੇ ਬਈ, ਬਹੁਤ ਥਾਵਾਂ 'ਤੇ ਹੋਇਆ ਬਹੁਤ ਕੁਛ ਹੋਇਆ, ਉਹਨਾਂ ਨੇ ਸਾਥ ਦਿੱਤਾ, ਹਾਂ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਨਾਲ ਆ ਸਾਰਾ ਕੁਛ, ਪਿਆਰ ਆ ਸੰਯੋਗ ਆ ਹੈ ਨਾ,
ਹੁਣ ਵੀ ਆਹ ਤਾਂ ਚੱਲ ਜੋਬ ਦਾ ਹੈਗਾ ਉੱਥੇ ਚੱਲੀ ਜਾਂਦਾ ਬਾਹਰ ਬੂਹਰ ਦਾ ਤਾਂ ਹੀ ਉਦੋਂ ਮਾਰਿਆ ਚੱਲ ਬਾਹਰ ਦਾ ਹੋ ਜੇ ਯਾਰ ਹੁਣ ਵੀ ਸੋਚੀਦਾ ਕਿ ਹਿਸਾਬ ਨਾਲ ਬਣ ਜੇ ਚੱਲ ਦੋਵਾਂ ਦਾ ਬਣ ਜੇ ਇਕੱਲਿਆਂ ਦਾ ਬਣ ਜੇ ਜਿਵੇਂ ਵੀ ਬਣ ਜੇ ਹੈ ਨਾ ਬਾਈ ਜਦੋਂ ਵਧੀਆ ਖੇਡਦੇ ਸੀ ਤੁਹਾਡੇ ਨਾਲ ਬਿੱਟੂ ਨਾਲ ਤੁਹਾਡੇ ਬੈਸਟ ਨਿਕਲਿਆ ਦਗਾਲ ਦਗਾਲ ਹਾਂਜੀ ਉਹਦਾ ਕਿਸ ਤਰ੍ਹਾਂ ਦਾ ਸੁਭਾਅ ਸੀ ਉਹ ਕਿਵੇਂ ਦਾ ਬਹੁਤ ਵਧੀਆ ਬੰਦਾ ਸੀ ਦਿਲਾਂ ਦਾ ਦਾਰ ਦਿਲਦਾਰ ਬੰਦਾ ਸੀ ਉਹ ਵੀ ਨਾ ਮੈਂ ਤੈਨੂੰ ਕਹਿ ਦਿਆਂ ਵੀ ਐਂ ਨਹੀਂ ਸੀ ਠੀਕ ਹੈ ਯਾਰ ਉਹਨੂੰ ਵੀ ਜਨੂੰਨ ਸੀ ਮੇਰੇ ਵਾਂਗੂ ਜੱਗ ਜਿੱਤਣ ਦਾ ਯਾਰ ਸਾਡੇ ਦੋਵਾਂ 'ਚ ਜਨੂੰਨ ਸੀ ਜੱਗ ਜਿੱਤਣ ਦਾ ਜਿੱਤਿਆ ਵੀ ਲੋਕਾਂ ਦਾ ਪਿਆਰ ਵੀ ਪਾਇਆ ਬਹੁਤ ਉਹਦੇ 'ਚ ਹੁਣ ਜਿਵੇਂ ਲਾਲਾ ਵੀ ਟਾਈਮ ਥੋੜ੍ਹਾ ਸਾਰਾ ਜ਼ਿੰਦਗੀ ਇੰਨਾ ਚਿਰ ਹੀ ਸੀ ਵਿਚਾਰੇ ਦੀ ਪਰ ਮੈਨੂੰ ਨਹੀਂ ਲੱਗਦਾ ਵੀ ਬਾਅਦ 'ਚ ਜਿਵੇਂ ਉਹ ਹੁਣ ਵਿਚਾਰੇ ਦਾ ਹੋਇਆ ਕੌਡੀ ਤੋਂ ਡੈਥ ਹੋਣ ਤੋਂ ਬਾਅਦ ਉਹਨੂੰ ਉਹਦਾ ਓਨਾ ਹੱਕ ਮਿਲਿਆ ਉਹ ਜਿੰਨਾ ਉਹਨੂੰ ਚਾਹੀਦਾ ਸੀ ਪਰਿਵਾਰ ਨੂੰ ਓਨਾ ਹੱਕ ਮਿਲਿਆ ਵੀ ਜਿੰਨਾ ਉਹਨੂੰ ਚਾਹੀਦਾ ਸੀ ਜਿੱਥੋਂ ਤੱਕ ਉਹ ਪਲੇਅ ਸੀ ਇਨਸਾਨ ਸੀ ਸਟੈਂਡ ਲੈ ਕੇ ਖੜ੍ਹਨ ਵਾਲਾ ਬੰਦਾ ਸੀ ਉਹ ਵੀ ਮੈਚ ਦਾ ਪਾਸਾ ਪਾਲ ਦਿੰਦਾ ਸੀ ਬਾਈ ਪਹਿਲਾਂ ਦੱਸ ਦਿੰਦਾ ਸੀਗਾ ਖਰੇ ਹੀ ਆ ਬਾਈ ਥੋੜ੍ਹਾ ਹੋਣਾ ਜਿੱਤੇ ਤਾਂ ਆਪਣੇ ਛੋਟੇ ਦੀ ਗੱਲ ਸੀ ਵਿਚਾਰੇ ਦੀ ਕਿ ਮੈਂ ਕਰਦੇ ਰਹਿ ਗਏ ਆਪਾਂ ਅਫਸੋਸ ਹਾਂ ਇਹ ਬੰਦੇ ਨੇ ਆਪਣਾ ਕਦੇ ਕੋਈ ਮਾੜਾ ਨਹੀਂ ਕੀਤਾ ਮੈਂ ਕਹਿ ਦਈਏ ਨਾ ਅੱਜ ਵੀ ਬੰਦਾ ਆਪਣੀ ਟੈਨਸ਼ਨ ਲੈਂਦਾ ਸੀ ਘਟਨਾ ਹੋ ਗਈ ਸੀ ਬਾਈ ਇਹ ਦੇਖ ਲਾ ਯਾਰ ਹੁਣ ਬੰਦਾ ਕਿਸਮਤ ਦੀ ਗੱਲ ਹੈ ਇਹ ਬੰਦਾ ਨਸ਼ੇ ਦੀ ਇਹਦੇ ਵੀ ਦੌਰ ਆ ਗਿਆ ਵਿਚਾਰੇ ਦਾ ਆਪਣਾ ਆ ਗਿਆ ਹੈ ਨਾ ਅਤੇ ਇਹਦਾ ਹੁਣ ਨਸ਼ੇ ਦੇ ਵਿੱਚੋਂ ਛੱਡ ਕੇ ਕਲੀਅਰ ਹੋ ਗਿਆ ਵਧੀਆ 2 ਸਾਲ ਹੀ ਹੋ ਗਏ ਸੀ ਮੇਰੇ ਹਿਸਾਬ ਨਾਲ ਬੰਦੇ ਨੂੰ ਢਾਈ ਸਾਲ ਵਧੀਆ ਆਪਦੀ ਜ਼ਿੰਦਗੀ ਗੁਜ਼ਾਰ ਕਰ ਰਿਹਾ ਸੀ ਵਧੀਆ ਆਪਦਾ ਸਾਰਾ ਕੁਝ ਉੱਥੇ ਗਏ ਆ ਤੜਕੇ ਆਏ ਆ ਉੱਥੇ ਕੰਮ 'ਤੇ ਪੌੜੀ ਸੀ ਵੱਡੀ ਕੋਈ ਆਏ ਅਤੇ ਤਾਰਾਂ ਸੀ ਤਾਂ ਲਾਉਂਦੀਆਂ ਅਤੇ ਟਾਇਰ ਸੀ ਗੋਲ ਉਹਦੇ ਲੱਗੇ ਪੌੜੀ 'ਤੇ ਪਾਰਕ ਜੀ ਬਣੀ ਧੱਕ ਕੇ ਕਿਤੇ ਗਾਂਹ ਕਰਨ ਲੱਗਿਆ ਉਹ ਕਹਿੰਦਾ ਵੀ ਤੇਲ ਪਾ ਦਈਏ ਐਂ ਕਰਕੇ ਵੀ ਪੰਪ 'ਤੇ ਸੀ ਨਾ ਲੱਗਾ ਉੱਥੇ ਉਹ ਗੱਡੀ ਚਲਾਉਂਦੇ ਉੱਥੇ ਇਹ ਕਿੱਥੇ ਸੀ ਕਿਹੜੇ ਆਪਣੇ ਹਰਿਆਲੀ ਵਾਲਾ ਇੱਥੇ ਸੀ ਪਿੰਡ ਇੱਥੇ ਲੱਗੇ ਪੰਪ 'ਤੇ ਆਪਣੇ ਸ਼ਹਿਰ 'ਚ ਇੱਥੇ ਨਹੀਂ ਇੱਕ ਵਾਰੀ ਉਹ ਬਾਹਰ ਵੀ ਚਲੇ ਗਏ ਸੀ ਪਹਿਲਾਂ ਉੱਠ ਗਏ ਆ ਗਏ ਮੁੜ ਕੇ ਠੀਕ ਸੀ ਉਸ ਤੋਂ ਬਾਅਦ ਆ ਕੇ ਫਿਰ ਉਸ ਤੋਂ ਬਾਅਦ ਲੈਣ ਦੀ ਥੋੜ੍ਹੀ ਜਿਹੀ ਗਲਤ ਹੋ ਗਈ ਸੀ ਨਾ ਆ ਕੇ ਉੱਥੋਂ ਫਿਰ ਉਸ ਤੋਂ ਬਾਅਦ ਇੱਥੇ ਟੈਗ ਗਏ ਵਧੀਆ ਹਰਿਆਲੀ ਵਧੀਆ ਉਹਨੂੰ ਹੋ ਗਏ 2-2.5 ਸਾਲ ਵਧੀਆ ਆਪਦਾ ਕੰਮ ਕਰ ਗਏ ਵਧੀਆ ਸੈੱਟ ਕਰ ਗਏ ਵਧੀਆ ਸਾਰਾ ਪੈਟ ਮੈਂ ਉਹੀ ਗੱਲ ਕਰਦਾ ਨਾ ਜੋ ਤਾਂ ਲੋਕੀਆਂ ਨੇ ਮਰ ਜਾਣਾ ਇਹਨੇ ਭੈਣੇ ਮਰ ਗਿਆ ਬਸ ਥੋੜ੍ਹੇ ਦਿਨਾਂ ਦਾ ਹੀ ਹੈ ਸਾਰੀ ਲਾਈਫ ਸੈੱਟ ਕਰਕੇ ਵੇਖ ਲਾ ਵੀ ਜਦੋਂ ਉਹਦੇ ਬੁਲਾਵਾ ਆ ਗਿਆ ਮੁੜ ਕੇ ਨਹੀਂ ਵੇਖਦਾ ਕਿਸੇ ਨੂੰ ਹੈ ਨਾ ਅੱਛਾ ਕੀ ਤੁਸੀਂ ਗੱਲ ਦੱਸ ਦੱਸਦਾ ਨਾ ਤੈਨੂੰ ਜਦੋਂ ਆਇਆ ਤਾਂ ਉਹ ਬੁਲਾਵੇ ਆਉਣ ਵਾਲੀ ਗੱਲ ਹੀ ਪੌੜੀ ਨੂੰ ਐਂ ਕਰਕੇ ਜਦੋਂ ਉਹਨੇ ਖਿੱਚਿਆ ਬਈ ਐਂ ਧੱਕਿਆ ਗਾਂਹ ਨੂੰ 4 ਜਣੇ ਸੀ ਧੱਕਾ ਲਾਉਣ ਵਾਲੇ 3 ਜਣਿਆਂ ਨੂੰ ਜਾਣੀ ਕਿ ਨਾਲ ਉਹਨਾਂ ਨੂੰ ਵੀ ਲੱਗੀ ਸੀ ਇਹਨੂੰ ਜੇ ਸ਼ਾਟ ਵੱਜੀ ਤਾਂ ਬਿਜਲੀ ਦੀ ਸ਼ਾਟ ਵੱਜੀ ਅਤੇ ਪਿੱਛੋਂ ਟੱਚ ਹੋ ਗਈ ਟੱਚ ਉਹ ਪੌੜੀ ਟੱਚ ਹੋ ਗਈ ਤਾਂ ਜਦੋਂ ਧੱਕਾ ਲਾਉਣੇ ਨੂੰ ਆਏ ਸੀ ਵੀ ਤਾਰਾਂ ਦੂਰ ਆ ਉੱਥੇ ਤੱਕ ਨਹੀਂ ਜਾਣੀ ਜਦੋਂ ਇਹ ਪ੍ਰਦੀਪ ਧੱਕਾ ਲੱਗਣਾ ਇੱਕਦਮ ਝਟਕਾ ਲੱਗਾ ਤਾਰਾਂ ਨਾਲ ਲੱਗ ਗਈ ਭੈਣ ਨਹੀਂ ਤਾਂ ਜਾ ਕੇ ਕੋਈ ਹੈ ਨਹੀਂ ਸੀਗੇ ਇਹੋ ਜਿਹਾ ਤਾਂ ਵੀ ਆਏ ਉੱਥੋਂ ਝਟਕਾ ਵੱਜਿਆ ਥੱਲੇ ਨਾ ਤਕੜਾ ਸੀਗਾ ਉੱਠਿਆ ਐਂ ਕਰਕੇ 3 ਵਾਰੀ ਉੱਠਿਆ ਬਾਹਰ ਸੜਕ ਤੋਂ ਪਹਿਲੇ ਵਾਰ ਕੋਈ ਬੰਦਾ ਭੱਜ ਕੇ ਆਇਆ ਜਦੋਂ ਨਾਲ ਦੇ ਜਿਹੜੇ ਹੱਥ ਉੱਥ ਪਾ ਲੈਂਦੇ ਨੂੰ ਵੰਡੀ ਜਾਂਦੀ ਉਹਦੇ ਨਾ ਇਹਦਾ ਸਰਕਲ ਵੰਡਿਆ ਜਾਂਦਾ ਉਹਦੇ ਬੂਟ ਦੂਜੇ ਹੀ ਥੱਲੇ ਚੌਣੇ ਇੱਕ ਉਹਦਾ ਖੜ੍ਹਾ ਹੋਣ ਪੈ ਜਾਇਆ ਕਰੇ ਜਦੋਂ ਉਹਦਾ ਐਂ ਪੈ ਹੀ ਜਾਂਦਾ ਸ਼ਾਇਦ ਫਿਰ ਵੀ ਕੋਈ ਬਚਤ ਹੋ ਜਾਂਦੀ ਉਹ ਖੜ੍ਹਾ ਹੋਣ ਪੈ ਜੇ ਜਦੋਂ ਖੜ੍ਹਾ ਹੋਣ ਪੈ ਜੇ 3 ਵਾਰੀ ਉੱਠਣ ਦੀ ਕੋਸ਼ਿਸ਼ ਕੀਤੀ ਬੰਦਾ ਸੜਕ ਤੋਂ ਭੱਜ ਗਿਆ ਜਦੋਂ ਉਹ ਕੋਲਿਆ ਉਹਦੇ ਨੂੰ ਥਾਂ 'ਤੇ ਉੱਥੇ ਰਹਿ ਗਈ 2 ਹਜੇ ਮੇਰੇ ਹਿਸਾਬ ਨਾਲ 25 ਦਿਨਾਂ ਦਾ ਜਵਾਕ ਸੀ ਸਾਰਾ ਉਹਦਾ 26 ਦਿਨਾਂ ਦਾ ਦੂਜਾ ਮੁੰਡਾ ਜਿਹੜਾ ਵੱਡਾ ਮੁੰਡਾ ਆਪਦੇ ਭਰਾ ਦੇ ਆਪਣੀ ਝੋਲੀ ਪਾਉਣਾ ਸੀ ਉਹਨੇ ਹਾਂ ਹੁਣ ਉਸ ਤੋਂ ਬਾਅਦ 1-2 ਦਿਨਾਂ 'ਚ ਉਹਦੇ ਨਾਲ ਤਾਂ ਜਦੋਂ ਬੰਦਾ ਉਹ ਤੁਰ ਗਿਆ ਨਾ ਸਾਲਾ ਆਪਣਾ ਤਾਂ ਐਵੇਂ ਤੈਨੂੰ ਕਹਿ ਦਈਏ ਸੱਜਾ ਬਾਜੂ ਹੀ ਤੁਰ ਗਿਆ ਖੜ੍ਹਾ ਦਾ ਭਰਾ ਹੀ ਸੀਗਾ ਜਮਾਂ ਹੀ ਨਿੱਤ ਫੋਨ ਕਰਨਾ ਗੱਲਬਾਤ ਕਰਨੀ ਬਾਈ ਕਿਵੇਂ ਕਬੱਡੀ ਦੇ ਵਿੱਚ ਆਪਣਾ ਜਾਣੀ ਕਿ ਖੇਡਾਂ ਵੇਖ ਉਹਨੂੰ ਆਪਦੇ ਪੁੱਤਾਂ ਵਾਂਗੂ ਪਾਲ ਕੇ ਖੜਾਇਆ ਸਾਰਾ ਕੁਝ ਕੀਤਾ ਬਹੁਤ ਵਧੀਆ ਮਹਾਰਾਜ ਜੀ ਕਰਤਾ ਬਾਈ ਜਿਹੜੀ ਜਿੰਦ ਸਾਰੀ ਲਗਭਗ ਜਿੰਨੀ ਲਾਈਫ ਹੁਣ ਤੱਕ ਤੁਸੀਂ ਗੁਜ਼ਾਰੀ ਆ ਉਹ ਪਹਿਲਾਂ ਕਬੱਡੀ 'ਚ ਸਟਾਰਡਮ ਵਾਲੀ ਫਿਰ ਉਸ ਤੋਂ ਬਾਅਦ ਉਹ ਮਾੜਾ ਦੌਰ ਵੀ ਆਇਆ ਅਤੇ ਹੁਣ ਤੱਕ ਦਾ ਇਸ ਚੀਜ਼ 'ਚੋਂ ਜਿਹੜੇ ਕੋਈ ਨਵੇਂ ਮੁੰਡੇ ਕਬੱਡੀ ਖੇਡਦੇ ਉਹਨਾਂ ਨੂੰ ਕੋਈ ਰਾਇ ਦੇਣੀ ਚਾਹੋਗੇ ਉਹ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਅੱਗੇ ਵਧਣ ਵਾਸਤੇ ਵੀ ਭਾਈ ਆਹ ਚੀਜ਼ਾਂ ਯਾਰ ਮੇਨ ਫਿੱਧੀ ਗੱਲ ਆ ਪਹਿਲਾਂ ਤਾਂ ਬਾਈ ਖੇਡਣ ਲੱਗ ਗਏ ਆਪਾਂ ਠੀਕ ਆ ਉਹਦੀ ਮਿਹਨਤ ਕਰਦੇ ਹਾਂ ਘਰ ਦਾ ਪਿਆਰ ਘਰ ਦਾ ਸੰਯੋਗ ਘਰ ਆ ਕੇ ਦੁੱਖ ਦਰਦ ਸਾਰੀ ਗੱਲ ਆਪਦੀ ਪਰਿਵਾਰ 'ਚ ਸਾਂਝੀ ਕਰੋ
कोई भी थानू दुख तकलीफ आ कोई भी थानू टेंशन आ कोई भी गलती है थोड़ी वो सांझी करो बाकी मित्रों जिदा लंबी रेस के घोड़े बनना नशा तो परहेज ही रखो बस सीधी गल तो हाथ जोड़ के बेनती है भी नशे के टच ना करो आपकी मेहनत करो रज के खुराक खाओ आपकी घर देना सांझी करो तो यह नहीं गल होंगी भी मेहनत का मुल परमात्मा दिता सच्चे दिलों मेहनत की हो तो वह मुल आप ही मिलेगा काली ना कर पैन भी हाँ कुछ नहीं जिमें आप सिगरेट का लाला सप्लीमेंट का लाला छेती यूज करके मैं छेती तकड़ा हूं छेती तकड़ा होने ना जो घर की आदि खुराक खा के मेहनत करके बंदा तकड़ा हो फिर उ लंबी रेस का घोड़ा बनता हो भी ठीक है कि गलत गल वो फिर थोड़ी रेस का घोड़ा रह जाता उमें आप कह दें आराम आपकी मेहनत करके बाकी यार मेन गल है प्रदीप कि नशे तो भजो जिन्ना मची दे मैं तो आपकी दया च बहुत कुछ वेख लिया है ना सारा कुछ ही देख लिया हूँ मैं तेन अगर गल करते चेक रह जी बच्चे जिम्मे तू आ गल करता जी भी की राय देना चाहिए मैनू पाकिस्तान चो फोन आते हैं बंद पाकिस्तान के अपन फोटो लगदिया इश्तहार शायद मैं सेंड भी की देखी हो पाकिस्तान तो बहुत प्यार करना है ना बहुत ज्यादा वो भी यही गल करते जी मैं तू मैं भी किमें बई करके मैं मेन स्नेहा का मेरा उत्थे भी है उन्हें प्रेमियों भी पाकिस्तान अपने भी ये भी आपके घर परिवार ना सारी गल शेयर करो जे थोड़ा भरा हैगा वो शेयर करो सारी गल कबड्डी खेडनी है तो तुम खेल सकते लंबी रेत के घोड़े वधिया बन सकते तरक्की कर सकते जे आप आपकी मनमर्जी करनी है ना अज हो तो कल होर तो मुड़ के अपनी मनमर्जी ही काम रह जाता मेरे च भी कुछ ये रहा कल्ली मनमर्जी कोई कीती हाँ भी हाँ भी आह चीज़ें करनी बट ठीक है जो भरा ने कहता यार वो नहीं चक्कर कोई आप आखे लगे हैं परिवार ने भरा ने कहता यार आह चीज़ करनी है वो करती पर आपकी जिते जैदा आपकी जैदी पवाई भैन उत्थे आखे नहीं लगे उत्थे आखे लगे होंगे इदा नहीं होर बहुत सियाना भरा रोजा भरा बहुत योगदान वह मेरी आपकी लाइफ हूँ भी बेचारे का माँ प्यो का बहुत योगदान भरा का तो इन्ना सी यार जो खेडन लगे हाँ काम आप करते रहे नाल पर उन्हें अपन नहीं कित आख यार पशु तो आप किले का बन गए पशु इधर कर दे पर आप फिर भी फुल करते रहे पर उन्हें नहीं अपन कित उन्होंने भी हम दुख तो उन्होंने भी बहुत आता मैं वेहना हूं वह अखा कई बार भर दया मैं वेखिया बहुत हुई अपने भरा दी दुख वो भी है बेचारा भी यार की तो की है ना हम जो बाहर अंदर जाता वो ਉਹਦੀ ਪਹਿਲਾਂ ਤਾਂ ਸੋਚ ਹੈ ਕਵੇਕ ਪ੍ਰਦੀਪ ਆਪਾਂ ਅੱਜ ਨਹੀਂ ਜਦੋਂ ਮੈਂ ਟੌਪ 'ਤੇ ਸੀ ਨਾ ਉਦੋਂ ਵੀ ਉਹ ਕਿਹਨੂੰ ਦੱਸ ਦਿੰਦੇ ਹੁੰਦੇ ਮੈਂ ਗਰੀਬ ਦਾ ਭਰਾ ਮੈਨੂੰ ਕਿ ਉਹ ਕਹਿੰਦਾ ਨਹੀਂ ਯਾਰ ਆਪ ਪਤਾ ਲੱਗੇ ਲੋਕਾਂ ਨੂੰ ਅੱਜ ਵੀ ਹੁਣ ਵੀ ਜਾਂਦੇ ਹਾਂ ਚਲੋ ਠੀਕ ਆ ਨਸ਼ੇ ਦਾ ਦੈਰ ਆਪਣਾ ਇੱਧਰ ਹੈਗਾ ਇੱਧਰ ਹੈਗਾ ਆਲਵਾਟ 'ਚੋਂ ਪਤਾ ਵੀ ਨਹੀਂ ਵੀ ਪਤਾ ਕਈਆਂ ਨੂੰ ਪਰ ਫਿਰ ਵੀ ਲੋਕ ਪਿਆਰ ਕਰਦੇ ਆ ਵੀ ਚਲੋ ਯਾਰ ਟਾਈਮ ਆਉਂਦਾ ਚੰਗਾ ਉਹਨੇ ਕਿਹੜਾ ਮਾੜਾ ਕੀਤਾ ਇੱਦਾਂ ਹੁਣ ਥੋੜ੍ਹੀ ਜਿਹੀ ਗੱਲ ਆ ਉੱਥੇ ਪਤਾ ਨਹੀਂ ਕਿੱਥੋਂ ਦੀ ਗੱਲ ਦੱਸਦੇ ਮੈਨੂੰ ਕੋਈ ਮੁੰਡਾ ਹੀ ਦੱਸਦਾ ਜੀ ਬ੍ਰਦਰ ਨੇ ਨਹੀਂ ਦੱਸੀ ਵਿਚਾਰੇ ਨੇ ਨਾ ਉਹ ਵੀ ਉੱਥੇ ਕਿਤੇ ਗਏ ਗੱਲਾਂ ਚੱਲ ਪਈਆਂ ਕਰਕੇ ਉਹ ਕਦੇ ਬਹੁਤ ਐਂ ਉਹਦੇ ਅੱਛਾ ਯਾਰ ਤੂੰ ਤਾਂ ਉਹ ਪਿੰਡ ਗੁਰਜੀਤ ਵਾਲਾ ਯਾਰ ਉਹਦੇ ਯਾਰ ਬਹੁਤ ਵਧੀਆ ਪਲੇਅਰ ਆ ਬਹੁਤ ਕੋਈ ਗੱਲਾਂ ਗੁੱਲਾਂ ਕਰੀ ਗਏ ਜਦੋਂ ਜਮਾਂ ਅੰਡਾ ਆ ਗਿਆ ਉਦੋਂ ਉਹਨੇ ਤੁਰਨ ਲੱਗੇ ਦੱਸਿਆ ਵੀ ਉਹਨੇ ਯਾਰ ਐਂ ਕਰਕੇ ਬਈ ਗੁਰਜੀਤ ਦਾ ਵੱਡਾ ਭਰਾ ਉਹਦੇ ਅੱਛਾ ਯਾਰ ਉਹਦਾ ਬਾਈ ਦੱਸਿਆ ਨਹੀਂ ਯਾਰ ਉਹਦਾ ਬਾਈ ਯਾਰ ਬਸ ਲੱਗਦਾ ਕਿਸੇ ਹੱਦ ਤੱਕ ਸਾਲਾ ਨਾ ਮਾਣ ਹੁੰਦਾ ਸੀ ਗੁਰਜੀਤ ਦਾ ਨਾਂ ਲੈਣਾ ਯਾਰ ਇੱਦਾਂ ਕਿਸੇ ਹੱਦ ਤੱਕ ਸਾਲੀ ਨਾ ਸ਼ਰਮ ਆਉਣ ਲੱਗ ਗਈ ਯਾਰ ਗੁਰਜੀਤ ਦਾ ਨਾਂ ਲੈਂਦੇ ਨਸ਼ਾ ਯਾਰ ਉਹ ਚੀਜ਼ ਨਾ ਵਿੱਚ ਆ ਜੇ ਨਹੀਂ ਮੇਰੇ ਭਰਾ 'ਚ ਨਹੀਂ ਆਉਂਦੀ ਆਮ ਸਾਡੇ ਜਿਹੜੀਆਂ ਰਿਸ਼ਤੇਦਾਰੀਆਂ ਹੋਰ ਸਾਰਿਆਂ 'ਚ ਆਉਣ ਉਹਨਾਂ 'ਚ ਆਉਣ ਲੱਗ ਗਈ ਬਹੁਤ ਜ਼ਿਆਦਾ ਉਦੋਂ ਤਾਂ ਸਾਲੇ ਇਹ ਸੀਗੇ ਸਾਡੇ ਆਪਦੇ ਜਿਹੜੇ ਤਾਂ ਨਾਂ ਉਹੀ ਆ ਸਾਡਾ ਆਪਦਾ ਜੀ ਸਾਡਾ ਐਂ ਆ ਜੀ ਇਹ ਆ ਜਦੋਂ ਆਹ ਲੈਣ ਗਲਤ ਹੋ ਗਈ ਉੱਥੇ ਹੀ ਹੋ ਜਾਂਦਾ ਗੁਰਜੀਤ ਦਾ ਨਾਮ ਨਾ ਜੇ ਇੱਥੇ ਯਾਰ ਬੇਇੱਜ਼ਤੀ ਹੋ ਗਈ ਉਹ ਚੀਜ਼ ਆਪ ਨੂੰ ਵੀ ਮਹਿਸੂਸ ਹੁੰਦੀ ਹੈ ਵੱਡੀ ਪਰ ਲੰਘਿਆ ਹੋਇਆ ਸਮਾਂ ਬਾਈ ਮੋੜਿਆ ਨਹੀਂ ਜਾ ਸਕਦਾ ਹੈ ਨਾ ਉਹਨੂੰ ਉਹ ਜਿਹੜਾ ਲਗਾ ਲਿਆ ਧੋਤਾ ਜਾ ਸਕਦਾ ਮੋੜਿਆ ਨਹੀਂ ਜਾ ਸਕਦਾ ਸੁਧਾਰਿਆ ਜਾ ਸਕਦਾ ਜੇ ਆਪਾਂ ਕਹਾਂਗੇ ਉਹ ਤਾਂ ਨਹੀਂ ਉਹ ਚੀਜ਼ ਆ ਜੇ ਉਹ ਬਣ ਜੇ ਉਹ ਨਹੀਂ ਬਣਦੀ ਅਤੇ ਉਹਨੂੰ ਆਪਾਂ ਤਬਦੀਲ ਕਰਕੇ ਕਿਸ ਹਿਸਾਬ ਨਾਲ ਸੈੱਟ ਕਰ ਸਕਦੇ ਹਾਂ ਲਾਈਫ ਇਹ ਹੋ ਸਕਦਾ ਉਵੇਂ ਨਹੀਂ ਆਪਾਂ ਹੋਈ ਹੈ ਗੱਲ ਪਾਕਿਸਤਾਨ ਪਾਕਿਸਤਾਨ ਵੀ ਖੇਡਿਓ ਬਾਈ ਨਹੀਂ ਪਾਕਿਸਤਾਨ ਨਹੀਂ ਖੇਡਿਆ ਪਾਕਿਸਤਾਨ ਦੇ ਪਲੇਅਰਾਂ ਨਾਲ ਜ਼ਰੂਰ ਖੇਡਿਆ ਉਹ ਉਹਨਾਂ ਨਾਲ ਕਿਵੇਂ ਰਹਿਣੀ ਬਹਿਣੀ ਕਿਹੋ ਜਿਹੇ ਲੋਕ ਨੇ ਯਾਰ ਬਹੁਤ ਵਧੀਆ ਜਿਵੇਂ ਨਾ ਆਪਦਾ ਚਲੋ ਠੀਕ ਆ ਦਿੱਖ ਅੰਦਾਜ਼ ਮੈਂ ਤੈਨੂੰ ਆਵੇ ਦਿਖਾਉਣਾ ਵੀ ਇਹ ਵਿੱਚ ਇਹਦੇ
ਫੋਨ ਵੀ ਆਪਾਂ ਨੂੰ ਆਉਂਦੇ ਆ, ਬਹੁਤ ਇੱਜ਼ਤ ਮਾਣ ਕਰਦੇ ਆ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਮੈਨੂੰ ਕਹਿੰਦੇ ਬਾਈ ਤੁਸੀਂ ਸਾਡੇ ਏਰੀਏ 'ਚ ਹੁੰਦੇ ਨਾ ਇੱਥੇ ਕਿਤੇ ਪਲੇਅਰ ਐਡਾ ਟੌਪ ਦਾ, ਤੂੰ ਡੀ ਐੱਸ ਪੀ ਡੀ ਐੱਸ ਸੀ ਲੱਗਾ ਹੁੰਦਾ ਕੁਛ, ਇਹ ਵੀ ਘੱਟ ਹੈ, ਕੰਮ ਵੀ ਨਹੀਂ ਉਸ ਤਰ੍ਹਾਂ ਦਾ ਮਿਲਦਾ। ਹਾਂ ਕਹਿੰਦਾ ਵੀ ਇੱਥੇ ਕੁਛ ਨਹੀਂ ਗਾ, ਕਹਿੰਦਾ ਬਾਈ ਸਾਡੇ ਦਾ ਇੱਧਰ। ਫਿਰ ਉਹਨੇ ਮੈਨੂੰ ਇਹ ਕਿਹਾ ਬਾਈ ਅਸੀਂ ਕੋਸ਼ਿਸ਼ ਕਰਨੀ, ਤੈਨੂੰ ਪਾਕਿਸਤਾਨ ਸੱਦਣਾ, ਤੂੰ ਇੱਕ ਵਾਰੀ ਪਾਕਿਸਤਾਨ ਆ ਗਿਆ ਨਾ, ਤੇਰੇ ਮਨੁੱਖ ਦਾ ਪਤਾ ਨਹੀਂ ਕੀ ਦਿੱਤਾ ਕੀ, ਤੈਨੂੰ ਇੰਨਾ ਕੁ ਹੋਣਾ ਤਾਂ ਇੱਥੋਂ ਚੱਕਿਆ ਨਹੀਂ ਜਾਣਾ, ਇੰਨਾ ਪਿਆਰ ਆ ਜਾਣੀ ਕਬੱਡੀ ਦਾ ਉਹਨਾਂ ਦਾ ਆਪਣੇ ਪ੍ਰਤੀ। ਫਿਰ ਮੈਂ ਸੋਚਿਆ ਵੀ ਸੀ ਮੈਂ ਕੋਈ ਨਹੀਂ ਯਾਰ ਕਰਦੇ ਹਾਂ, ਅਤੇ ਕਹਿੰਦਾ ਬਾਈ ਇੱਕ ਵਾਰੀ ਟੂਰ ਜ਼ਰੂਰ ਕੱਢੋ ਆ ਜਾ, ਇਹ ਇਸ਼ਤਿਹਾਰ ਲਾਉਂਦੇ ਆ ਆਪਣਾ। ਅੱਛਾ ਅੱਛਾ ਅੱਛਾ, ਉਹਨਾਂ ਦਾ ਪੋਸਟਰ ਹੈ। ਹਾਂ ਪੋਸਟਰ ਆ, ਉਹ ਆਪਣੇ ਵਰਗੀਆਂ ਫੋਟੋਆਂ ਲਾਉਂਦੇ ਆ ਉੱਥੇ। ਉਹਦਾ ਬਾਈ ਆ ਸਾਡੇ ਜਿਹੜੇ ਮੇਨ ਗੱਲ ਇਹ ਆ, ਜੰਜੂਆਰਿਆਂ ਦਾ ਫੁੱਲ ਨਾ ਉੱਥੇ ਥੰਮ ਆ ਪੂਰੇ ਬਾਰਡਰ ਜੰਜੂਆਰੀ ਕਬੱਡੀ ਦੇ, ਅਤੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਖੜਕਾਏ ਆ, ਤਾਂ ਕਰਕੇ ਬਹੁਤ ਆਲਾ ਹੁੰਦਾ ਯਾਰ ਵੀ ਐਡਾ ਤਗੜਾ ਪਲੇਅਰ ਹੈ ਨਾ ਇਹ, ਤਾਂ ਬਸ ਹੋਰ ਨਹੀਂ ਕੋਈ ਚੱਕਰ। ਉਦੋਂ ਇੰਟਰਵਿਊ ਉਹਨਾਂ ਨੇ ਆਪ ਉੱਥੇ ਕੀਤੀ ਸੀ, ਗੁਰਜੀਤ ਵੀ ਕਹਿੰਦੇ ਰੇਡੀਓ ਚੋਟੀ ਦਾ। ਅਸੀਂ ਉੱਥੋਂ ਗਏ ਅਤੇ ਰਾਤ ਨੂੰ ਨਾ ਕਹਿੰਦੇ ਵੀ ਪੰਜ ਕੁ ਵਜੇ ਇੰਟਰਵਿਊ ਆ, ਮੈਂ ਮੱਖਣ ਅਸੀਂ ਸਾਰੇ ਇੱਧਰੋਂ ਇਕੱਠੇ ਹੋ ਕੇ ਨਾ ਗੱਡੀ 'ਤੇ ਗਏ। ਉਹ ਪ੍ਰਦੀਪ ਉਦੋਂ ਸਾਰੀ ਜਵਾਨੀ ਜਿਹੜੀ ਜਵਾਨੀ ਨੱਚਦੀ ਹੁੰਦੀ ਆ, ਉਦੋਂ ਜ਼ਿਆਦਾ ਬੜੇ ਤਾਂ ਸਾਰੀ ਨਾ ਠੰਡ ਲੱਗੇ ਉੱਥੇ ਰਾਤ ਨੂੰ, ਸ਼ਰਟਾਂ ਪਾਈਆਂ, ਠੰਡ ਦਾ ਮੌਸਮ ਜਾਈ ਉਦੋਂ, ਤਾਂ ਸਾਡੇ ਉਹ ਪਾਈ ਉਦੋਂ ਗਾਣੇ ਦੀ ਸ਼ੂਟਿੰਗ ਹੋਈ ਸੀ ਉੱਥੇ ਪੰਜ ਕੁ ਵਜੇ, ਸ਼ੂਟਿੰਗ ਕਰਕੇ ਆਏ ਸੀ। ਠੰਡ ਦੀ ਗੱਲ ਸੁਣ ਲਾ, ਮੈਂ ਮੋਟਾ ਬੱਚੀ ਅਤੇ ਬਾਜਾ ਚਾਰੇ ਜਾਣੇ ਮੇਰੇ ਕੋਲ, ਬੁਲਟ ਮੋਟਰਸਾਈਕਲ ਮੇਰਾ ਮੋਗਿਓਂ ਆਈਏ ਖੇਡ ਕੇ, ਅਤੇ ਚਾਰ ਜਣੇ ਬੈਠੇ ਮੋਟਰਸਾਈਕਲ 'ਤੇ। ਹੁਣ ਇਹ ਮਗਰ ਬੈਠਾ ਬਾਜਾ, ਮੈਂ ਬ੍ਰੇਕ ਮਾਰਾਂ ਤਾਂ ਬਾਜਾ ਗਾਂਹ ਚੜ੍ਹ ਜੇ, ਥੋੜ੍ਹੇ ਚਿਰ ਬਾਅਦ ਬਾਜਾ ਘਮੇਰਾ ਕਹਿੰਦੇ ਬਾਈ ਮਾਰੀ 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 ਬ੍ਰੇਕ, ਮੈਂ ਬ੍ਰੇਕ ਮਾਰਾਂ ਫਿਰ ਗਾਂਹ ਹੋ ਜਾਓ ਸੈੱਟ ਜਿਹਾ ਹੋ ਜਾ ਫਿਰ ਗਿਆ। ਫਿਰ ਮੈਂ ਕਹਿੰਦਾ ਠੰਡ ਲੱਗਦੀ ਆ, ਠੰਡ ਲੱਗਦੀ ਆ ਚਲੋ ਵੀ। ਫਿਰ ਮੋਟੇ ਨੂੰ ਕਹਿੰਦਾ ਕਰਦੇ ਸ਼ੁਰੂ, ਫਿਰ ਮੋਟਾ ਕਲੀਆਂ ਲਾਉਣ ਲੱਗ ਗਿਆ। ਫਿਰ ਅਸੀਂ ਉੱਥੋਂ ਮੋਗੇ ਤੋਂ ਲੱਗੇ ਕਿਤੇ ਮਰਜ਼ੇ ਦੀ ਕਹਾਣੀ ਤੋੜ ਲਈ, ਕਿਤੇ ਕਿਹੜੀ ਗਾਣਾ ਤੋੜ ਲਿਆ, ਕਿਤੇ ਕਿਹੜਾ ਗਾਣਾ ਤੋੜ ਲਿਆ, ਰੌਲਾ ਹੀ ਪਾਉਂਦੇ ਤੁਰਿਆ, ਕਿਉਂਕਿ ਰੌਲਾ ਪਾਉਣਾ ਸਕੂਨ ਦਾ ਸਰਕਲ ਤੇਜ਼ ਹੁੰਦਾ। ਫਿਰ ਮੇਰੀ ਥੋੜ੍ਹੀ ਆਮ ਹੀ ਸੀਗੀ ਪ੍ਰਦੀਪ, ਜੇ ਮੈਂ ਕਿਤੇ ਆਉਣਾ ਰਾਤ ਨੂੰ ਜਾਣਾ ਠੰਡ ਲੱਗਣੀ ਆ, ਅਤੇ ਮੈਂ ਆਪਦੇ ਆਪ 'ਚ ਗਾਉਣ ਲੱਗ ਜਾਂ ਚਾਹੇ ਉਹੀ ਕਰਦੇ ਹੋਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਂ ਉੱਚੀ ਉੱਚੀ ਆਦਿ ਨਾ ਆਪਦੇ ਆਪ ਨੂੰ ਗਰਮ ਰੱਖਣ ਦੀ ਥੋੜ੍ਹੀ, ਅਤੇ ਮੇਰੇ ਨਾਲ ਇਹੋ ਜਿਹਾ ਵਾਲਾ ਵੀ ਰਿਹਾ, ਮੈਂ ਫਰੀਦਕੋਟ ਤੁਰ ਕੇ ਆਉਂਦਾ ਰਿਹਾ ਮੈਂ। ਅੱਛਾ, ਜੋ ਖੇਡਣ ਲੱਗਾ ਲੱਗੇ ਇਹਨੂੰ, ਫਰੀਦਕੋਟ ਤਾਂ ਆਪ ਦਿੰਦਾ ਹੀ ਭਰਾਵਾ ਗੱਡੀਆਂ ਜਿਹਨਾਂ ਨਾਲ ਖੇਡਣ ਜਾਣਾ ਉੱਥੇ ਤੁਰ ਕੇ ਆਉਣਾ। ਉਹ ਸਮਾਂ ਵੀ ਛਾਉਣੀ, ਹੁਣ ਮੈਂ ਗੱਲ ਕਰਦਾ ਮੈਂ ਛਾਉਣੀ ਡੇਲੀ ਭੱਜ ਕੇ ਜਾਂਦਾ ਰਿਹਾ, ਇੱਥੋਂ 15 ਕਿਲੋਮੀਟਰ ਵਾਲਾ ਬਾਈ, 37 ਸੀ ਜੀ ਐਮ ਮੁੰਡਾ ਆਪਣਾ, ਵਧੀਆ ਬਹੁਤ ਪਿਆਰ ਕਰਦੇ ਜਾਏ, ਅਤੇ ਵਧੀਆ ਉਹਨਾਂ ਨੇ ਜਾਣੀ ਕਿ ਆਪਣਾ ਜਾਣੀ ਕਿ ਉੱਥੋਂ ਆਦਰ ਮਾਣ ਕਰਨਾ, ਇੱਥੋਂ ਭੱਜ ਕੇ ਜਾਣਾ ਤੜਕੇ ਆ, ਉਹ ਚੇਤਾ ਆਉਂਦਾ ਨਾ ਸਮਾਂ। ਬਹੁਤ ਇੰਗਲੈਂਡ 'ਚ ਸੀ ਮੁੰਡੇ ਹੋਰ ਕਈ ਪਿਆਰ ਕਰਨ ਲਏ, ਜਿਵੇਂ ਆਪਣੇ ਜੌਲਰੀ ਸੀ, ਅਤੇ ਉਹਨਾਂ ਨੇ ਵਧੀਆ ਪਿਆਰ ਕੀਤਾ। ਹੋਰ ਨਵਾਂ ਮੁੰਡਾ ਜੀ ਇੱਕ ਜੱਗਾ ਜੰਡੀਆਂ ਖਣੀ, ਇੱਥੇ ਪਿੰਡ ਆ ਜੰਡੀਆਂ ਖਣੀ ਪਿੰਡ ਆ ਜੱਗਾ ਸ਼ਾਹਕੋਟ ਦੇ ਕੋਲ, ਉਹ ਮੁੰਡਾ ਨਵਾਂ ਇਸਦਾ ਜੀ, ਵਧੀਆ ਆਪਣੇ ਨਾਲ ਪਿਆਰ, ਹੁਣ ਅੱਜ ਕੱਲ੍ਹ ਇੱਥੇ ਵਿਚਾਰ ਆਇਆ, ਗੱਲ ਵੀ ਕਰ ਲੈਂਦਾ, ਵਧੀਆ ਉਹਦੇ ਨਾਲ ਪਿਆਰ ਸੀ। ਅਤੇ ਜੌਲਰੀ ਸੀ ਮੁੰਡੇ, ਉਹਨਾਂ ਨੇ ਆਪਣੇ ਚੋਨੀ ਚੈਨੀ ਪਾ ਕੇ ਸਨਮਾਨਿਤ ਕੀਤਾ ਜੀ ਉਦੋਂ, ਅਤੇ ਉਹਨਾਂ ਨੇ ਵਧੀਆ ਆਪਣੇ ਇੱਜ਼ਤ ਮਾਣਾ ਜੀ ਅੱਜ ਵੀ, ਕਰ ਕਈ ਹੈਗੇ ਆ ਬੰਦੇ ਬਹੁਤ, ਕਈ ਹੁਣ ਜਿਵੇਂ ਹੋਰ ਪਿੰਡਾਂ 'ਤੇ ਜਾ ਕੇ ਕਹਿੰਦਾ ਕਹਿੰਦਾ ਤੂਤ ਪਿੰਡ ਆ ਜੀ, ਉਹ ਆਪਣੇ ਨਾਂ 'ਤੇ ਵੀ ਬਹੁਤ ਬਰਕਰਾਰ ਹੋਏ ਲੋਕ ਬਾਹਰ ਜਾ ਕੇ, ਅਤੇ ਉਹ ਨਾਂ ਜਿਹੜੇ ਕਿ ਹੋਰ ਪਿੰਡ ਹੁੰਦਾ, ਜਿਵੇਂ ਸਾਰਿਆਂ ਦੇ ਮੁੰਡੇ ਆ ਹੋਰ ਪਿੰਡਾਂ ਦੇ ਆਏ ਆ, ਉਹ ਜਦੋਂ ਪਿੰਡ ਪੁੱਛਦੇ ਕਿਹੜਾ ਜੀ ਤੂਤ ਪਿੰਡ ਆ, ਅਤੇ ਅੱਛਾ ਗੁਰਜੀਤ ਵਾਲਾ ਪਿੰਡ, ਹਾਂਜੀ ਨਾਲ ਖੇਡਦੇ ਕਰਦੇ ਸਾਰੇ ਕੁਛ। ਫਿਰ ਇੱਕ ਉਹ ਸੀਗਾ ਦੂਜਾ ਆਪਣਾ, ਹਾਂ ਆਪਣਾ ਮੁੰਡਾ ਨਹੀਂ ਸੀ ਇੱਥੋਂ ਦਾ, ਲੰਘੀਆਂ ਨਹੀਂ ਤੁਸੀਂ ਜਾਣਦੇ, ਇਹਨਾਂ ਦਾ ਵਧੀਆ ਸੀ ਆਪਣਾ ਸੱਭਿਆ, ਇਹਦੇ ਥਿਊਰੀ ਸੀ ਪਹਿਲੀ ਮਾਲਵਾ ਸੱਭਿਆਚਾਰਕ ਗਰੁੱਪ, ਪਹਿਲਾਂ ਆਪਣੇ ਆਪਾਂ ਲਵਾਇਆ ਸੀ ਇਹਦਾ ਉੱਥੇ ਆਪਣੇ ਪਾਰਟੀ 'ਤੇ, ਇਹਦੇ ਮੂੰਹ ਦੀ ਵਾਲਡਿੰਗ ਸੀ, ਕਹਿੰਦਾ ਯਾਰ ਪਹਿਲਾ ਅੱਜ ਆ ਜਿਹੜਾ ਇੰਨਾ ਪੈਸਾ ਇਕੱਠਾ ਹੋਇਆ ਉੱਥੋਂ, ਉਦੋਂ ਬਾਅਦ ਇਹਦੇ ਫਿਰ ਬਹੁਤ ਲਵਾਏ ਤੇ ਆਪਾਂ ਤਾਂ ਅਜੇ ਅੱਜ ਵੀ ਭਰਾਵਾਂ ਵਾਂਗੂ, ਅਮਨ ਅਮਨ ਲੰਘਿਆ ਅਮੈਰੀਕਾ 'ਚ ਨਹੀਂ, ਅਮੈਰੀਕਾ 'ਚ ਵਧੀਆ ਆਪਾਂ ਨੂੰ ਭਰਾਵਾਂ ਵਾਂਗੂ ਹਜੇ ਵੀ ਆਪਣੇ ਨਾਲ ਵਧੀਆ, ਉਹਦਾ ਬਈ ਇੱਜ਼ਤ ਇੱਜ਼ਤ ਹੀ ਹੁੰਦੀ, ਬੂਟਾ ਉਮਰੀ ਵਾਲਾ ਵਧੀਆ। ਹੁਣ ਮੈਂ ਦੱਸਦਾ ਯਾਰ ਜਦੋਂ ਸ਼ੁਰੂਆਤਾਂ ਦੀ ਗੱਲਾਂ ਟਾਈਮ ਦੀ ਗੱਲ ਹੁੰਦੀ ਆ, ਤੁਸੀਂ ਉਦੋਂ ਆਉਂਦੇ ਰੁਪਿੰਦਰ ਇੱਥੇ ਆਉਣਾ ਹੈ ਨਾ, ਜਿਹੜੀ ਕਿ ਫਰਕ ਵੇਲਾ ਵੀ ਕਿੰਨੀ ਉਹ ਚੀਜ਼ ਦਾ ਪੈ ਜਾਂਦਾ ਬੰਦਾ, ਰੁਪਿੰਦਰ ਨੇ ਆਉਣਾ ਬਈ ਇੱਧਰ ਵੋਕ ਕਰਨਾ ਤਾਂ 500 ਰੁਪਇਆ ਹੁੰਦਾ ਜੀ,
ਇਹਨਾਂ ਦਾ ਕਹਿਣਾ ਨਹੀਂ ਯਾਰ ਬਾਈ ਵੱਧ ਦਿਓ ਇੱਥੋਂ ਆਪਣੇ ਨਾਲ ਕਹੀਏ ਸਕੂਟਰ ਨਾਲ ਰੁਪਿੰਦਰ ਨੂੰ ਕਹਿਣਾ 40,000 ਸਕੂਟਰ ਦੇ ਦਿਓ ਸਕੂਟਰ 'ਤੇ ਜਾਣਾ ਗਾ ਐਨ ਕਰਨ ਇੱਥੋਂ ਐਂਟਰੀ ਇੱਥੋਂ ਉੱਠ ਜਾਣਾ ਇਹਨਾਂ ਨੇ ਅਤੇ ਉਹਨਾਂ ਨੂੰ ਕਹਿਣਾ ਨਹੀਂ ਯਾਰ 1,000 ਤਾਂ ਦਿਓ ਯਾਰ ਬੰਦਾ ਇੰਨੀ ਵਾਟ ਆਇਆ ਧੱਕੇ ਨਾ ਉਦੋਂ ਚੱਲ 700 ਦੇ ਦਿਓ ਯਾਰ ਪਰ ਚੱਲਦੀ ਸੀ ਨਾ ਉਦੋਂ ਐਂ ਚੱਲਦੀ ਸੀ ਅਤੇ ਜਿਹੜਾ ਦੇ ਦਿੰਦੇ ਬਈ ਵਾਲ ਰੰਗ ਕੀਤੇ ਚਿੱਟੇ ਹੋਏ ਹਾਂ ਥੋੜ੍ਹੇ ਜਿਹੇ ਹੋ ਹੀ ਗਏ ਥੱਲੇ ਮੇਰੇ ਵੀ ਬਹੁਤ ਚਿੱਟੇ ਹੋ ਗਏ ਇੱਥੋਂ ਥੱਲੇ ਉਹ ਮੈਂ ਤਾਂ ਆਪ ਨਹੀਂ ਯਾਰ ਤੂੰ ਕਹਿੰਦਾ ਕਰਦਾ ਮੇਰੀ ਪਹਿਲਾਂ ਵੀ ਤੂੰ ਵੇਖੀ ਮੇਰੇ ਨਾ ਤੂੰ ਵੇਖੇ ਹੋਣਾ ਵੀ ਦੈਰ ਕਬੱਡੀ ਦੇ ਮੇਰੇ ਤੂੰ ਫੈਸ਼ਨ ਫੂਸ਼ਨ ਨਹੀਂ ਵੇਖੇ ਹੋਣੇ ਕਿਤੇ ਨਹੀਂ ਕੀਤੇ ਆਹ ਹੁਣ ਵੀ ਨਾ ਜਿੱਦਾਂ ਜਿਹੜੇ ਨਵੇਂ ਮੁੰਡੇ ਖੇਡਦੇ ਅਤੇ ਬੈਠੇ ਨੇ ਬਾਈ ਯਾਰ ਕਲਰ ਕਰਾ ਯਾਰ ਬਾਈ ਇਹ ਕਰਾ ਕਰੂ ਦਿੰਦੇ ਆਪਾਂ ਨੂੰ ਪਹਿਲਾਂ ਤੋਂ ਹੈ ਨਹੀਂ ਉਮਰ ਬਾਈ ਕਿੰਨੀ ਹੋ ਗਈ ਹੁਣ ਉਮਰ ਕਿਹੜੀ ਆ ਅੱਗੇ ਵੀ ਮੈਂ ਤਾਂ ਜਿੱਤੋਂ 10 ਕੁ ਸਾਲ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਸਾਰਾ 31 ਸਾਲ ਦਾ 32 ਦਾ ਅੱਜ ਵੀ ਉਹੀ ਕਹਿੰਦਾ 10 ਕੁ ਸਾਲ ਪਹਿਲਾਂ ਵੀ 31 ਅੱਜ ਵੀ ਉਹੀ ਕਹਿੰਦਾ ਕਹਿਣ ਦੀ ਗੱਲ ਤਾਂ ਠੀਕ ਹਾਂ ਬਸ ਵੀ ਹੁਣ ਤੁਸੀਂ ਗੁਨਾਹ ਕਰਕੇ ਤੁਸੀਂ ਆਪ ਜੋੜ ਲਓ ਜਨਮ 84 ਦਾ ਮਿਲਣ ਦਾ ਬਰਥ ਤੁਹਾਡਾ ਨਾ ਨਹੀਂ ਹਾਂਜੀ ਬਾਲਾ ਤਾਂ ਜਾ ਉਹਦਾ ਤੂੰ 80 ਦਾ ਹੀ ਹੈ 79 ਦਾ ਹੀ ਹੁੰਦਾ 80 ਦਾ 79 ਦਾ ਬਰਥ 80 ਦਾ ਲਾ ਲਓ ਓਏ ਖੜਕਾ ਘੱਟ ਕਰ ਨਹੀਂ ਕੋਈ ਨਹੀਂ ਕਰ ਲਾ ਵਾਟਰ ਬਾਸ ਦਾ ਪਾਣੀ ਛੱਡ ਮੋਟਰ ਚੱਲ ਪਈ ਨਾ ਇੱਧਰੋਂ ਵਾਟਰ ਪਰ ਮੈਂ ਨਾ ਅੰਤ ਲਾਸਟ 'ਤੇ ਤੁਹਾਡੇ ਤੋਂ ਇੱਕ ਚੀਜ਼ ਇੱਕ ਜਾਣੀ ਚਾਹੁੰਦਾ ਵੀ ਇੱਕ ਇੱਕ ਚੀਜ਼ਾਂ ਮੈਨੂੰ ਜਵਾਬ ਦੇ ਦਿਓ ਗੁਰਜੀਤ ਤੋਂ ਗਲਤੀਆਂ ਹੋਈਆਂ ਲਾਈਫ 'ਚ ਉਹਨੇ ਉਹ ਗਲਤੀਆਂ ਦਾ ਉਹਨੂੰ ਖਾਮਿਆਜ਼ਾ ਵੀ ਭੁਗਤਣਾ ਪਿਆ ਬਹੁਤ ਇਸ ਚੀਜ਼ ਤੋਂ ਬਹੁਤ ਸਾਰੇ ਲੋਕ ਸਿੱਖਣਗੇ ਵੀ ਉਹਨਾਂ ਦੀ ਜ਼ਿੰਦਗੀ ਸ਼ਾਇਦ ਬਚ ਜਾਵੇ ਹੁਣ ਗੁਰਜੀਤ ਦਾ ਇਸ ਟਾਈਮ ਜਿਸ ਜਗ੍ਹਾ 'ਤੇ ਹੋਣਾ ਹੁਣ ਇੱਛਾ ਕਿਹੜੀ ਹੈ ਕੀ ਪੂਰਾ ਕਰਨਾ ਉਹ ਮੈਨੂੰ ਜ਼ਰੂਰ ਤੁਸੀਂ ਦੱਸ ਦਿਓ ਲਾਸਟ 'ਚ ਬਸ ਇੱਛਾ ਤਾਂ ਇਹੀ ਹੈ ਯਾਰ ਕੋਈ ਆਪਾਂ ਤਾਂ ਇਹ ਚਾਹੁੰਦੇ ਹਾਂ ਜੇ ਤਾਂ ਕੋਈ ਆਪਣੇ ਨਾਲ ਹੈਲਪ ਕਰਨੀ ਵੀ ਚਾਹੁੰਦਾ ਹੈ ਨਾ ਕੋਈ ਭਰਾ ਸੱਜਣ ਮਿੱਤਰ ਰਲ ਕੇ ਬੰਦੇ ਕੋਈ ਹੈਲਪ ਕਰਕੇ ਕੋਈ ਚਾਹ ਤਾਂ ਜਿਵੇਂ ਆਪਾਂ ਅਕੈਡਮੀ ਦੀ ਗੱਲ ਕਰਦੇ ਹਾਂ ਇੱਦਾਂ ਹੋ ਜੇ ਜਾਂ ਆਪਦੀ ਖੇਤੀਬਾੜੀ ਆਪਾਂ ਕਰਨਾ ਚਾਹੁੰਦੇ ਹਾਂ ਉਹ 'ਤੇ ਮੇਰੀ ਕੋਈ ਥੰਦ ਪੇੜੇ ਦੀ ਹੈਲਪ ਕਰ ਦੇਣ ਹੈ ਨਾ ਵੀ ਆਪਣਾ ਕੋਈ ਇਸ ਤਰ੍ਹਾਂ ਹੈਲਪ ਜੇ ਬਾਹਲਾ ਹੋ ਜੇ ਮੈਂ ਨਾ ਕੋਈ ਬਾਹਰ ਦਾ ਹੀ ਕਾਗਜ਼ ਪੱਤਰ ਹੋ ਜਾਣ ਤਾਂ ਬਾਹਲਾ ਵਧੀਆ ਬਸ ਆਪਦੀ ਕਮਾ ਕੇ ਖਾ ਲਈਏ ਯਾਰ ਹੁਣ ਆਪਦੀ ਕਮਾ ਕੇ ਖਾਣ ਦੀ ਪੁਆਇੰਟ 'ਤੇ ਹਾਂ ਆਪਦੀ ਕਮਾ ਕੇ ਖਾ ਲਈਏ ਬਸ ਹੱਥ ਫੱਲਣ ਦੀ ਲੋੜ ਨਾ ਪਵੇ ਕਿਸੇ ਪੂਰੇ ਅਤੇ ਆਪਦੇ ਜਵਾਕ ਜਿਹੜੇ ਸਹੀ ਪਾ ਲਈਏ ਬਸ ਠੀਕ ਹੈ ਕਿ ਨਹੀਂ ਬਿਲਕੁਲ ਹਾਂ ਜੇ ਹੁਣ ਆਪਾਂ ਆਪਦੀ ਖੇਤੀਬਾੜੀ ਦੀ ਲੜਾ 'ਚ ਆਪਦੀ ਬਾਹਰ ਜਾ ਕੇ 4 ਛਿੱਲੜ ਕਮਾਉਣੇ ਆ ਹੁਣ ਗੁੜੀਆਂ ਨੂੰ ਇੱਕ ਚੀਜ਼ ਤਾਂ ਹੋਊਗੀ ਵੀ ਯਾਰ ਪਾਪਾ ਨੇ ਬਹੁਤ ਤਗੜਾ ਖੇਡਿਆ ਹੈ ਫਿਰ ਕਿਤੇ ਪੁਆਇੰਟ ਵੀਕ ਵੀ ਹੈ ਸਾਲਾ ਜੇ ਹੁਣ ਵੀਕ ਪੁਆਇੰਟ ਨੂੰ ਮੈਂ ਢੱਕ ਕੇ ਹੋਣਾ ਤਾਂ ਸਹੀ ਦੇ ਟਾਈਮ 'ਤੇ ਹੋ ਜਾਊਗਾ ਅਤੇ ਉਹਦੀ ਨਿਗਾਹ 'ਚ ਮੈਂ ਹੀਰੋ ਹਾਂ ਅਤੇ ਨਹੀਂ ਤਾਂ ਅੱਜ ਹੁਣ ਉਹਦੇ ਨਾਲ ਗੱਲ ਚੱਲੀ ਸੀ ਜਿਵੇਂ ਤੂੰ ਆਹ ਗੱਲ ਕਰਦਾ ਲੋਪੋ ਵਾਲੇ ਨੇ ਬੋਲੇ ਅਮਨ ਨੇ ਫਿਲਮ ਦੀ ਗੱਲ ਕਿਵੇਂ ਕਰਦੇ ਸੀ ਵੀ ਕਹਿੰਦੇ ਫਿਲਮ ਬਣਨੀ ਚਾਹੀਦੀ ਗੁਰਜੀਤ 'ਤੇ ਉਹਨੇ ਵਿਚਾਰੇ ਨੇ ਹਸਤਰੀ ਬੋਲੀ ਸੀ ਆਏ ਵੀ ਸੀ ਉਦੋਂ ਗੱਲਾਂ ਵੀ ਹੋਈਆਂ ਇੱਕ ਦੋ ਵੀ ਫਿਲਮ ਬਣਨੀ ਚਾਹੀਦੀ ਇੱਦਾਂ ਹੁਣ ਫਿਲਮ ਤਾਂ ਬਣਨੀ ਚਾਹੀਦੀ ਆ ਤੇਰੀ ਗੱਲ ਨਾਲ ਸਹੀ ਆ ਹਿਸਟਰੀ 'ਚ ਇਹ ਆ ਵੀ ਕੀ ਹੀਰੋ ਸੀ ਜੀਰੋ ਹੋ ਗਈ ਜੀਰੋ ਤੋਂ ਫਿਰ ਹੀਰੋ ਹੋ ਗਿਆ ਹੈ ਨਾ ਹੀਰੋ ਤੋਂ ਫਿਰ ਜੀਰੋ ਹੋ ਗਿਆ ਨਸ਼ੇ ਪੱਤੇ ਦੀ ਲੈਣਾ ਪਰ ਰੌਲਾ ਤਾਂ ਕੰਮ ਤਾਂ ਉਹੀ ਆ ਵੀ ਫਿਲਮ ਨੇ ਕਿਹੜਾ ਆਪਣੀ ਰੋਟੀ ਪਾਣੀ ਦਾ ਬਣ ਜਾਂਦਾ ਉਹ ਤਾਂ ਸਿੱਖਿਆ ਦੀ ਗੱਲ ਕਰਦਾ ਜਿਹੜੀ ਮੈਂ ਤਾਂ ਮੇਨ ਵੀ ਜਿਵੇਂ ਤੂੰ ਕਹਿੰਦਾ ਵੀ ਆਹ ਹੱਥ ਜੋੜ ਕੇ ਹੀ ਆ ਨਸ਼ੇ ਪੱਤੇ ਤੋਂ ਪਰਹੇਜ਼ ਕਰ ਦਿਓ ਬਸ ਜਿਹੜਾ ਕੋਈ ਵੀ ਬੰਦਾ ਨਸ਼ੇ ਪੱਤੇ ਤੋਂ ਪਰਹੇਜ਼ ਕਰ ਦਿਓ ਬਾਈ ਨਹੀਂ ਗੁਰਜੀਤ ਵੇਲਾ ਗੁਰਜੀਤ ਨੂੰ ਦੁਨੀਆਂ ਮਿਲ ਨੂੰ ਤਰਸਦੀ ਸੀ ਹੈਂ ਕਿੱਥੇ ਅੱਜ ਲੋਕ ਗੁਰਜੀਤ ਨੂੰ ਵੇਖ ਕੇ ਪਾਸਾ ਵੱਟਣ ਲੱਗ ਕੇ ਯਾਰ ਕੁਛ ਮੰਗੂਗਾ ਯਾਰ ਚਾਹੇ ਕੁਛ ਇੱਦਾਂ ਹੈ ਨਾ ਬਿਲਕੁਲ ਪਰ ਇਹ ਵੱਡੀ ਗੱਲ ਹੈ ਬਈ ਆਪਦੇ ਆਪਦੀ ਗਲਤੀ ਨੂੰ ਇਸ ਤਰ੍ਹਾਂ ਮੰਨਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਤੇ ਇਹਦੇ ਤੋਂ ਕਿਸੇ ਨੂੰ ਸਿੱਖਿਆ ਮਿਲ ਜੂਗੀ ਇਹਦੇ ਨਾਲ ਕੋਈ ਤਾਂ ਬਚ ਹੀ ਜਾਊਗਾ ਹੋਰ ਤਾਂ ਨਹੀਂ ਤਾਂ ਹੀ ਆਣਾ ਵੀ ਗਲਤੀ ਹੈਗੀ ਹੈ ਬਈ ਆਪਾਂ ਜਿਹੜੀ ਕੀਤੀ ਹੈ ਇਹਨਾਂ ਦਾ ਹੈਗਾ ਬਾਕੀ ਯਾਰ ਉਹਦੀ ਸਿੱਖਿਆ ਦੀ ਗੱਲ ਜਿਵੇਂ ਤੂੰ ਕਹਿੰਦਾ ਵੀ ਹੈ ਨਾ ਜੀ ਤਾਂ ਕਿਸੇ ਦਾ ਨਹੀਂ ਕਰਦਾ ਹੈ ਨਾ ਵੀ ਮੈਂ ਯਾਰ ਇਹਨਾਂ ਹਾਲਾਤਾਂ 'ਚੋਂ ਐਂ ਕਰਾਂ ਮੰਗਾਂ ਟੰਗਾਂ ਸਭ ਤੋਂ ਔਖਾ ਸਾਲਾ ਮੰਗਣਾ ਇਹ ਨਾ ਹੁਣ ਅਹਿਸਾਸ ਹੁੰਦਾ ਜਦੋਂ ਮੰਗਦੇ ਆ ਲੋਕਾਂ ਤੋਂ ਬਿਲਕੁਲ ਪਹਿਲਾਂ ਨਹੀਂ ਸਾਲਾ ਅਹਿਸਾਸ ਹੁੰਦਾ ਜੀ ਹੁਣ ਤਾਂ ਸਾਲਾ ਨਾ ਵਾਕਈ ਐਂ ਲੱਗਦਾ ਯਾਰ ਵੀ ਕਿਹੜੇ ਦੌਰ 'ਤੇ ਕਿਹੜੇ ਟਾਈਮ 'ਚ ਫਿਰ ਪਹਿਲੀ ਗੱਲ ਇਹ ਹੈ ਕਿਹੜੇ ਟਾਈਮ 'ਚ ਯਾਰ ਇਹ ਸਾਲਾ ਜੀ ਦਾ ਸਵਾਦ ਵੇਖਿਆ ਸੀ ਸਭ ਤੋਂ ਮਾੜਾ ਟਾਈਮ ਉਹ ਸੀ ਮੇਰਾ ਜ਼ਿੰਦਗੀ ਬਾਕੀ ਯਾਰ ਪਰਮਾਤਮਾ ਨੂੰ ਇਹੀ ਦੁਆ ਕਰਦਾ ਆਪਣਾ ਅੰਗ ਪੈਰ ਜੇ ਚਲਾਈ ਰੱਖੇ ਮਾੜੇ ਜੇ ਅਤੇ ਆਪਦੇ ਮਾਂ ਪਿਓ ਨੂੰ ਅਤੇ ਆਪਦੇ ਧੀ ਨੂੰ ਹੁਣ ਜਿਹੜੀ ਨਾ ਇੱਜ਼ਤ ਅਤੇ ਚੈਨ ਦੀ ਰੋਟੀ ਦੇ ਦੇਈਏ ਬਸ ਜਿਹੜਾ ਬਹੁਤ 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 ਸ਼ੁਕਰੀਆ ਬਾਈ ਆਹ ਸੋਚ ਲਿਆਉਣ ਲਈ ਵੀ ਆਪਦੇ ਦਿਲ 'ਚ ਅਤੇ ਸਾਡੇ ਵਾਸਤੇ ਟਾਈਮ ਕੱਢਣ ਦੇ ਨਹੀਂ ਨਹੀਂ ਬਸ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ
ਹੈ।